ਸ਼ਤਰੀ ਕਾਲ ਜੀ ਸਾਰਿਆਂ ਨੂੰ ਤੇ ਇਹ ਆ ਜੀ ਮਿੱਤਰਾਂ ਦੇ ਪੋਡਕਾਸਟ ਦਾ ਇੱਕ ਨਵਾਂ ਐਪੀਸੋਡ ਤੇ ਅੱਜ ਆਪਾਂ ਬੰਦਾ ਲੈ ਕੇ ਆਏ ਆ ਜਿਹੜੇ ਬੰਦੇ ਮੈਨੂੰ ਇੰਡੀਆ ਤੋਂ ਦੇਖ ਰਹੇ ਨੇ ਬਾਈ ਉਹਨਾਂ ਨੂੰ ਸ਼ਾਇਦ ਇਹ ਬੰਦੇ ਬਾਰੇ ਨਾਮ ਪਤਾ ਹੋਵੇ ਪਰ ਜਿਹੜੀ ਜਿਹੜੀ ਕੰਟਰੀ ਟਿਕਟੋਕ ਚੱਲਦੀ ਹੈ ਭਾਵੇਂ ਉਹ ਕੈਨੇਡਾ ਹੋਵੇ ਅਮਰੀਕਾ ਹੋਵੇ ਆਸਟ੍ਰੇਲੀਆ ਹੋਵੇ ਜਾਂ ਨਿਊਜ਼ੀਲੈਂਡ ਜਿੰਨੇ ਵੀ ਜਗਤ ਟਿਕਟੋਕ ਚੱਲਦੀ ਹੈ ਉਹ ਇਹ ਬਾਈ ਬਾਰੇ ਜ਼ਰੂਰ ਜਾਣਦੇ ਹੋਣਗੇ ਤੇ ਬਾਈ ਥੋੜਾ ਜਿਹਾ ਮਸ਼ਹੂਰ ਵੀ ਹੈ ਤੇ ਬਾਈ ਥੋੜਾ ਜਿਹਾ ਜਿਹਦਾ ਕਹਿੰਦੇ ਕਿ ਕੌਂਟਰੋਵਰਸ਼ਲ ਵੀ ਹੈ ਤੇ ਬੜੇ ਲੋਕ ਕਈ ਲੋਕ ਵਿੱਚ ਵਿੱਚ ਮਜ਼ਾਕ ਵੀ ਬਣਾਉਂਦੇ ਨੇ ਪਰ ਆਪਾਂ ਅੱਜ ਤੁਹਾਨੂੰ ਰੀਅਲ ਬੰਦੇ ਨਾਲ ਮਿਲਾਉਣਾ ਹੈ ਡੈਨਿਸ ਯਾਰਾਂ ਦਾ ਯਾਰ ਜਿਹਨੂੰ ਕਈ ਲੋਕ ਪੰਜਾਬੀ ਐਂਡਰੂ ਟੇਡ ਵੀ ਕਹਿੰਦੇ ਨੇ ਕਮੈਂਟਾਂ ਚ ਉਹਦੇ ਵਿੱਚ ਤੇ ਮੈਂ ਪਹਿਲਾਂ ਬਾਈ ਨੂੰ ਕਹੂੰਗਾ ਕਿ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਦੇ ਹਾਂ ਉਸ ਤੋਂ ਬਾਅਦ ਆਪਾਂ ਸ਼ੁਰੂ ਕਰੀਏ ਅੱਜ ਦਾ ਪੋਡਕਾਸਟ ਬਾਈ ਨਮਸਤੇ ਸਲਾਮ ਅਲੈਕੁਮ ਹਣਾ ਬਾਕੀ ਸਾਰਿਆਂ ਨੂੰ ਮੇਰੀ ਲਾਈਕ ਗੁੱਡ ਵਿਸ਼ੀਜ਼ ਹੈ ਤੇ ਬਹੁਤ ਵਧੀਆ ਲੱਗਿਆ ਬਾਈ ਫੀਲਿੰਗ ਗ੍ਰੇਟ ਕਿ ਆਪਾਂ ਨੂੰ ਪਲੇਟਫਾਰਮ ਮਿਲਿਆ ਗੱਲ ਕਰਨ ਲਈ ਰਾਈਟ ਸੋ ਆਮ ਫੀਲਿੰਗ ਗ੍ਰੇਟ ਮੈਨ ਦਸੈਟ ਨਹੀਂ ਡੈਨਿਸ ਬਾਈ ਦੀ ਨਾ ਅਪਾਇੰਟਮੈਂਟ ਬਹੁਤ ਬਿਜ਼ੀ ਆ ਬਹੁਤ ਮਿੰਚਰਾਬਾਦ ਅਪਾਇੰਟਮੈਂਟ ਮੇਡ ਡੈਨਿਸ ਬਾਈ ਨਾਲ ਕੀ ਇਦਾਂ ਫਰੀਆਂ ਨਹੀਂ ਥੁਰੀ ਤੇ ਬਾਈ ਡੈਨਿਸ ਤੇਰਾ ਰੀਅਲ ਨੇਮ ਡੈਨਿਸ ਹੀ ਆ ਜਾਂ ਫਿਰ ਕੋਈ ਹੋਰ ਨਾਮ ਆ ਰੀਅਲ ਬਾਈ ਰੀਅਲ ਨੇਮ ਜਿਹੜਾ ਮੇਰਾ ਹੈਗਾ ਆ ਉਹ ਕੋਈ ਹੋਰ ਨਾਮ ਹੈ ਡੈਨਿਸ ਵੀ ਇੱਕ ਰੀਅਲ ਨੇਮ ਹੀ ਕਹਿ ਲੋ ਅੱਛਾ ਕਿਉਂਕਿ ਇਹ ਵੀ ਮੇਰੇ ਮਮ ਡਾਡ ਤੋਂ ਹੀ ਮਿਲਿਆ ਮੈਨੂੰ ਰਾਈਟ ਸੋ ਮੈਂ ਇਹਨੂੰ ਕੋਈ ਵੱਖਰਾ ਨਹੀਂ ਸਮਝਦਾ ਇਹ ਮੈਂਟੈਲਿਟੀ ਆਪਣੀ ਆਪਣੀ ਸੋ ਬਸ ਇਹ ਅਗੇ ਪਾਸਪੋਰਟ ਤੇ ਨਹੀਂ ਹੈਗਾ ਦੈਟਸ ਅ ਡਿਫਰੈਂਸ ਬਟ ਡੈਨਿਸ ਹੈ ਜਿਹੜਾ ਮੇਰੇ ਡੈਡੀ ਵੱਲੋਂ ਨਾਮ ਮਿਲਿਆ ਮੈਨੂੰ ਕਿਉਂਕਿ ਡੈਨਿਸ ਇੱਕ ਸੀਰੀਅਲ ਆਂਦਾ ਹੁੰਦਾ ਸੀ ਡੈਨਿਸ ਦੀ ਮੈਨਿਸ ਅੱਛਾ ਤੇ ਉਹ ਸੀਰੀਅਲ ਬੜਾ ਮੁੰਡਾ ਨੋਟੀ ਤੇ ਬੜਾ ਐਕਟਿਵ ਮੁੰਡਾ ਸੀ ਉਹ ਉਹਨੂੰ ਬੜੀ ਕਯੋਸ ਪਸੰਦ ਸੀਗੀ ਹਲਚਲ ਸੋ ਮੈਂ ਸ਼ੁਰੂ ਤੋਂ ਦਰਾਂ ਜਵਾਕ ਰਿਆਂ ਜਿਹੜਾ ਐਥਲੀਟ ਆ ਜਿਹੜਾ ਯੂ نو ਲਾਈਕ ਹਲਚਲ ਪਸੰਦ ਕਰਦਾ ਹੈ ਜਿਹੜਾ ਹਮੇਸ਼ਾ ਟੈਂਸ਼ਨ ਗ੍ਰੈਬ ਕਰਦਾ ਸੀਗਾ ਸੋ ਮੇਰੇ ਡੈਡੀ ਨੂੰ ਮੇਰੇ ਚ ਇੱਕ ਕਪ ਕਲਾ ਲੱਗੀ ਤਾਂ ਉਹਨਾਂ ਨੇ ਕਿਹਾ ਤੇਰਾ ਨਾਮ ਡੈਨਿਸ ਰੱਖਣਾ ਆਪਾਂ ਡੈਨਿਸ ਦਾ ਮੈਨਿਸ ਡੈਨਿਸ ਦੈਟਸ ਵਾਈ ਡੈਨਿਸ ਨਹੀਂ ਭਾਈ ਬਹੁਤ ਸੋਹਣਾ ਨਾਮ ਹੈ ਤੇ ਡੈਨਿਸ ਤੋਂ ਬਾਅਦ ਯਾਰਾਂ ਦਾ ਯਾਰ ਜਿਹੜਾ ਤੇਰਾ ਯੂਜ਼ਰ ਨੇਮ ਹੈ ਉਹਦੇ ਪਿੱਛੇ ਕੋਈ ਸਟੋਰੀ ਹੈਗੀ ਹੈ ਕਿਉਂਕਿ ਮੈਂ ਪਹਿਲਾਂ ਦੇਖਿਆ ਤੇਰਾ ਸਾਲ ਬਲੇ ਗਾਣਾ ਆਇਆ ਸੀ ਉੱਚ ਤੂੰ ਆਪਣਾ ਨਾਮ ਡੈਨਿਸ ਵਰਲਡ ਲਿਖਿਆ ਸੀ ਤੇ ਡੈਨਿਸ ਨੂੰ ਯਾਰਾਂ ਦਾ ਯਾਰ ਟਿਕਟੋਕ ਤੇ ਓਨਲੀ ਕੋਈ ਸਟੋਰੀ ਹੈ ਕਿ ਇਹ ਨਾਮ ਰੱਖਣਾ ਹੈ ਜਾਂ ਫਿਰ ਉਦਾਂ ਹੀ ਬਸ ਦਿਲ ਕੀਤਾ ਯਾਰ ਆ ਨਾਮ ਦੀ ਲੱਗਦਾ ਹੈ ਲਿਖ ਲੈਣਾ ਇਹਦੇ ਪਿੱਛੇ ਨਾ ਯਾਰ ਵੀਰੇ ਇੱਕ ਮੈਂ ਤੁਹਾਨੂੰ ਦੱਸਦਾ ਇਹਦੇ ਪਿੱਛੇ ਵੱਡੀ ਸਟੋਰੀ ਆ ਜਿਵੇਂ ਯਾਰਾਂ ਮੇਰਾ ਸ਼ੁਰੂ ਤੋਂ ਹੀ ਨਾਮ ਪਿਆ ਹੋਇਆ ਸੀ ਜਦੋਂ ਮੇਰੀ ਈਮੇਲ ਅਕਾਊਂਟ ਬੰਨਣਾ ਸੀ ਨਾ ਮੇਰਾ ਤੇ ਮੇਰਾ ਜਿਹੜਾ ਈਮੇਲ ਅਕਾਊਂਟ ਸੀ ਉਹ ਮੇਰੇ ਫਰਸਟ ਟਾਈਮ ਮੇਰੇ ਡੈਡੀ ਨੇ ਬਣਾਇਆ ਸੀਗਾ ਅੱਛਾ ਠੀਕ ਆ ਤੇ ਉਹਨਾਂ ਨੇ ਨਾਮ ਰੱਖਿਆ ਸੀ ਮੇਰਾ ਜਿਹਨੂੰ ਕਿਹਾ ਡੈਨਿਸ ਤੇ ਉਹਨਾਂ ਨੇ ਨਾਮ ਰੱਖਤਾ ਸੀ ਯਾਰਾਂ ਦਾ ਯਾਰ ਆਹਾਂ ਇਹ ਮੇਰੇ ਡੈਡ ਨੇ ਨਾਮ ਮੈਨੂੰ ਦਿੱਤਾ ਸੀ ਉਦੋਂ ਤੇ ਉਸ ਤੋਂ ਬਾਅਦ ਇਹ ਨਾਮ ਜਿੱਦਾਂ ਮੈਨੂੰ ਆਉਦਾ ਸੀ ਸ਼ਾਇਦ ਮੈਨੂੰ ਅੱਗੇ ਨਹੀਂ ਲੈ ਕੇ ਆਉਣਾ ਚਾਹੀਦਾ ਯਾਰਾਂ ਦਾ ਯਾਰ ਕਰਕੇ ਸੋ ਮੈਂ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਵਰਲਡ ਕਰ ਲੈਂਦੇ ਕੁਝ ਕਰ ਲੈਂਦੇ ਬਟ ਬਟ ਪਿੱਛੇ ਜੇ ਕੁਝ ਇਦਾਂ ਦੇ ਲਾਈਫ ਇਨਸੀਡੈਂਟ ਹੋਏ ਨੇ ਤੇ ਮੈਨੂੰ ਰਿਅਲਾਈ ਹੋਇਆ ਕਿ ਮੈਂ ਵਾਕਈ ਜੀ ਯਾਰਾਂ ਦਾ ਯਾਰ ਹਾਂ ਅੱਛਾ ਸੋ ਠੀਕ ਹੈ ਇਹ ਨਾਮ ਪਹਿਣਾ ਚਾਹੀਦਾ ਸੋ ਮੈਂ ਉਹ ਤਾਂ ਕਰਕੇ ਰੱਖਿਆ ਹੀ ਰੀਜ਼ਨ ਹੈ ਕੱਲਾ ਬਸ ਨਹੀਂ ਨਹੀਂ ਬਈ ਬਹੁਤ ਸੋਹਣਾ ਨਾਮ ਹੈ ਤੇ ਤੇਰਾ ਜਦੋਂ ਅਫਾ ਦੇਖੀਏ ਨਾ ਪ੍ਰੋਫਾਈਲ ਸਾਰੀ ਉਰੀ ਚ ਪੋਜ਼ਿਟਿਵਿਟੀ ਆ ਬਟ ਤੇਰਾ ਦੱਸਣ ਦਾ ਸਟਾਈਲ ਬੋਲਣ ਦਾ ਸਟਾਈਲ ਬਹੁਤ ਵੱਖਰਾ ਜਿਆ ਲੋਕੀ ਕਈ ਉਹਨੂੰ ਕਹਿੰਦੇ ਬਈ ਹੋਲੀ ਬੋਲਾ ਇਦਾਂ ਬੋਲਾ ਬਟ ਉਹ ਕੀ ਮੈਨੂੰ ਤਾਂ ਬਹੁਤ ਵੀ ਲੱਗਦੀ ਹੈ ਪੋਜ਼ਿਟਿਵਿਟੀ ਤੂੰ ਫਲੋਨਾ ਜਿਦਾ ਵੀ ਨਾ ਕਿ ਆਪਣੇ ਬਾਰੇ ਕੋਈ ਮੈਸੇਜ ਦੇਣਾ ਹੋਵੇ ਲੋਕਾਂ ਨੂੰ ਤੇ ਪੂਰੇ ਜੋਸ਼ ਨਾਲ ਬੋਲੋ ਪੂਰੇ ਮੋਟੀਵੇਸ਼ਨ ਨਾਲ ਤੇ ਆਪਾਂ ਕੱਲ ਪੋਸਟ ਪਾਈ ਸੀ ਤਾਂ ਕਈਆਂ ਨੇ ਹੀ ਪੁੱਛਿਆ ਬਾਈ ਕਿ ਇੰਨੀ એનર્ਜੀ ਇੰਨੀ ਮੋਟੀਵੇਸ਼ਨ ਕਿੱਥੋਂ ਲੈ ਗਿਓ ਨਾ ਬਰੋ ਲੋਕਾਂ ਨੂੰ ਮੰਡਣ ਲਈ ਬਾਈ ਮੈਂ ਓਨੈਸਟਲੀ ਦੱਸਦਾ ਇਹ ਮੋਟੀਵੇਸ਼ਨ ਇਹ એનર્ਜੀ ਹੈਗੀ ਫਸਟ ਮੈਂ ਰੱਬ 'ਚ ਬਲੀਵ ਕਰਦਾ ਯੂ نو ਗੋਡलेस ਹੋਣਾ ਬਹੁਤ ਮਾੜਾ ਹੈ ਮੈਨੂੰ ਪਤਾ ਹੈ ਬੜੀ ਦੁਨੀਆ ਥੋੜਾ ਡੈਵਲ ਸ਼ਿੱਟਾਂ 'ਚ ਮੰਦੀ ਐ ਐਂਡ ਆਲ ਦੈਟ ਹਨਾ ਕੀ ਕਹਿੰਦੇ ਸ਼ਿੱਟਾਂ 'ਚ ਮੰਨ ਮੈਂ ਜੋ ਕਰਨਾ ਕਰੋ ਬਟ ਆਲ ਆਮ ਸਪਰੈਡਿੰਗ ਇਸ ਪੋਜ਼ਿਟਿਵਲੀ ਪੋਜ਼ਿਟਿਵਿਟੀ ਹੁੰਦੀ ਐ ਉਹ ਰੱਬ ਵੱਲੋਂ ਹੀ ਮਿਲਦੀ ਐ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਥੋੜੀ ਡਿਊਟੀਆਂ ਕੀ ਨੇ ਤੁਸੀਂ ਕਰਨ ਕੀ ਆਏ ਹੋ ਜੋ ਵੀ ਤੁਸੀਂ ਕਰ ਰਹੇ ਹੋ ਫੁੱਲ એનર્ਜੀ ਨਾਲ ਕਰੋ ਚਾਹੇ ਤੁਸੀਂ ਜੌਬ ਕਰ ਰਹੇ ਹੋ ਚਾਹੇ ਤੁਸੀਂ ਸਾਲਾ ਖਾਣਾ ਬਣਾ ਰਹੇ ਹੋ ਚਾਹੇ ਤੁਸੀਂ ਕੀ ਕਹਿੰਦੇ ਆ bizness ਕਰ ਰਹੇ ਹੋ ਫੁੱਲ એનર્ਜੀ ਬਹੁਤ ਇੰਪੈਕਟ ਕਰਦੀ ਆ ਕੌਨਫੀਡੈਂਸੀ ਵੀ ਵਨ ਕਰਦਾ ਬਾਈ ਹਰ ਇੱਕ ਚੀਜ਼ ਕੌਨਫੀਡੈਂਸੀ ਨਹੀਂ ਜੇ ਹੈਗਾ ਇਨਸਾਨ ਦੇ ਵਿੱਚ ਉਹ ਕਿਦਾਂ ਕੋਈ ਚੀਜ਼ ਨੂੰ ਕੰਪਲੀਸ਼ ਕਰੂਗਾ ਭਾਵੇਂ ਉਹ ਛੋਟੇ ਤੋਂ ਛੋਟਾ ਟਾਸਕ ਵੀ ਹੈ ਨਾ ਉਹਦੇ ਚ એનર્ਜੀ ਭਰਨੀ ਚਾਹੀਦੀ ਆ ਔਰ ਲੋਕ ਮੈਂ ਦੇਖਦਾ ਲੋਕਾਂ ਚ એનર્ਜੀ ਹੈ ਹੀ ਨਹੀਂ ਲੋਕ ਇੰਨੇ ਜਿਆਦਾ ਕੌਨਫੀਡੈਂਸ ਲੋਕਾਂ ਚ ਮਰਿਆ ਪਿਆ ਹੈ ਪਤਾ ਨਹੀਂ ਮੈਂ ਹੈਰਾਨ ਐ ਕਿ ਕਿਉਂ ਇਹ ਹੋ ਰਿਹਾ ਤੁਸੀਂ ਕਰਨ ਕਿਹ ਆਏ ਹੋ ਸਾਲਿਓ ਜੀ ਦੁਨੀਆ ਤੇ ਆਏ ਹੋ ਤੁਹਾਡੇ ਮਾਪਿਓ ਨੇ ਜਨਮ ਦਿੱਤਾ ਤੁਹਾਨੂੰ ਠੀਕ ਐ ਨਾ ਤੁਹਾਡੀ ਪਰਵਰਿਸ਼ ਕੀਤੀ ਤੁਹਾਨੂੰ ਖਵਾਇਆ ਪੁਲਾਇਆ ਤੁਹਾਨੂੰ ਡਾਕਟਰਾਂ ਕੋ ਲੈ ਕੇ ਗਏ ਤਾਂ ਇਸ ਕਰਕੇ ਤਾਂ ਨਹੀਂ ਲੈ ਕੇ ਗਏ ਸੀ ਕਿ ਤੂੰ ਮੇਰੇ ਚ ਬੈਠ ਕੇ ਇਦਾਂ ਐ ਕਰੇਗਾ ਮੇਰਾ ਦਿਲ ਨਹੀਂ ਲੱਗ ਰਿਹਾ ਮੇਚ ਕੌਨਫੀਡੈਂਸ ਨਹੀਂ ਆਗਾ ਕੌਨਫੀਡੈਂਸ ਪਰਫੇਰ ਠੀਕ ਹੈ ਨਾ ਇਹ ਏਕਸਕਿਊਜ਼ ਲੱਭਦੇ ਯਾਰ ਇਹ ਮੇਰੀ ਮੇਰਾ ਕੰਫੀਡੈਂਸ ਅਭੀਰੇ ਇੱਕੋ ਇੱਕ ਰੀਜ਼ਨ ਹੈ ਉਹ ਇਹ ਹੈਗਾ ਫਰਸਟ ਕਿ ਮੈਂ ਗॉड ਨੂੰ ਮੰਨਦਾ ਤੇ ਹੋਰ ਜੇ ਆਪਾਂ ਕਹ ਲਈਏ ਤਾਂ ਉਹ ਇਹ ਹੈ ਕਿ ਯਾਰ ਮੈਨੂੰ ਪਤਾ ਮੈਂ ਕੀ ਕਰਨਾ ਚਾਹੁੰਨਾ ਥੈਟਸ ਇਟ ਆ ਨੋ ਵਾਟ ਆ ਹਵ ਟੂ ਡੂ ਥੈਟਸ ਇਟ ਇਹ ਰੀਜ਼ਨ ਤੇ ਡੈਨੀ ਸ ਸ਼ੁਰੂ ਤੋਂ ਬਈ ਜਿੱਦਾਂ ਹੁਣ ਤੂੰ એનર્ਜੀ ਚ ਵੀਡੀਓ ਬਣਾਉਣਾ ਜਾਂ ਕੰਫੀਡੈਂਸ ਵੀਡੀਓ ਬਣਾਉਣਾ ਡੈਨੀ ਸ਼ੁਰੂ ਤੋਂ ਇਦਾਂ ਦਾ ਸੀ ਜਾਂ ਫਿਰ ਕੋਈ ਜੀ ਜ਼ਿੰਦਗੀ ਜਿਹੋ ਜਿਹੀ ਸਿਨੇਟ ਹੋਇਆ ਕਿ ਨਹੀਂ ਯਾਰ ਮੈਂ ਇਹ ਇਸ ਚੀਜ਼ ਹੀ ਬਣਿਆ ਮੈਂ ਜਮੇਰ ਚ ਆਹ ਕੌਨਫੀਡੈਂਸ ਇੱਥੋਂ ਆਇਆ ਜਿਹਦਾ ਬੜੇ ਕੁਝ ਹੁੰਦੇ ਨੇ ਲਾਈਫ ਚ ਇ ਚੇਂਜਸ ਸੋ ਕਿਉਂਕਿ ਤੇਰੀਆਂ ਵੀਡੀਓਸ ਬਤੌਰ 7-8 ਮਹੀਨੇ ਤੋਂ ਪਹਿਲਾਂ ਆਉਣੀ ਸ਼ੁਰੂ ਹੋਈਆਂ ਇੰਟਰਨੈਟ ਤੇ ਸੋ ਕੋਈ ਰੀਜ਼ਨ ਸੀ ਇਹਦੇ ਪਿੱਛੇ ਆਉਣ ਦਾ ਇੰਟਰਨੈਟ ਤੇ ਕਿ ਯਾਰ ਜਨਤਾ ਨੂੰ ਵੀ ਦੱਸਾਂ ਕਿ ਮੇਰੀ ਜ਼ਿੰਦਗੀ ਚ ਆਹ ਚੇਂਜ ਆਇਆ ਤੇ ਮੈਂ ਲੋਕਾਂ ਚ ਵੀ ਚੀਜ਼ ਸਪਰੈਡ ਕਰਾਂ ਸ਼ੁਰੂ ਤੋਂ ਇਦਾਂ ਨਾ ਸੀਗਾ ਸ਼ੁਰੂ ਤੋਂ ਹੀ ਕਦੇ ਲਾਈਕ ਇਦਾਂ ਨਹੀਂ ਸੀਗਾ ਕਿ ਮੈਨੂੰ ਐ ਲੱਗਾ ਕਿ ਮੇਰੇ ਚ ਕੌਨਫੀਡੈਂਸ ਨਹੀਂ ਹੈਗਾ ਕਿਉਂਕਿ ਮੈਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਐਥਲੀਟ ਰਹਿ ਚੁੱਕਾ ਹਾਂ ਮੈਂ ਠੀਕ ਹੈ ਨਾ ਸੋ ਮੈਂ ਇਹ ਜਿਹੜਾ ਮੇਰਾ ਕੌਨਫੀਡੈਂਸ ਸੀਗਾ ਮੈਨੂੰ ਆਡੀਅנס ਦੇ ਵਿੱਚ ਰਹਿਣਾ ਆਉਂਦਾ ਯਾ ਨਾ ਯੂ نو ਵਾਟ ਆਈ ਮੀਨ ਮੈਨੂੰ ਆਡੀਅנס ਦੇ ਵਿੱਚ ਰਹਿਣਾ ਆਉਂਦਾ ਉਹ ਕੌਨਫੀਡੈਂਸ ਜਿਹੜਾ ਮੇਰਾ ਬਿਲਡ ਹੋਇਆ ਮੇਰੀ ਸਪੋਰਟਸ ਨਾਲ ਹੋਇਆ ਜਦੋਂ ਮੈਂ ਐਥਲੀਟ ਸੀਗਾ ਉਦੋਂ ਮੈਨੂੰ ਚੇਰਪ ਜਦੋਂ ਲੋਕ ਕਰਦੇ ਸੀਗੇ ਯੂ نو ਤਾਂ ਉਹ ਉਹ ਮੈਨੂੰ ਚੀਜ਼ਾਂ ਫੀਲ ਵਧੀਆ ਕਰਦੀਆਂ ਸੀ ਔਰ ਇਹ ਹਰ ਇੱਕ ਬੰਦੇ ਨੂੰ ਵਧੀਆ ਫੀਲ ਕਰਦਾ ਹੈ ਬਾਈ ਜੇ ਤੁਹਾਨੂੰ ਕੋਈ ਕੰਪਲੀਮੈਂਟ ਮਿਲਦੇ ਹੈ ਨਾ ਤੁਸੀਂ ਫੀਲ ਵਧੀਆ ਕਰੋਗੇ ਕਰੋਗੇ ਸੋ ਇੱਕ ਰੀਜ਼ਨ ਸੀਗਾ ਕਿ ਮੇਰੇ ਚ ਕੌਨਫੀਡੈਂਸ ਸ਼ੁਰੂ ਤੋਂ ਹੀ ਸੀਗਾ ਤੇ ਬਾਕੀ ਜਿਹੜਾ ਮੈਂ ਸਪਰੈਡ ਕਰ ਰਿਹਾ ਜਿਵੇਂ ਤੁਸੀਂ ਕਹਿਆ ਕਿ ਨਾ ਲੋਕਾਂ ਦੇ ਵੀ ਤੁਸੀਂ ਕਹਿ ਰਹੇ ਸੀਗੇ ਕਿ ਤੁਸੀਂ ਮੈਨੂੰ ਹੁਣੀ ਕੁਐਸ਼ਨ ਕੀਤਾ ਸੀਗਾ ਇੱਕ ਮੈਂ ਇਹ ਕਹਿਆ ਸੀ ਕਿ ਜਦੋਂ ਤੁਸੀਂ ਹੁਣ ਜਨਤਾ 'ਚ ਸਪਰੈਡ ਕਰਨੀ ਸ਼ੁਰੂ ਕੀਤੀ ਆਪਣੀ ਪੋਜ਼ਿਟਿਵਿਟੀ ਸੋਦੇ ਪਿੱਛੇ ਕੋਈ ਰੀਜ਼ਨ ਸੀ ਕਿ ਯਾਰ ਮੇਰੇ ਅੰਦਰ ਕੁਝ ਹੈਗਾ ਮੈਂ ਲੋਕਾਂ 'ਚ ਵੀ ਵੜਨਾ ਯੈਸ ਇਹਦੇ ਪਿੱਛੇ ਰੀਜ਼ਨ ਹੈ ਬਾਈ ਫਰਸਟ ਆਫ ਆਲ ਦੇਖੋ ਹੁਣ ਜਿਵੇਂ ਮੇਰਾ ਮੇਰਾ ਬ੍ਰਦਰ ਆ ਜਿਹੜਾ ਹਨਾ ਰੀਅਲ ਬ੍ਰਦਰ ਆ ਰਾਈਟ ਮੈਂ ਉਹਦੇ ਨਾਲ ਜਦੋਂ ਕਿਤੇ ਖਾਣਾ ਪੀਣਾ ਜਾਂਦਾ ਮੈਂ ਤੇ ਉਹ ਸੇਮ ਐਕਟ ਕਰਦੇ ਟੈਕ ਮੀਨਸ ਕਿ ਜੋ ਮੈਂ ਉਹ ਹੀ ਹੂ ਜੋ ਉਹ ਆ ਉਹੀ ਮੈਂ ਸਾਡੀ એનર્ਜੀ ਹਾਈ ਆ ਠੀਕ ਹੈ ਹਾਈ ਲੈਵਲ ਸਕੇਲ ਤੇ ਆ ਪਰ ਜਦੋਂ ਮੈਂ ਮੈਜੋਰਟੀ ਆਫ ਲੋਕ ਦੇਖ ਰਿਹਾ ਅੱਜ ਕੱਲ ਜਿਹੜੇ ਸਾਡੇ ਨਾਲ ਵੀ ਨੇ ਕੁਝ ਕੁ ਦੋਸਤ ਹੋ ਗਏ ਜਾਂ ਕੁਝ ਕੁ ਹੋਰ ਲੋਕ ਜਿਹੜੇ ਆਲੇ ਦੁਆਲੇ ਦਿਖ ਜਾਂਦੇ ਆ ਬ੍ਰੋ ਉਹਨਾਂ ਨੂੰ ਦੇਖ ਕੇ ਇਦਾਂ ਫੀਲ ਹੁੰਦਾ ਸੀ ਕਿ ਯਾਰ ਇਹ ਲੋਕ ਕਿਉਂ ਦਬੇ ਦਬੇ ਨੇ ਕੀ ਰੀਜ਼ਨ ਹੈ ਕਿਉਂ ਕਿਉਂ ਇਹ ਆਪਣੇ ਆਪ ਨੂੰ ਸਲੇਵ ਸਮਝ ਰਹੇ ਨੇ ਸੋਸਾਇਟੀ ਦਾ ਕਿਉਂ ਇਹ ਆਪਣੇ ਆਪ ਨੂੰ ਐ ਸਮਝ ਰਹੇ ਨੇ ਕਿ ਯਾਰ ਉਹ ਵਰਥਲੈਸ ਨੇ ਵਾਈ ਸੈਲਫ ਬਲੀਫ ਕਿੱਥੇ ਆ ਸੋ ਮੈਨੂੰ ਕੋਈ ਬੰਦਾ ਪੂਰੇ ਪੰਜਾਬੀ ਕਮਿਊਨਿਟੀ ਚ ਮੈਂ ਹਿੱਕ ਥੋਕੇ ਕਹਿ ਸਕਦਾ ਜਿਹੜਾ ਦਿਖਿਆ ਹੀ ਨਹੀਂ ਜਿਹੜਾ ਫੈਕਟ ਦੱਸ ਰਿਹਾ ਹੋਵੇ ਜਿਹੜਾ ਰਿਐਲਿਟੀ ਦੱਸੇ ਕਿ ਕੌਨਫੀਡੈਂਸ ਕਿੰਨਾ ਇੰਪੋਰਟੈਂਟ ਹੈ ਕੋਈ ਵੀ ਨਹੀਂ ਸੀ ਕੋਈ ਵੀ ਨਹੀਂ ਸਿੰਗਰ ਛੱਤੀ ਫਿਰਦੇ ਆ ਇਟ ਪਟੋ ਸਿੰਗਰ ਨਿਕਲ ਜਾਂਦਾ ਮੈਂ ਵੀ ਗਾਣੇ ਸ਼ੌਂਕ ਨੂੰ ਗਾ ਲੰਨਾ ਮੈਂ ਵੀ ਸ਼ੌਂਕ ਨੂੰ ਗਾਣੇ-ਗੁਣੇ ਕੱਢ ਕੇ ਸੜ ਦੰਨਾ। ਕੁਕੀ ਵਾਜ਼ ਸ਼ਿਟ। ਪਹਿਲਾਂ ਮੈਨੂੰ ਇਹ ਲੱਗਦਾ ਸੀਗਾ ਕਿ ਮੈਂ ਚੱਲ ਗਾਣੇ ਕਰਨੇ ਆ, ਹਨਾ। ਪਹਿਲਾਂ ਮੈਨੂੰ ਆਲਾ ਸੀ ਮੈਂ ਗਾਣੇ-ਗੁਣੇ ਕਰਨੇ ਆ। ਮੈਂ ਸ਼ਾਇਦ ਮੈਨੂੰ ਇੱਕ ਸਟੇਜ ਮਿਲੂਗੀ, ਪਲੇਟਫਾਰਮ ਮਿਲੂਗਾ। ਉਦੋਂ ਰਹੀ ਮੈਂ ਲੋਕਾਂ ਨੂੰ ਦੱਸੂਗਾ। ਪਰ ਮੈਂ ਦੇਖਿਆ ਸਿੰਗਰ ਵੀ ਕੀ ਕਰ ਲੈਨੇ? ਸਿੰਗਰ ਗਾਣੇ ਗਾਉਂਦੇ ਆ, ਸਟੇਜ ਤੇ ਚੜ੍ਹਦੇ ਆ। ਆਪਣਾ ਵਧੀਆ ਬਸ ਗੱਲਾਂ ਮਾਰ ਲੈਂਦੇ ਮਿੱਠੀਆਂ-ਮਿੱਠੀਆਂ 4-5। ਕੋਈ ਕੋੜਾ ਸੱਚ ਦੱਸਦੇ ਹੀ ਨਹੀਂ। ਨਹੀਂ ਬਿਲਕੁਲ ਬਿਲਕੁਲ। ਆਪਾਂ ਸਿੰਗਰ ਵਾਲੀ ਗੱਲ ਤੇ ਬਈ ਫੇਰ ਆਉਨੇ ਆ। ਪ ਬਈ ਮੈਂ ਮੈਂ ਸਟੱਡੀ ਮੈਂ ਸਟੱਡੀ ਭੇਜਤੀ ਆਇਆ ਸੀਗਾ ਤੇ ਇਹਦੇ ਕੀ ਕਹਿੰਦੇ ਆ ਮੈਨੂੰ ਹੋ ਗਏ 5 ਸਾਲ ਠੀਕ ਹੈ ਤੇ ਜਦੋਂ ਮੈਂ ਸ਼ੁਰੂ ਚ ਆਇਆ ਸੀਗਾ ਜਿਵੇਂ ਹੁਣ ਦੇਖੋ ਟਫ ਟਾਈਮ ਮੈਂ ਇਕੱਲੇ ਨਹੀਂ ਦੇਖੇ ਸਭੀ ਵੀ ਦੇਖੇ ਹੋਣੇ ਸਾਰਿਆਂ ਦਾ ਬਈ ਸਾਰਾ ਠੀਕ ਹੈ ਨਾ ਔਰ ਟਫ ਟਾਈਮ ਜਿਹਨੇ ਦੇਖੇ ਆ ਮੈਂ ਕਹਿੰਦਾ ਸਭ ਤੋਂ ਲੱਕੀ ਬੰਦਾ ਸਭ ਤੋਂ ਲੱਕੀ ਬੰਦਾ ਹੈ ਜਿਹਨੇ ਟਫ ਟਾਈਮ ਦੇਖੇ ਆ ਉਹਦੇ ਕੋਲ ਸਟੋਰੀਜ਼ ਨੇ ਦੱਸਣ ਨੂੰ ਫਿਊਚਰ ਵਿੱਚ ਆਪਣੇ ਬੱਚਿਆਂ ਨੂੰ ਆਪਣੀ ਫੈਮਲੀ ਨੂੰ ਆਪਣੇ ਲਵਡ ਵਨ ਨੂੰ ਕਿ ਹਾਂ ਮੈਂ ਇਹ ਟਾਈਮ ਤੋਂ ਨਿਕਲੇ ਆ ਇਹ ਮੇਰੇ ਨਾਲ ਸਿਚੁਏਸ਼ਨਾਂ ਹੋਈਆਂ ਸੀ ਸਮਝ ਰਹੇ ਹੋ ਮੈਂ ਕਹਿਣਾ ਕੀ ਚਾਹੁੰਦਾ ਸਮਝ ਗਿਆ ਭਾਈ ਸਮਝ ਰਿਹਾ ਸਮਝ ਰਿਹਾ ਬਟ ਜਿਹੜੇ ਬੰਦੇ ਨੇ ਟਫ ਟਾਈਮ ਹੀ ਨਹੀਂ ਦੇਖਿਆ ਜਿਹੜੇ ਬੰਦੇ ਨੇ ਸਾਲੇ ਨੇ ਕੁਝ ਮਹਿਸੂਸ ਹੀ ਨਹੀਂ ਕੀਤਾ ਕਿ ਜ਼ਿੰਦਗੀ ਕੀ ਚੀਜ਼ ਹੈ ਮੈਂ ਉਸ ਬੰਦੇ ਨੂੰ ਵਰਥਲੈਸ ਸਮਝਦਾ ਉਸ ਬੰਦੇ ਨੂੰ ਮੈਂ ਸਮਝਦਾ ਗੈਂਡਾ ਬੇਵਕੂਫ ਈਡੀਅਟ ਦੈਟਸ ਇਟ ਤੇ ਭਾਈ ਜਿੱਦਾਂ ਤੂੰ ਗੱਲ ਕੀਤੀ ਨਾ ਕਿ ਸਟੂਡੈਂਟ ਆ ਆਪਾਂ ਭਾਈ ਸਾਰਿਆਂ ਨੇ ਸਾਰੇ ਲਾਈਫ ਚ ਪ੍ਰੋਬਲਮ ਦੇਖਦੇ ਨੇ ਪਰ ਆ ਅੱਜ ਅੱਜ ਦੀ ਡੇਟ 'ਚ ਤੁਸੀਂ ਸੱਚੀ ਚੀਜ਼ ਦੇਖੀ ਹੋਵੇ ਕਿ ਹਾਰਟ ਅਟੈਕਸ ਬਹੁਤ ਆ ਰਹੇ ਨੇ ਆਪਣੇ ਸਟੂਡੈਂਟ ਲੋਕਾਂ ਨੂੰ ਜਾਂ ਮੈਂਟਲੀ ਸਟ੍ਰੈਸ ਨੇ ਬਹੁਤ ਜ਼ਿਆਦਾ ਲੋਕ ਯੈਸ ਯੈਸ ਮੈਂਟਲ ਸਟ੍ਰੈਸ ਮੈਂਟਲ ਜਾਂ ਮੈਂਟਲ ਸਪੇਸ ਇਦਾਂ ਦੀ ਚੀਜ਼ਾਂ ਇਹਦੇ ਬਾਰੇ ਕੋਈ ਗੱਲ ਕਰਨਾ ਨਹੀਂ ਚਾਹੁੰਦਾ ਹਣਾ ਪਰ ਹੈ ਕਿ ਸਭ ਤੋਂ ਇੰਪੋਰਟੈਂਟ ਚੀਜ਼ ਆ ਉਹਨੂੰ ਤੂੰ ਕਿਦਾਂ ਦੇਖਦਾ ਜਿਹੜੇ ਸਟੂਡੈਂਟ ਵਿਚਾਰੇ ਸਟ੍ਰੈਸ 'ਚ ਨੇ ਡਿਪਰੈਸ਼ਨ 'ਚ ਨੇ ਉਹਨਾਂ ਬਾਰੇ ਬਈ ਕੀ ਤੂੰ ਸੋਚਦਾ ਹੈ ਤੇ ਕਿਦਾਂ ਆਪਾਂ ਇਹਦਾ ਹੱਲ ਕਰ ਸਕਦੇ ਹੋ ਕਿ ਅੱਜ ਕੱਲ ਇਹ ਦੋਨੋਂ ਦਿਨ ਚੀਜ਼ ਵਧ ਰਹੀ ਹੈ ਦਿਨੋ ਦਿਨ ਕੇਸ ਵਧ ਰਹੇ ਨੇ ਜਦੋਂ ਆਪਾਂ ਨਵੇਂ ਨ ਉਦੋਂ ਇਹੋ ਜਿਹੀ ਖਬਰਾਂ ਨਹੀਂ ਸੀ ਹੁੰਦੀਆਂ ਪਰ ਤੂੰ ਦੇਖ ਹੁਣ ਇੰਟਰਨੈਟ ਤੇ 2-3 ਸਾਲ ਇੱਕ ਦੋ ਸਾਲ ਦੀਆਂ ਖਬਰਾਂ ਬਹੁਤ ਜਦੀਆਂ ਆ ਰਹੀਆਂ ਨੇ ਇਹਨਾਂ ਬਾਰੇ ਕੀ ਸੋਚਦਾ ਏ ਬਈ ਤੂੰ ਬਈ ਮੇਰਾ ਇਹਨਾਂ ਬਾਰੇ ਇਹੀ ਸੋਚਣਾ ਆ ਪਹਿਲੀ ਗਲਤੀ ਹੈ ਜਿਹੜੀ ਪਹਿਲੀ ਗਲਤੀ ਉਹ ਹੈਗੀ ਇਹਨਾਂ ਦੀ ਆਵਦੀ ਠੀਕ ਫਰਸਟ ਠੀਕ ਹੈ ਬੰਦੇ ਨੂੰ ਆਪਣੀ ਲਾਈਫ ਲਈ ਫੁੱਲ ਰਿਸਪੌਂਸਿਬਲ ਹੋਣਾ ਚਾਹੀਦਾ ਔਰ ਜਿਹੜਾ ਬੰਦਾ ਰਿਸਪੌਂਸਿਬਲ ਹੈ ਉਹ ਬੰਦਾ ਸਮਾਰਟਲੀ ਚੀਜ਼ਾਂ ਨੂੰ ਹੈਂਡਲ ਕਰ ਲੈਂਦਾ ਮੈਂ ਸੱਚਾਈ ਦੱਸ ਰਿਹਾ ਡੈਟਸ ਇਟ ਜਿਹੜਾ ਬੰਦਾ ਡਿਸਪਲਿਨ ਹੈ ਉਹ ਸਮਾਰਟਲੀ ਬੰਦਾ ਹੈਂਡਲ ਕਰ ਲੈਂਦਾ ਚੀਜ਼ਾਂ ਨੂੰ ਦੇਖੋ ਜੇ ਹਾਰਟ ਅਟੈਕ ਆ ਰਿਹਾ ਜੇ ਮੈਂਟਲੀ ਡਿਪਰੈਸ ਹੋ ਤੁਸੀਂ ਐਕਸ਼ਨ ਟੇਕ ਕਰੋ ਤੁਸੀਂ ਸੋਚੋਗੇ ਤੁਸੀਂ ਕਿਉਂ ਸਮਝ ਰਹੇ ਮੈਂ ਕਹਿਣਾ ਕੀ ਚਾਹੁੰਦਾ ਤੁਸੀਂ ਇਨਸਟੈਡ ਆਫ ਤੁਸੀਂ ਇਨਸਟੈਡ ਆਫ ਲੋਕਾਂ ਨੂੰ ਫੋਨ ਲਾ ਲਾ ਕੇ ਇਹ ਦੱਸੀ ਜਾਂਦੇ ਹੋ ਉਹ ਯਾਰ ਮੈਂ ਨਾ ਮੈਨੂੰ ਐ ਹੋ ਗਿਆ ਯਾਰ ਮੇਰੀ ਨਾ ਇਹ ਸਿਚੁਏਸ਼ਨ ਹੈ ਉਹ ਕਿਸੇ ਨੇ ਨਹੀਂ ਭਰਾਵਾ ਕਿਸੇ ਨੇ ਨਹੀਂ ਤੈਨੂੰ ਫੜਨਾ ਕਿਸੇ ਨੇ ਤੈਨੂੰ 10 ਦਿਨ ਤੋਂ ਜ਼ਿਆਦਾ ਪਾਲ ਕੇ ਰੋਟੀਆਂ ਨਹੀਂ ਖਵਾਉਣੀਆਂ ਕਮਾਉਣੀ ਤੈਨੂੰ ਆਪ ਪੈਣੀ ਆ ਤੈਨੂੰ ਪਤਾ ਇਹ ਗੱਲ ਦੇਖੋ ਕੌਂਸ਼ੀਅਸ ਮਾਈਂਡ ਨੂੰ ਪਤਾ ਹੈ ਕਿ ਕਰਨਾ ਸਾਰਾ ਕੁਝ ਆਪ ਪੈਣਾ ਯਸਰ ਨੋ ਬ੍ਰਦਰ ਐਗਰੀ ਕਰਦੇ ਹੋ ਕਿ ਨਹੀਂ ਬਿਲਕੁਲ 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 ਹੈਨਾ ਤੇ ਜੇ ਤੁਹਾਨੂੰ ਤੁਹਾਡੇ ਕੌਂਸ਼ੀਅਸ ਮਾਈਂਡ ਨੂੰ ਪਤਾ ਹੈ ਕਿ ਤੁਹਾਨੂੰ ਐਟ ਦੀ ਐਂਡ ਆਪ ਹੀ ਡਿਸੀਜਨ ਲੈਣਾ ਪੈਣਾ ਆਪ ਹੀ ਐਕਸ਼ਨ ਟੇਕ ਕਰਨੇ ਪੈਣੇ ਦੈਨ ਵਾਈ ਨਾਟ ਟੂ ਡੂ ਇਟ ਰਾਈਟ ਅਵੇ ਬਿਲਕੁਲ ਬਾਈ ਬਿਲਕੁਲ ਬਿਲਕੁਲ ਵਾਈ ਵਾਈ ਟੇਕਿੰਗ ਸਿੰਪਥੀ ਵਾਈ ਕਰਾਇੰਗ ਲਾਈਕ ਅ ਬੇਬੀ ਯੂ ਆਰ ਨਾਟ ਬੇਬੀ ਯੂ ਆਰ ਅਡਲਟ ਨਾਓ ਜਿੱਦਾਂ ਹੁਣ ਡੈਨੀਸ਼ ਯਾਰ ਤੂੰ ਇਹ ਗੱਲ ਕਰਤੀ ਹਨਾ ਕਿ ਗੱਡੀਆਂ ਕਰਕੇ ਕੁੜੀ ਕੁੜੀਆਂ ਕਰਕੇ ਗੱਡੀ ਨਾਲ ਲੋ ਹਨਾ ਪਰ ਇੱਥੇ ਆਪਾਂ ਇੱਕ ਸਾਦਾ ਇਹ ਵੀ ਦੇਖ ਸਕਦੇ ਆ ਕਿ ਕਈ ਕਿਹ ਸਿਨ ਇਦਾਂ ਤੇ ਹੁੰਦੇ ਵੀ ਨੇ ਕਿ ਗੱਡੀ ਦੇਖ ਕੇ ਹੀ ਕੁੜੀ ਸੈਟ ਹੋ ਜਾਂਦੀ ਆ ਕਿ ਮੈਨੂੰ ਸੋਖ ਹੋ ਜੂਗੀ ਉਹ ਚੀਜ਼ ਦੇਖਦਾ ਤੂੰ ਕਿ ਕੈਨੇਡਾ 'ਚ ਇਹ ਚੀਜ਼ ਹਾਂ ਹੈਗੀ ਆ ਕਿਉਂਕਿ ਮੇਰੇ ਨਾਲ ਸਾਹਮਣੇ ਹੋ ਜੇ ਕਿ ਤਿੰਨ ਚਾਰ ਸਿਨ ਹੋਏ ਆ ਤੂੰ ਉਹਨੂੰ ਚੀਜ਼ ਨੂੰ ਕਿੱਦਾਂ ਦੇਖਦਾ ਆ ਆਪਾਂ ਮੁੰਡਿਆਂ ਨੂੰ ਤਾਂ ਗਲਤ ਕਹਿਤਾ ਕਿ ਕੁੜੀਆਂ ਕਰਕੇ ਗੱਡੀਆਂ ਨਾਲ ਲੋ ਪਰ ਕਈ ਇੱਥੇ ਇਹੋ ਜਿਹੀ ਵੀ ਨੇ ਜੋ ਗੱਡੀ ਦੇਖ ਕੇ ਮੁੰਡਿਆਂ ਨੂੰ ਸੈਟ ਹੋ ਜਾਂਦੀਆਂ ਨੇ bro ਜਿਵੇਂ ਹੁਣ ਕੋਈ ਗੱਡੀ ਦੇਖ ਕੇ ਸੈੱਟ ਹੁੰਦੀ ਆ ਭਾਵੇਂ ਗੱਡੀ ਦੇਖ ਕੇ ਨਹੀਂ ਹੁੰਦੀ ਯੈਸ ਠੀਕ ਹੈ ਮੇਰਾ ਮੇਰਾ ਕਹਿਣ ਦਾ ਮਕਸਦ ਇੰਨਾ ਕਹ ਹੈ ਕਿ ਤੁਸੀਂ ਇਸ ਕਰਕੇ ਗੱਡੀ ਨਹੀਂ ਲੈਣੀ ਕਿ ਕੁੜੀ ਸੈੱਟ ਹੋ ਜੂਗੀ ਨਹੀਂ ਨਹੀਂ ਬਿਲਕੁਲ 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 ਉਹ ਕਿ ਕੁੜੀ ਸੈੱਟ ਕਰਨ ਵਾਸਤੇ ਗੱਡੀ ਨਾ ਲਓ ਗੱਡੀ ਜੇ ਲੈਣੀ ਹੈ ਆਪਣੇ ਸ਼ੌਂਕ ਨੂੰ ਲੈ ਲਓ ਹਾਂ ਇਹ ਮੈਂਟੈਲਿਟੀ ਰੱਖ ਕੇ ਨਾ ਲਓ ਕੁੜੀ ਸੈੱਟ ਕਰਨੀ ਕੁੜੀ ਵੈਂਚੂਅਲੀ ਸੈੱਟ ਹੋਣੀ ਆ ਭਾਵੇਂ ਗੱਡੀ ਹੈਗੀ ਆ ਭਾਵੇਂ ਨਹੀਂ ਹੈਗੀ ਜੇ ਸਟਰੋਂਗ ਮਾਈਂਡ ਸੈਟ ਹੈ ਨਾ ਬਾਈ ਕੁੜੀ ਸੈੱਟ ਹੋ ਜੂਗੀ ਜੇ ਤੇਰੇ ਚ ਤੇਰਾ ਗੁੱਡ ਫਿਜ਼ੀਕ ਹੈ ਜੇ ਤੂੰ ਐਕਟਿਵ ਹੈ ਜੇ ਤੂੰ ਸਮਾਰਟ ਹੈ ਜੇ ਤੂੰ ਅਟੈਂਟਿਵ ਹੈ ਠੀਕ ਹੈ ਨਾ ਸਮਾਰਟ ਇਨ ਦਾ ਵੀ ਮੈਂ ਇਹ ਨਹੀਂ ਕਹ ਰਿਹਾ ਸ਼ਕਲ ਤੇ ਤੇਰੇ ਬਿੰਦੀ ਸੁਰਖੀ ਲੱਗੀ ਆ ਉਹ ਸਮਾਰਟ ਨਹੀਂ ਸਮਾਰਟ ਇਜ਼ ਕਿ ਜਿਹੜਾ ਤੂੰ ਮਤਲਬ ਆਲੇ-ਦੁਆਲੇ ਤੈਨੂੰ ਪਤਾ ਹੈ ਤੇਰੇ ਕੀ ਚੱਲ ਰਿਹਾ ਹੈ ਤੂੰ ਉਹਨੂੰ ਦੱਸ ਸਕਦਾ ਉਹਨੂੰ ਗਾਈਡ ਕਰ ਸਕਦਾ ਉਹਨੂੰ ਟੀਚ ਕਰ ਸਕਦਾ ਮੈਂ ਤੈਨੂੰ ਲਿਖ ਕੇ ਕਹਿ ਰਿਹਾ ਕੋਈ ਵੀ ਕੁੜੀ ਫਸਾ ਸਕਦਾ bro ਜਿੰਨਾ ਲੋਕਾਂ ਕੋਲ ਸਾਲਿਆਂ ਕੋਲ ਨਾ ਕੀ ਕਹਿੰਦੇ ਅਕਾਊਂਟ 'ਚ 500 ਡਾਲਰ ਵੀ ਨਹੀਂ ਨਾ ਹੁੰਦੇ ਉਹ ਮੁੰਡੇ ਵੀ ਚਾਰ-ਚਾਰ ਸਹੇਲੀਆਂ ਲਈ ਫਿਰਦੇ ਆ ਨਹੀਂ ਬਈ ਰਿਐਲਿਟੀ ਹੈ ਰਿਐਲਿਟੀ ਹੈ ਚੀਜ਼ ਬਿਲਕੁਲ ਬਿਲਕੁਲ ਇਹ ਸਮਝੋ ਇਹ ਸੱਚ ਹੈ ਮੈਂ ਜਦੋਂ ਮੇਰੇ ਕੋਲ ਆਪਾ ਚੱਲ ਮੈਦਾਨ ਜਦੋਂ ਮੇਰੇ ਕੋਲ 500 ਡਾਲਰ ਵੀ ਨਹੀਂ ਨਾ ਹੁੰਦੇ ਸੀ ਉਦੋਂ ਵੀ ਚਾਰ-ਚਾਰ ਸਹੇਲੀਆਂ ਸੀ ਮੇਰੀਆਂ ਨਹੀਂ ਸੁਣ ਲੋ ਰਿਐਲਿਟੀ ਬਿਲਕੁਲ ਬਿਲਕੁਲ ਨਾਲੇ ਬਈ ਜਿਹੜੀ ਉਹ ਸੋਚ ਆ ਨਾ ਕਿ ਕੁੜੀਆਂ ਗੱਡੀਆਂ ਦੇਖ ਕੇ ਸੈੱਟ ਹੋ ਜਾਣਗੀਆਂ ਬਈ ਜਿਹੜੀ ਗੱਡੀ ਦੇਖ ਕੇ ਜਿਹੜੀ ਗੱਡੀ ਦੇਖ ਕੇ ਸੈੱਟ ਹੋਈ ਜਾਣਾ ਉਹ ਅੱਜ ਤੇਰੇ ਨਾਲ ਆ ਕੱਲ ਨੂੰ ਕੋਈ ਹੋਰ ਦੇਖ ਗਈ ਉਹਨੂੰ ਅੱਜ ਜੇ ਚਾਰਜਰ 'ਚ ਬੈਠੀ ਆ ਕੱਲ ਨੂੰ ਉਹ ਚੈਲੈਂਜਰ ਦੇਗੀ ਉਨੇ ਮੈਂਟ ਨਹੀਂ ਲਾਉਣਾ ਬਦਲਣ ਵਾਸਤੇ ਭਾਈ ਸੋ ਇਹ ਮੈਂਟੈਲਿਟੀ ਨੂੰ ਬਦਲੋ ਕੁੜੀਆਂ ਕਰਕੇ ਗੱਡੀ ਨਾ ਲਓ ਇੱਕ ਬਈ ਯਾਰ ਹੋਰ ਵੀ ਨਾ ਆਪਣੇ ਸਟੂਡੈਂਟਾਂ 'ਚ ਬੜੇ ਲੱਗਦਾ ਹੈ ਨਾ ਕਿ ਜਿਹੜਾ ਪੁਰਾਣੇ ਲੋਕ ਜਿਹੜੇ ਆਏ ਨੇ ਕੈਨੇਡਾ ਮੈਂ ਮੰਨਦਾ ਭਾਈ ਆਪਣੇ ਬੜੇ ਆਏ ਹੋਣਗੇ ਹਨ ਕਿ ਜਿਹੜੇ ਜਿਨ੍ਹਾਂ ਨੇ ਮਿਹਨਤ ਕਰਕੇ ਬਹੁਤ ਕੁਝ ਬਣਾਇਆ ਉਹਨਾਂ ਉਹਨਾਂ ਬਾਰੇ ਬੜੀ ਵੱਕਰੀ ਥਿੰਕਿੰਗ ਹੈ ਮਤਲਬ ਕਿ ਆਪਾਂ ਤਾਂ ਸੋਚਦੇ ਹਾਂ ਕਿ ਪੁਰਾਣੇ ਬੰਦੇ ਸਾਨੂੰ ਹੇਟ ਕਰਦੇ ਨੇ ਪਰ ਕਦੇ-ਕਦੇ ਆਪਣੀ ਥਿੰਕਿੰਗ ਵੀ ਇਹੀ ਹੁੰਦੀ ਹੈ ਯਾਰ ਕਿ ਉਹ ਪੁਰਾਣੇ ਨੇ ਉਹਨਾਂ ਨੇ ਇਦਾਂ ਹੀ ਕਰਨਾ ਸੋ ਇਹ ਚੀਜ਼ ਨੂੰ ਆਪਾਂ ਕਿੱਦਾਂ ਦੇਖ ਸਕਦੇ ਹਾਂ ਮ ਬਿਲਕੁਲ ਬਿਲਕੁਲ ਮੈਂ ਫੈਸ਼ੀ ਭਾਈ ਇੱਕ ਗੱਲ ਐਡ ਹੋਰ ਕਰਨੀ ਗੱਡੀਆਂ ਵਾਲੀ ਗੱਲ ਬਿਲਕੁਲ ਲੈਟਸ 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 ਮੇਕ ਇਟ ਮੋਰ ਕਲੀਅਰ ਬੋਲ ਲੋਕਾਂ ਨੂੰ ਹੋਰ ਵਧੀਆ ਪਿਕਚਰ ਦਿਖਾ ਦਾਂ ਮੈਂ ਦੇਖੋ ਬਈ ਮੈਂ ਤੁਹਾਨੂੰ ਅੱਜ ਫੈਕਟ ਦੱਸਣ ਲੱਗਾ ਆਪਣੀ ਇੱਕ ਜ਼ਿੰਦਗੀ ਦਾ ਸੱਚਾਈ ਹੈ ਜੇ ਸਮਝ ਜੋਗੇ ਤਾਂ ਵਧੀਆ ਜਿਹੜੇ ਬੈਠ ਕੇ 24 ਘੰਟੇ ਲੁੱਲੀ ਖਾਣੀ ਹੈ ਜਿਹਨੂੰ ਸਮਝ ਨਹੀਂ ਆਣੀ ਉਹਦਾ ਕੁਝ ਨਹੀਂ ਹੋ ਸਕਦਾ ਉਹ ਬੰਦਿਆਂ ਲਈ ਮੈਂ ਹੈ ਹੀ ਨਹੀਂ ਮੈਂ ਸਿਰਫ ਹਸਲਰਸ ਲਈਆਂ ਮਿਹਨਤੀ ਲੋਕਾਂ ਲਈਆਂ ਔਰ ਇਹ ਮਿਹਨਤੀ ਲੋਕਾਂ ਨੂੰ ਵੀ ਪਤਾ ਹੈ ਜਦੋਂ ਵੀਰੇ ਮੇਰੇ ਕੋਲ ਨਾ ਟੁੱਟੀ ਜੀ ਵਾਕਸ ਵੈਗਨ ਹੁੰਦੀ ਹੁੰਦੀ ਠੀਕ ਠੀਕ ਹੈ ਬਈ ਠੀਕ ਹੈ ਨਾ 1500 ਡਾਲਰ ਦੀ ਮੈਂ ਲਈ ਸੀ ਉਹ ਤੇ ਮੇਰੇ ਨਾਲ ਇੱਕ ਕੁੜੀ ਫਸੀ ਸੀ ਜਿਹਦੇ ਬாய்ਫਰੈਂਡ ਕੋ ਜਿਹਦੇ ਬாய்ਫਰੈਂਡ ਕੋ ਪਿੱਕਾ ਸੀਗਾ ਕੀ ਘੱਟੋ ਘੜ ਹੋਣਾ ਪਤਾ ਨਹੀਂ ਕਿੰਨੇ ਆ ਡਾਲਰਾਂ ਮਿਲੋ 80 90 ਹਜ਼ਾਰ ਦਾ ਹੋਣਾ ਪਿੱਕਾ ਉਹਦਾ ਰੇਟ ਠੀਕ 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 ਹੈ ਨਾ ਤੇ ਮੈਂ ਉਹਨੂੰ ਪੁੱਛਿਆ ਕੁੜੀ ਨੂੰ ਮੈਂ ਕਿਹਾ ਤੂੰ ਆ ਪਿੱਕੇ ਵਾਲੇ ਨੂੰ ਛੱਡ ਕੇ ਮੇਰੇ ਨਾਲ ਕਦੇ ਮਲਫਨ ਕਰ ਰਹੀ ਹੈ ਮੈਨੂੰ ਮੈਨੂੰ ਕਹਿੰਦੇ ਪਸੰਦ ਕਰ ਰਹੀ ਹੈ ਤੂੰ ਕਹਿੰਦੀ ਤੂੰ ਪਰਸਨੈਲਿਟੀ ਕਹਿੰਦੀ ਤੂੰ ਪਰਸਨੈਲਿਟੀ ਕੈਂਟ ਆ ਕਹਿੰਦੀ ਮੈਂ ਕਹਿੰਦੀ ਕਹਿੰਦੀ ਮੈਂ ਮੁੰਡਾ ਛੱਡਣ ਨੂੰ ਰੈਡੀ ਆ ਮੇਰੇ ਨਾਲ ਤੂੰ ਬਸ ਇੱਕ ਵਾਰੀ ਹਾਂ ਕਰ ਦੇ ਕਿ ਤੂੰ ਮੈਨੂੰ ਯੈਸ ਕਰ ਦੇ ਕਿ ਮੈਂ ਤੇਰੇ ਨਾਲ ਕੱਟਣੀ ਏ ਜ਼ਿੰਦਗੀ ਮੈਂ ਉਸ ਕੁੜੀ ਨੂੰ ਯੈਸ ਨਹੀਂ ਕੀਤੀ ਕਿਉਂਕਿ ਉਹਦੇ ਪਿੱਛੇ ਇੱਕ ਗ੍ਰੇ ਰੀਜ਼ਨ ਸੀ ਕਿ ਨਹੀਂ ਯਾਰ ਮੈਂ ਮੇਰੀ ਮੇਰੀ ਇੱਧਰ ਹੀ ਸੋਚਿਆ ਕਿ ਮੈਂ ਯਾਰ ਐਦਾਂ ਨਹੀਂ ਕਰਦਾ ਹੁੰਦਾ ਜੇ ਕਿਸੇ ਨਾਲ ਕੋਈ ਬੰਦਾ ਯੂ ਨੋ ਆਪਣਾ ਰਿਲੇਸ਼ਨ ਚਲਾ ਰਿਹਾ ਤਾਂ ਮੈਂ ਐਦਾਂ ਨਹੀਂ ਕਿ ਮੈਂ ਚੱਕ ਕੇ ਉਹਨੂੰ ਆਪਣੇ ਨਾਲ ਖਿੱਚ ਲੈਣਾ ਆ ਮੈਂ ਕਿ ਠੀਕ ਹੈ ਪਰ ਮੈਂ ਤੈਨੂੰ ਆਪਣੇ ਨਾਲ ਨਹੀਂ ਅਟੈਚ ਕਰ ਸਕਦਾ ਸੌਰੀ ਤੂੰ ਉਹਦੇ ਨਾਲ ਹੀ ਸੀਗੀ 4 ਸਾਲ 5 ਸਾਲ 6 ਸਾਲ ਰਹੀ ਹੈ ਜਿੰਨੇ ਸਾਲ ਰਹੀ ਹੈ ਤੂੰ ਉਹਦੇ ਨਾਲ ਹੀ ਘਟ ਹੁਣ ਤੂੰ ਦੇ ਨਾਲ ਹੀ ਲਾਇਲ ਬਣ ਕੇ ਰਹਿ ਕੋਈ ਚੱਕਰ ਨਹੀਂ ਬਟ ਇਸ ਮੈਸੇਜ ਲਈ ਤੁਸੀਂ ਇਹ ਨਾ ਸਮਝਿਓ ਕਿ ਮੈਂ ਕੋਈ ਤੁਹਾਨੂੰ ਉਹ ਕਰ ਰਿਹਾ ਫੁਕਰੀ ਮਾਰ ਰਿਹਾ ਮੈਂ ਸੱਚਾਈ ਦੱਸ ਰਿਹਾ ਗੱਡੀ ਮੈਟਰ ਨਹੀਂਗੀ ਹਜੇ ਵੀ ਕਹਿ ਰਿਹਾ ਤੁਹਾਡੀ ਪਰਸਨੈਲਿਟੀ ਮੈਟਰ ਹੈ ਜਿੰਮ ਭੱਜ ਜਾ ਜੇ ਢਿੱਡਲ ਹੋਏਗੇ ਹੋ ਠੀਕ ਹੈ ਨਾ ਨਹੀਂ ਕੌਨਫੀਡੈਂਸ ਲਿਆਓ ਬਿਲਕੁਲ ਭਾਈ ਇਹ ਨਾ ਕਈ ਲੋਕਾਂ ਦੇ ਨੇ ਕਿ ਹੋਰੀ ਮੈਂਟੈਲਿਟੀ ਆ ਪਰਸਨੈਲਿਟੀ ਲੁੱਕ ਹੀ ਇਦਾਂ ਸਮਝ ਲੈਂਦੇ ਨੇ ਕਿ ਯਾਰ ਮੁੰਡਾ ਸੋਹਣਾ ਆ ਪਰਸਨੈਲਿਟੀ ਦੇਖਾਂ ਚ ਬੜਾ ਘੈਂਟ ਆ ਕਈ ਲੋਕਾਂ ਨੇ ਇਹ ਸੋਚਿਆ ਆ ਬਟ ਇਹ ਨਹੀਂ ਪਤਾ ਇਹਨਾਂ ਨੂੰ ਲੱਗਦਾ ਕਿ ਪਰਸਨੈਲਿਟੀ ਦਾ ਇਹ ਮਤਲਬ ਹੁੰਦਾ ਕਿ ਯਾਰ ਬੰਦਾ ਆਪਣੇ ਆਪ ਨੂੰ ਕੈਰੀ ਕਿਦਾਂ ਕਰਦਾ ਮਤਲਬ ਕਿ ਉਹ ਦੁਨੀਆ ਦੀ ਨੋਲਿਜ ਵੀ ਹੈਗੀ ਆ ਕੁੜੀ ਨੂੰ ਕੁਝ ਦਵੇ ਵੀ ਸੀ ਜਿੱਦ ਕੋਈ ਕੋਈ ਵੈਲਿਊ ਨਿਕਲੂਗੀ ਕੁੜੀ ਨੂੰ ਕੁੜੀ ਉਹਦੇ ਕੋਲ ਹੀ ਜਾਊਗੀ ਇਹ ਚੀਜ਼ ਨੂੰ ਕਿਦਾਂ ਦੇਖਦਾ ਬਈ 100 100% ਜਿਹੜੀ ਗੱਲ ਕੀਤੀ ਨਾ ਬੜੀ ਵਧੀਆ ਗੱਲ ਆ ਕਿ ਵ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਹੈ ਪਰਸਨੈਲਿਟੀ ਮੀਨਜ਼ ਇਹ ਨਹੀਂ ਕਿ ਮੁੰਡਾ ਕੱਲਾ ਸੋਹਣਾ ਹੋਵੇ ਮੈਂ ਤੁਹਾਨੂੰ ਇੱਕ ਕਾਲਜ ਦੀ ਗੱਲ ਦੱਸਦਾ ਇੱਕ ਮੁੰਡਾ ਵਧੀਆ ਪਰਸਨੈਲਿਟੀ ਸੀ ਉਹਦੀ ਸੋਹਣਾ ਸੀ ਉਹ ਮੁੰਡਾ ਤੇ ਕੋਈ ਇਦਾਂ ਦਾ ਉਹਨਾਂ 'ਚ ਲੜਾਈ ਹੋਈ ਕੁੜੀ ਨੇ ਕੁੱਸ ਕੇ ਥੱਪੜ ਮਾਰਿਆ ਮੁੰਡੇ ਦੇ ਸਾਰਿਆਂ ਸਾਹਮਣੇ ਕਾਲਜ ਸਾਰਿਆਂ ਸਾਹਮਣੇ ਤੇ ਉਹ ਮੁੰਡੇ ਨੇ ਖਾ ਵੀ ਲਿਆ ਠੀਕ ਕਿਉਂਕਿ ਮੁੰਡਾ ਜਨਾਨੀ ਥੱਲੇ ਲੱਗਿਆ ਹੋਇਆ ਸੀ ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਗੁਣਿਆਰ ਉਹ ਬੰਦਾ ਸੋਹਣਾ ਵੀ ਹੈ ਦਿਖਣ ਚ ਉਹਦੀ ਬਾਡੀ ਵੀ ਠੀਕ ਸੀ ਉਹ ਥੱਪੜ ਪੈ ਗਿਆ ਕੰਨ ਤੇ ਯਾਰ ਓਵਰਆਲ ਪਰਸਨੈਲਿਟੀ ਦੀ ਗੱਲ ਚੱਲ ਰਹੀ ਹੈ ਓਵਰਆਲ ਮਾਈਂਡਸੈਟ ਦੀ ਗੱਲ ਚੱਲ ਰਹੀ ਹੈ ਤੁਹਾਡਾ ਮਾਈਂਡ ਹੈ ਨਾ ਜਿਹੜਾ ਤੁਹਾਡਾ ਬੈਸਟ ਫਰੈਂਡ ਆ ਇਹ ਲੋਕਾਂ ਨੂੰ ਬਿਰੇ ਪਤਾ ਹੀ ਨਹੀਂਗਾ ਕਿ ਮਾਈਂਡ ਕਿੰਨਾ ਲਾਇਲ ਬੈਸਟ ਫਰੈਂਡ ਹੈ ਜੇ ਤੁਸੀਂ ਮਾਈਂਡ ਨੂੰ ਜੇ ਜੇ ਤੁਸੀਂ ਮਾਈਂਡ ਨੂੰ ਕਹਿੰਦੇ ਹੋ ਨਾ ਕਿ ਮੈਂ ਨਸ਼ਾ ਪੱਤਾ ਕਰਨਾ ਤਾਂ ਮਾਈਂਡ ਨਸ਼ਾ ਪੱਤਾ ਕਰਦਾ ਹੈ ਜੇ ਤੁਸੀਂ ਮਾਈਂਡ ਨੂੰ ਕਹਿੰਦੇ ਹੋ ਕਿ ਮੈਂ ਜਿੰਮ ਜਾਣਾ ਤਾਂ ਮਾਈਂਡ ਜਿੰਮ ਜਾਂਦਾ ਹੈ ਜੇ ਤੁਸੀਂ ਮਾਈਂਡ ਨੂੰ ਕਹਿੰਦੇ ਹੋ ਕਿ ਮੈਂ ਆ ਚੀਜ਼ ਕੰਪਲੀਸ਼ ਕਰਨੀ ਹੈ ਤਾਂ ਮਾਈਂਡ ਉਹ ਕੰਪਲੀਸ਼ ਕਰਨ ਚ ਪੂਰੀ ਜਦੋ ਜਹਿਦ ਲਾ ਦਿੰਦਾ ਔਰ ਇਹ ਗੱਲ ਸਾਡੀ ਲੋਕਾਂ ਦੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਮੇਰਾ ਬੈਸਟ ਫਰੈਂਡ ਕੌਣ ਹੈ ਬਿਲਕੁਲ ਯਾਰ ਨਹੀਂ ਨਹੀਂ ਬਿਲਕੁਲ ਬਿਲਕੁਲ ਤੇ ਐ ਆਪਾਂ ਹੁਣ ਦੂਜੀ ਗੱਲ ਵੀ ਕਰਦੇ ਸੀ ਜਿਹੜੀ ਮਲਕੀ ਆਪਾਂ ਪਹਿਲਾ ਕੁਐਸਚਨ ਵਿੱਚ ਟੋਕਤਾ ਕਿ ਜਦਾਂ ਇਹ ਆਪਾਂ ਥਿੰਕਿੰਗ ਬਣਾਈ ਹੈ ਕਿ ਪੁਰਾਣੇ ਲੋਕ ਸਾਨੂੰ ਹੇਟ ਕਰਦੇ ਨੇ ਤੇ ਆਪਾਂ ਉਹਨਾਂ ਨੂੰ ਹਿੱਟ ਕਰੀ ਜਾਂਦੇ ਆ ਉਹ ਚੀਜ਼ ਨੂੰ ਤੂੰ ਕਿੱਦਾਂ ਦੇਖਦਾ ਕਿ ਯਾਰ ਇਹ ਕਿਹੜਾ ਡਿਫਰੈਂਸ ਕੱਧ ਤੋਂ ਆਇਆ ਪਿਆ ਇੰਨਾ ਦੋਮਾਂ ਚ ਓ ਮਾਈ ਗਾਡ ਪੁਰਾਣੇ ਲੋਕ ਪੁਰਾਣੇ ਲੋਕ ਲਈ ਪਈ ਹੈ ਮੈਂ ਹੈਰਾਨ ਹੈ ਆਈ ਲਵ ਪੁਰਾਣੇ ਲੋਕ ਆਈ ਲਵ ਨਵੇਂ ਲੋਕ ਲੇਟ ਵਾਟ ਇਜ਼ ਥਿਸ ਪੁਰਾਣੇ ਲੋਕ ਨਵੇਂ ਲੋਕ ਮੈਂ ਯਾਰ ਮੈਂ ਇਸ ਮੈਂਟੈਲਿਟੀ ਤੋਂ ਤੰਗ ਆ ਕਿ ਕਿਉਂ ਤੁਸੀਂ ਇਦਾਂ ਦੀ ਘਟੀਆਂ ਸੋਚ ਰੱਖਦੇ ਹੋ ਕਿ ਕਿਸੇ ਕਰਕੇ ਤੁਹਾਡੀ ਜ਼ਿੰਦਗੀ ਨਹੀਂ ਸੁਧਰਦੀ ਓ ਮਾਈ ਗਾਡ ਹਾਊ ਕੈਨ ਯੂ ਬੀ ਸੋ ਲੇਜ਼ੀ ਸੋ ਇਡੀਅਟ ਬੇਵਕੂਫ ਪੁਰਾਣੇ ਲੋਕ ਨਹੀਂ ਮਾਰੇ ਸਿਰਫ ਤੂੰ ਮਾਰਿਆ ਇੱਕ ਸਮਝ ਗੱਲ ਨੂੰ ਜੇ ਤੂੰ ਇਹ ਸੋਚ ਰਿਹਾ ਨਾ ਮੇਰੇ ਪੁਰਾਣੇ ਲੋਕਾ ਕਰਕੇ ਕੰਮ ਨਹੀਂ ਬਣ ਰਿਹਾ ਜਾਂ ਮੇਰਾ ਨਵੇਂ ਲੋਕਾ ਕਰਕੇ ਕੰਮ ਨਹੀਂ ਬਣ ਰਿਹਾ ਤਾਂ ਤੂੰ ਵਰਥਲੈਸ ਯੂਸਲੈਸ ਹਿਊਮਨ ਬੀਇੰਗ ਐਸ ਪਲੈਨਟ ਦੇ ਉੱਤੇ ਥੈਟਸ ਇਟ ਬ੍ਰੋ ਤੂੰ 5 ਸਾਲ ਇੱਥੇ ਰਿਹਾ ਮੈਂ 5 ਸਾਲ ਇੱਥੇ ਰਿਹਾ ਤੈਨੂੰ ਬਹੁਤ ਤਕਲੀਫਾਂ ਆਈਆਂ ਹੋਣੀਆਂ ਮੈਨੂੰ ਤਕਲੀਫਾਂ ਆਉਣੀਆਂ ਹੋਰ ਸਟੂਡੈਂਟਾਂ ਨੂੰ ਲੱਖ ਤਕਲੀਫਾਂ ਆਈਆਂ ਹੋਣੀਆਂ ਤੇਰੇ ਮੇਰੇ ਵਰਗੇ ਵੀ ਤਾਂ ਚੌੜੇ ਹੋ ਕੇ ਬੈਠ ਕੇ ਕਰ ਹੀ ਦੇ ਸਾਰਾ ਕੁਝ ਬਿਲਕੁਲ 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 ਅਸੀਂ ਤਾਂ ਨਹੀਂ ਬਲੇਮ ਕਰ ਰਹੇ ਨਹੀਂ ਉਹ ਹੀ ਮੈਂ ਤਾਂ ਨਹੀਂ ਬਲੇਮ ਕਰ ਰਿਹਾ ਜਿਹੜੇ ਬੰਦੇ ਕੋ ਕੁਛ ਆਪ ਨਹੀਂ ਹੁੰਦਾ ਉਹ ਬਸ ਬਹਾਨਾ ਲੱਭਦਾ ਕਿੱਤੇ ਬਲੇਮ ਸੱਟਦਾ ਉਹ ਕਿਉਂਕਿ ਪਤਾ ਕਿਉਂ ਲੱਭਦਾ ਇਹਦੇ ਉੱਤੇ ਵੀ ਗੱਲ ਕਰਨਾ ਚਾਹਣਾ ਹੁਣ ਕਿਉਂ ਲੱਭਦਾ ਕਿਉਂਕਿ ਉਹ ਉਹਦੇ ਲਈ ਸ਼ੀਲਡ ਹੈ ਬਸ ਸਮਝ ਰਿਹਾ ਬਿਲਕੁਲ ਹੁਣ ਉਹਨੂੰ ਲੱਗਦਾ ਹੈ ਕਿ ਮੈਂ ਆਪਣੀਆਂ ਕਮਜ਼ੋਰੀਆਂ ਲੁਕਾਉਣੀਆਂ ਪਤਾ ਕਿੱਦਾਂ ਦੂਜੇ ਤੇ ਬਲੇਮ ਸੱਟ ਕੇ ਦੂਜੇ ਨੂੰ ਮਾੜਾ ਕਹਿ ਕੇ ਕਿ ਆ ਬੰਦੇ ਕਰਕੇ ਮੇਰਾ ਕੰਮ ਨਹੀਂ ਬਣਿਆ ਤੇਰਾ ਕੰਮ ਤਾਂ ਨਹੀਂ ਬਣਿਆ ਕਿਉਂਕਿ ਤੂੰ ਲੁੱਲੂ ਐ ਦੈਟਸ ਇਟ ਇਹ ਹੀ ਰੀਜ਼ ਐ ਬਿਲਕੁਲ ਸਹੀ ਬਾਈ ਯਾਰ ਇੱਕ ਨਾ ਮੈਂ ਹੋਰ ਤੇਰ ਨਾਲ ਗੱਲ ਕਰਨੀ ਸੀ ਕੱਲ ਆਪਾਂ ਨੇ ਇੱਕ ਪੋਸਟ ਪਾਈ ਸੀ ਕਿ ਕਿਸੇ ਦੇ ਸਵਾਲ ਹੈਗੇ ਡੈਨਿਸ ਨੂੰ ਉਹ ਦੱਸੋ ਤੇ ਇੱਕ ਸਵਾਲ ਦਿਨ ਵਾਰ ਆਇਆ ਕਿ ਜਿਹੜੀਆਂ ਕੁੜੀਆਂ ਇੰਡੀਆ ਤੋਂ ਵਿਆਹ ਕਰਾ ਕੇ ਇੱਥੇ ਆ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਇੱਥੇ ਤੁਹਾਨੂੰ ਪਤਾ ਬਹੁਤ ਹੈ ਸੀਨ ਉਹ ਦੇਖ ਕੇ ਨਵਾਂ ਬੋਏਫ੍ਰੈਂਡ ਲੱਭ ਲਿਆ ਪਿਛਲੇ ਨੂੰ ਛੱਡਤਾ ਉਹਦੇ ਪੈਸੇ ਲਵਾ ਲੇ ਉਹ ਯਾਰ ਚੀਜ਼ ਮਲਕੀ ਮੇਰੇ ਸਮਝ ਤੋਂ ਬਾਹਰ ਐ ਉਹਦੇ ਬਾਰੇ ਕੀ ਟੇਕ ਐ ਤੇਰਾ ਮੇਰੀ ਗੱਲ ਮੇਰੀ ਗੱਲ ਸੁਣ ਵੀਰੇ ਦੇਖ ਹੁਣ ਜੇ ਕੋਈ ਕੁੜੀ ਨਵਾਂ ਬॉयਫਰੈਂਡ ਲੱਭ ਰਹੀ ਹੈ ਤਾਂ ਇਹਦਾ ਮਤਲਬ ਪੁਰਾਣਾ ਫੁੱਦੂ ਸੀ ਬਿਲਕੁਲ ਦੇਖੋ ਇਹ ਇਹ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਪਏ ਮੈਂ ਕਹਿਣਾ ਕੀ ਚਾਹੁੰਦਾ ਆ ਮੈਂ ਕਹਿ ਰਿਹਾ ਤੁਸੀਂ ਫੁੱਦੂ ਬਣੋ ਹੀ ਨਾ ਤੁਸੀਂ ਥੱਲੇ ਲੱਗੋ ਹੀ ਨਾ ਤੁਸੀਂ ਈਡੀਅਟ ਬਣੋ ਹੀ ਨਾ ਕਿ ਉਹਨੂੰ ਤੁਸੀਂ ਕੋਈ ਚਾਂਸ ਨਹੀਂ ਦੇ ਉਹ ਛੱਡਣ ਦਾ ਜੇ ਤੁਸੀਂ ਸਪੋਜ਼ ਈਡੀਅਟ ਨਹੀਂ ਹੈਗੇ ਕੈਂਟੋ ਕੈਪੇਬਲ ਹੋ ਤਾਂ ਵੀ ਛੱਡਗੀ ਫਿਰ ਤੁਸੀਂ ਰਿਗਰੈਟ ਨਹੀਂ ਕਰੋਗੇ ਯਸਰ ਨੋ ਸਰ ਬਿਲਕੁਲ 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 ਬਾਈ ਬਿਲਕੁਲ ਠੀਕ ਹੈ ਨਾ ਸੋ ਜੇ ਪੁਰਾਣੀਆਂ ਕੁੜੀਆਂ ਉੱਥੋਂ ਆਉਂਦੀਆਂ ਨੇ ਇੱਥੇ ਆ ਕੇ ਉਹ ਬਦਲ ਜਾਂਦੀਆਂ ਨੇ ਇਹਨਾਂ ਚ ਕਸੂਰ ਵੀਰੇ 80% ਮੁੰਡੇ ਦਾ ਆ ਇਹ ਸਮਝਣਾ ਪੈਣਾ ਕਿਉਂਕਿ ਮੁੰਡਾ ਬੋਲ 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 ਕਿਉਂਕਿ ਮੁੰਡਾ ਇਹਨਾਂ ਮੁੰਡਾ ਇਹਨਾਂ ਕੈਪੇਬਲ ਹੈ ਹੀ ਨਹੀਂ ਮੁੰਡਾ ਹੁਣ ਦੇਖ ਸਾਡੀ ਮੇਰੀ ਮਾਂ ਤਾਂ ਮੇਰੇ ਪਿਓ ਤੇ ਡਿਪੈਂਡ ਹੋਈ ਆ ਤੇਰੀ ਵੀ ਹੋਈ ਹੋਣੀ ਠੀਕ ਹੈ ਮੇਰਾ ਪਿਓ ਮੇਰੀ ਮਾਂ ਤੇ ਕਦੇ ਨਹੀਂ ਡਿਪੈਂਡ ਹੋਇਆ ਬਿਲਕੁਲ ਮੈਂ ਰਿਐਲਿਟੀ ਦੱਸਦਾ ਬਿਲਕੁਲ ਔਰ ਇਸ ਪੱਖੋਂ ਤਾਂ ਕਦੇ ਵੀ ਨਹੀਂ ਹੋਇਆ ਕਿ ਮੈਨੂੰ ਬਾਹਰ ਲੈ ਜੂਗੀ ਆਇਲੈਂਡਸ ਤਰਾ ਕੇ ਮੇਰਾ ਇਹ ਕੀ ਕਹਿੰਦੇ ਆ ਐ ਕਰ ਦੂਗੀ ਮੇਰੀ ਜ਼ਿੰਦਗੀ ਨਾਲ ਦੇਖੋ ਡਿਪੈਂਡ ਹੋਣਾ ਲੈਜਡ ਚੀਜ਼ਾਂ ਤੇ ਹੋਵੋ ਡਿਪੈਂਡ ਹੋਣਾ ਤੁਸੀਂ ਇਹ ਚੀਜ਼ਾਂ ਤੇ ਹੋਵੋ ਕਿ ਉਹ ਤੁਹਾਡੇ ਨਾਲ ਕਿੱਦਾਂ ਚੱਲ ਰਹੀ ਹੈ ਸਪੋਜ਼ ਤੁਹਾਨੂੰ ਟਾਈਮ ਤੇ ਕਿਤੇ ਰੋਟੀ ਮਿਲ ਰਹੀ ਹੈ ਤੁਹਾਡੇ ਨਾਲ ਮਤਲਬ ਤੁਹਾਡੇ ਦੁੱਖ ਸੁੱਖ ਸੰਦੀ ਪਈ ਹੈ ਠੀਕ ਹੈ ਤੁਹਾਨੂੰ ਮੈਂਟਲੀ ਸਟਰੋਂਗ ਰੱਖ ਰਹੀ ਹੈ ਇਹ ਕੀ ਬਈ ਹੱਲ ਹੋਇਆ ਕਿ ਮੈਨੂੰ ਆਇਲੈਂਡਸ ਲੈ ਜਾ ਕੈਨੇਡਾ ਕਰਾ ਕੇ ਮੈਨੂੰ ਉੱਥੇ ਸੈਟਲ ਕਰ ਦੇ ਕਿਉਂ ਬਈ ਕਿਉਂ ਲੈ ਕੇ ਜਾ ਬਈ ਉਹ ਤੂੰ ਆਪ ਕਿਉਂ ਨਹੀਂ ਜਾ ਰਿਹਾ ਬਿਲਕੁਲ ਬਾਈ ਬਿਲਕੁਲ ਇੱਕ ਨਾ ਹੋਰ ਵੀ ਥਿੰਕਿੰਗ ਆ ਪੈਸੇ ਲਵਾ ਕੇ ਮੁੰਡਿਆਂ ਦੇ ਪੈਸੇ ਲਵਾ ਦੋ ਉਹ ਯਾਰ ਮੈਂ ਤਾਂ ਇਹ ਸੋਚਦਾ ਕਿ ਤੁਸੀਂ ਜੇ ਪੈਸੇ ਲਾ ਰਹੇ ਹੋ ਕੁੜੀ ਤੇ ਉਹ ਤੁਸੀਂ ਇੱਕ ਤਰ੍ਹਾਂ ਦਾ ਬਿਜ਼ਨਸ ਕਰ ਰਹੇ ਹੋ ਤੁਸੀਂ ਵਿਆਹ ਨਹੀਂ ਕਰਾ ਰਹੇ ਤੇ ਬਿਜ਼ਨਸ 'ਚ ਲੋਸ ਵੀ ਹੁੰਦਾ ਤੇ ਪ੍ਰੋਫਿਟ ਵੀ ਹੁੰਦਾ ਠੀਕ ਆ ਕਦੇ ਕਦੇ ਕਈਆਂ ਨੂੰ ਲੋਸ ਹੋ ਜਾਂਦਾ ਕਈਆਂ ਤੇ ਬਲਾ ਵੀ ਲੈਂਦੀਆਂ ਪ੍ਰੋਫਿਟ ਵੀ ਫਿਰ ਉਹ ਬਿਲਕੁਲ ਬਿਲਕੁਲ ਉਹ ਤੇ ਕੁੜੀ ਗਲਤ ਪਾ ਦਿੰਦੇ ਨੇ ਕਿ ਯਾਰ ਕੁੜੀ ਨੇ ਅਥੇ ਬੁੱਕਰ ਕੀ ਚਲ ਉਹ ਵੀ ਗਲਤ ਆ ਯਾਰ ਜੇ ਕਿਤੇ ਪੈਹਲਵਾਏ ਮੁੰਡੇ ਨੂੰ ਇੱਥੇ ਬੁਲਾ ਲਾ ਪਰ ਤੁਸੀਂ ਵੀ ਬਿਜ਼ਨਸ ਹੀ ਕਰ ਰਹੇ ਮੇਰੀ ਗੱਲ ਸੁਣੋ ਭਾਜੀ ਇੱਥੇ ਮੁੰਡਾ ਦੇਖੋ ਹੁਣ ਪੈਸੇ ਲੈ ਕੇ ਗਈ ਹੈ ਨਾ ਹੁਣ ਉਹ ਪੈਸੇ ਲੈ ਕੇ ਚਲੇਗੀ ਯੂ ਨੀਡ ਟੂ ਅੰਡਰਸਟੈਂਡ ਫਰਸਟ ਆਫ ਆਲ ਯੂ ਆਰ ਇਡੀਅਟ ਕਿ ਮੈਨੂੰ ਨੇ ਤਰਸ ਆ ਰਿਹਾ ਹੈ ਮੈਂ ਪੈਸੇ ਤੋਂ ਕੁੜੀ ਨੂੰ ਇੰਨੇ ਪੈਸੇ ਦੇ ਕੇ ਭੇਜ ਰਿਹਾ ਤੈਨੂੰ ਲੱਗਦਾ ਕੁੜੀ ਕੋਲ ਪੈਸੇ ਸੇਫ ਰਹਿ ਸਕਦੇ ਆ ਬਿਲਕੁਲ ਤੈਨੂੰ ਉਹ ਕੁੜੀਆਂ ਨੂੰ ਸ਼ਾਪਿੰਗ ਦਾ ਨਹੀਂ ਨਹੀਂ ਸੁਣੋ ਭਾਜੀ ਕੁੜੀਆਂ ਦੇ ਕੋਲ ਪੈਸਾ ਕਦੇ ਨਹੀਂ ਟਿਕਦਾ ਇਹ ਯਾਦ ਰੱਖਿਓ ਮੇਰੀ ਗੱਲ ਕੁੜੀਆਂ ਕੋਲ ਪੈਸਾ ਨਹੀਂ ਟਿਕਦਾ ਕੁੜੀਆਂ ਕੋਲ ਤੁਸੀਂ ਇੰਨੇ ਇੰਨੇ ਪੈਸੇ ਲੈ ਕੇ ਤੋੜ ਦਿੰਨੇ ਹੋ ਕੁੜੀ ਦਾ ਤਾਂ ਆਪੇ ਦਿਮਾਗ ਖੇਲਣਾ ਬਿਲਕੁਲ 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 ਮੈਂ ਸੱਚਾਈ ਦੱਸ ਰਿਹਾ ਬ੍ਰੋ ਯੂ ਨੀਡ ਟੂ ਅੰਡਰਸਟੈਂਡ ਕੁੜੀ ਨਾ ਆਪਣੇ ਤੋਂ ਸੁਪੀਰੀਅਰ ਬੰਦੇ ਨੂੰ ਹੀ ਪਸੰਦ ਕਰਦੀ ਹੈ ਜਿਹੜਾ ਬੰਦਾ ਸੁਪੀਰੀਅਰ ਹੈ ਜਿਹੜਾ ਬੰਦਾ ਗੁੱਡ ਟੀਚਰ ਹੈ ਜਿਹੜਾ ਬੰਦਾ ਗੁੱਡ ਸੈਲਫ ਰਿਸਪੈਕਟਿਡ ਹੈ ਕੁੜੀ ਉਸ ਬੰਦੇ ਨੂੰ ਨਹੀਂ ਛੱਡਦੀ ਮੈਂ ਤੈਨੂੰ ਕਹਿ ਰਿਹਾ ਵੀਰੇ ਇਹ ਫੈਕਟ ਆ ਇਹ ਸਮਝੋ ਇਸ ਚੀਜ਼ ਨੂੰ ਸਮਝ ਲਓਗੇ ਤਾਂ ਜਿੰਨੀ ਛੇਤੀ ਸਮਝ ਲਓਗੇ ਉਨੇ ਚੰਗੇ ਹੋ ਠੀਕ ਹੈ ਨਾ ਔਰ ਜੋ ਪੈਸੇ ਲੈ ਕੇ ਆਂਦੀਆਂ ਨੇ ਇਹਦੇ ਚ ਸਰਾਸਰ ਗਲਤੀ ਮੁੰਡੇ ਦੀ ਹੈ ਬਾਈ ਮੁੰਡਾ ਕੈਪੇਬਲ ਨਹੀਂ ਸੀ ਮੁੰਡਾ ਇਰ ਰਿਪਲੇਸੇਬਲ ਜਿਹੜਾ ਕੀ ਹੈਗਾ ਉਹ ਨਹੀਂ ਸੀਗਾ ਉਹ ਰਿਪਲੇਸੇਬਲ ਸੀ ਕੁੜੀ ਨੇ ਕਾਪਤਾ ਦੈਟਸ ਇਟ ਡਨ ਉਹ ਕੁੜੀ ਨੂੰ ਤਾਂ ਯਾਰ ਪਹਿਲਾਂ ਹੀ ਤੁਸੀਂ ਆਪਣੀ ਜਦਾਂ ਕਿ ਆਪਣੇ ਦਸਤਾ ਮੁੰਡੇ ਨੇ ਕਿ ਯਾਰ ਮੇਰੇ ਨਾਲ ਕੈਪੇਬਲ ਨਹੀਂ ਹੈਗਾ ਕਿ ਤੂੰ ਜਾ ਇਲਟਸ ਕਰਕੇ ਮੈਂ ਤੇਰੇ ਤੇ ਪੈਸੇ ਲਾਉਂਗਾ ਕੁੜੀ ਨੇ ਪਹਿਲਾਂ ਮੁੰਡਾ ਟੋਲਾ ਬੈਲੈਂਸ ਨਹੀਂ ਹੋ ਰਹੀ ਹੈ ਨਾ ਤੇ ਉਹ ਆਪਾਂ ਆਪ ਇੱਕ ਹਾਂ ਬੋਲੋ ਬਿਲਕੁਲ ਬਿਲਕੁਲ ਬੋਲੋ ਮੈਂ ਕਹਿੰਦਾ ਜਦਾਂ ਭਾਈ ਦੇਖ ਰਿਹਾਸ ਤੂੰ ਨਾ ਅੱਜ ਕੱਲ ਡਿਵੋਰਸ ਰੇ ਹਣਾ ਕਿਉਂਕਿ ਪਿਛਲੇ ਸਾਲ ਦਾ ਸਰਵੇਸ ਜੀ ਕਿ 50% ਮੈਰिज ਡਿਵੋਰਸ ਟੈਂਡ ਹੋ ਗਈਆਂ ਉਹਦੇ ਬਾਰੇ ਤੂੰ ਕੀ ਦੱਸ ਸਕਦਾ ਕਿ ਕੀ ਰੀਜ਼ਨ ਹੈ ਨਾ ਪਿੱਛੇ ਇਹ ਚੀਜ਼ ਬਾਰੇ ਔਮਨ ਤੇ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਜਿਹੜੇ ਡਿਵੋਰਸ ਨੇ ਉਹ ਔਮਨ ਜ਼ਿਆਦਾ ਪੁਸ਼ ਪੁਸ਼ ਕਰਦੀ ਹੈ ਯਾ ਸੋਨੋ ਹੋ ਰਿਹਾ ਔਮਨ ਵੱਲੋਂ ਹੋ ਰਿਹਾ ਜਾ ਰਿਹਾ ਲੋਕ ਹਾਂ ਹੁਣ ਔਮਨ ਵੱਲੋਂ ਕਿਉਂ ਹੋ ਰਿਹਾ ਹੁਣ ਇਹ ਵੀ ਸੋਚੋ ਕਿਉਂਕਿ ਰੀਅਲ ਮੈਨ ਰੇ ਨਹੀਂ ਦੇ ਲੋਕ ਬਿਲਕੁਲ ਬਿਲਕੁਲ ਤੁਸੀਂ ਸਮਝ ਰਹੇ ਹੋ ਦੇਖ ਮੇਰੀ ਮਾਤਾ ਮੇਰੇ ਪਿਓ ਨੂੰ ਛੱਡ ਕੇ ਨਹੀਂ ਗਈ ਹੂੰ ਠੀਕ ਹੈ ਮੈਨੂੰ ਲੱਗਦਾ ਤੇਰੀ ਵੀ ਨਹੀਂ ਗਈ ਨਹੀਂ ਨਹੀਂ ਬਾਈ ਨਹੀਂ ਬਿਲਕੁਲ ਜਸ ਜਸ ਬਾਈ ਜਸ ਕਿਉਂਕਿ ਜੇ ਜੇ ਸਾਡਾ ਪਿਓ ਰੀਅਲ men ਹੈ ਜੇ ਸਾਡੇ ਪਿਓ ਚ ਇਹੋ ਜੀ ਕੈਪੇਬਿਲਟੀਆਂ ਨੇ ਜੇ ਸਾਡਾ ਪਿਓ ਹੈ ਜਿਹੜਾ ਉਹ ਇਨਾ ਸਟਰੋਂਗ ਇਨਾਫ ਹੈ ਉਹਨੂੰ ਪਤਾ ਕਿ ਕਿੱਦਾਂ ਘਰ ਚਲਾਉਣਾ ਉਹਨੂੰ ਪਤਾ ਕਿ ਕਿੱਦਾਂ ਆਪਣੀ ਵਾਈਫ ਨੂੰ ਰੱਖਣਾ ਹੈ ਤਾਂ ਜਨਾਬ ਬਹੁਤ ਘੱਟ ਚਾਂਸਸ ਹੁੰਦੇ ਆ ਕੁੜੀ ਛੱਡ ਕੇ ਜਾਵੇ ਬਿਲਕੁਲ ਬਾਈ ਬਿਲਕੁਲ ਤੁਸੀਂ ਤੋ ਕਦੇ ਵੀ ਤੇਰੀ ਮਾਂ ਨੇ ਜਾਂ ਮੇਰੀ ਮਾਂ ਨੇ ਮੇਰੇ ਪਿਓ ਨੂੰ ਇਦਾਂ ਨਹੀਂ ਬੁਲਾਇਆ ਉਹ ਤੂੰ ਅੱਜ ਲੇਟ ਹੋ ਗਿਆ ਸਾਲਿਆ ਫੋਨ ਨਹੀਂ ਚੱਕਦਾ ਲੈ ਕਦੇ ਮੈਨੇ ਕੱਲ ਕਹਾਵਦੇ ਬਾਈ ਯੈਸ ਹਰ ਨਹੀਂ ਬਾਈ ਕਦੇ ਨਹੀਂ ਇਦਾਂ ਯਾਰ ਕਦੇ ਸੁਣੀਦਾ ਨਹੀਂ ਸੀ ਇਹ ਗੱਲਾਂ ਇੱਥੋਂ ਆਏ ਆ ਜਿੱਦਾਂ ਕਦੇ ਵੀ ਘਰ ਘਰ ਚ ਨਹੀਂ ਸੁਣੀਆ ਹੋਈ ਗੱਲਾਂ ਹਾਂ ਅੱਜ ਕ ਅੱਜ ਕੱਲ ਕੁੜੀਆਂ ਇਦਾਂ ਬੁਲਾਉਂਦੀਆਂ ਨੇ ਤੂੰ ਸਾਲਿਆ ਖੁੱਦੂ ਨਾ ਬਣਾ ਆ ਬੇ ਉਹ ਖੁੱਦੂ ਖਿੱਤੀ ਜਾ ਨਾ ਸੋ ਦਿਸ ਇਜ਼ ਜੇ ਤੁਸੀਂ ਇਦਾਂ ਸੁਣ ਰਹੇ ਹੋ ਆਪਣੀ ਗਰਲਫ੍ਰੈਂਡ ਤੋਂ ਜੇ ਤੁਸੀਂ ਇਹ ਸਭ ਬੁਲਸ਼ਿਟ ਲੈ ਰਹੇ ਹੋ ਡਿਵੋਰਸ ਚ ਛੱਡੋ ਡਿਵੋਰਸ ਤੋਂ ਨੇ ਜਿਹੜਾ ਕਰਨਾ ਹੈ ਕਰਨਾ ਹੈ ਨਾਲ ਕਿਸੇ ਹੋਰ ਨਾਲ ਉਹਨੇ ਜਿਹੜੀਆਂ ਪੱਪੀਆਂ ਮਾਰਨੀਆਂ ਨੇ ਉਹ ਵੀ ਕਰੂਗੀ ਸਭ ਕੁਝ ਕਰੂਗੀ ਉਹ ਜੇ ਤੁਸੀਂ ਸੈਲਫ ਰਿਸਪੈਕਟਡ ਨਹੀਂ ਹੈਗੇ ਨਾ ਬਾਈ ਜਨਾਨੀ ਨੇ ਤੁਹਾਡੀ ਕਦਰ ਨਹੀਂ ਕਰਨੀ ਥੈਟਸ ਇਟ ਜੇ ਤਾਂ ਤੁਸੀਂ ਆਪਣੀ ਲਾਈਫ ਚ ਕੁਝ ਨਹੀਂ ਕਰ ਰਹੇ ਉਹਨੇ ਕਹਣਾ ਇਹ ਤਾਂ ਹਨਾ ਸਲੇਵ ਆ ਯੂ ਯੂਸਲੈਸ ਆ ਬਿਲਕੁਲ ਤੇ ਯਾਰ ਇੱਕ ਗਾਰਬੇਜ ਆ ਇੱਕ ਜਰਾਂ ਨਾਲ ਅੱਜ ਕੱਲ ਲੋਕਾਂ ਨੂੰ ਸਿੰਪਿੰਗ ਬੜੀ ਵੱਧ ਰਹੀ ਆ ਮੈਂ ਕਹਿੰਦਾ ਮੈਂ ਨਾ ਇੱਕ ਨਾ ਵੈਸੇ ਇੱਕ ਮੈਂ ਵੀਡੀਓ ਬਣਾਉਂਦੀ ਸੋਚੀ ਸੀ ਚੀਜ਼ ਨਾ ਮੈਂ ਨਾ ਇੱਕ ਕਨਸੈਪਟ ਸੋਚਿਆ ਸੀ ਵੀਡੀਓ ਦਾ ਕਿ ਇੱਕ ਨਕਲੀ ਫੇਕ ਕੁੜੀ ਦੀ ਆਈਡੀ ਬਣਾਵਾ ਉਤੋਂ ਬਾਅਦ ਲੇਖਾਂ ਲੋਕਾਂ ਦੇ ਲੋਕਾਂ ਨੂੰ ਮੈਸੇਜ ਕਿੰਨੇ ਆਉਂਦੇ ਨੇ ਬਾਈ ਮੈਂ ਬਣਾਈ ਮੈਂ ਕਹਿੰਨਾ ਕੋਈ ਲੋਕ ਕੀ ਮੈਂ ਇੰਡੀਆ ਦੇ ਬੰਦੇ ਸੀ ਵੈਸੇ ਮੈਂ ਬਣਾਉਂਗਾ ਵੀਡੀਓ ਥੋੜੇ ਦਿਨ ਤੱਕ ਹਜੇ ਬਣਾਈ ਬਣਾਈ ਨਹੀਂ ਬੜੀ ਮੈਂ ਹਜੇ ਮਰ ਕੋ ਹੋ ਗਏ 17-18 ਮੈਸੇਜ ਉਹ ਲੋਕੀ ਭਰਾਵਾ بس ਇੱਕ ਵੀਡੀਓ ਇੱਕ ਵੌਇਸ ਕਾਲ ਕਰਨ ਨੂੰ ਪੈਸੇ ਉਨੇ ਪੈਸੇ ਭਜਨੇ ਕਹਿੰਦਾ ਪੈਸੇ ਦੱਸੋ ਕਿਨੇ ਚਾਹੀਦੇ ਤੁਹਾਨੂੰ ਤੁਸੀਂ ਬਸ ਮੇਰੇ ਕੋਲ ਆ ਜਾਓ ਤੇ ਟਿਕਟ ਵੀ ਮੈਂ ਕਰਾ ਦਿੰਨਾ ਆਪਾਂ ਇਕੱਠੇ ਰਮਾਂਗੇ ਇਹ ਕਰਾਂਗੇ ਇੱਥੋਂ ਤੱਕ ਮੈਂਟੈਲਿਟੀ ਕਰ ਗਈ ਲੋਕਾਂ ਦੀ ਬਸ ਟਿਕਟ ਭਾਂ ਚ ਸੈਕਸ ਇੰਨਾ ਜ਼ਰੂਰੀ ਹੋ ਗਿਆ ਓਏ ਹੋਏ ਹੋਏ ਬਾਈ ਦੇਖੋ ਮੇਰੀਆਂ ਗਰਲਫ੍ਰੈਂਡਸ ਨੇ ਜਿਹੜੀਆਂ ਹਨਾ ਹੁਣ ਲੋਕ ਬਹੁਤ ਚੜਦੇ ਆ ਕਹਿੰਦੇ ਗਰਲਫ੍ਰੈਂਡਸ ਕਹਿੰਦਾ ਗਰਲਫ੍ਰੈਂਡ ਨਹੀਂ ਕਹਿੰਦਾ ਮੈਨੂੰ ਕਹਿੰਦੇ ਆ ਨਾ ਕਈ ਲੋਕ ਕਿ ਬਈ ਇਹ ਕੀ ਚੱਕਰ ਹੈ ਬਈ ਹੈਗੀਆਂ ਨੇ ਕੀ ਆ ਹੁਣ ਮੈਂ ਕੈਪੇਬਲ ਆ ਠੀਕ ਹੈ ਨਾ men of god ਠੀਕ ਹੈ ਤੁਸੀਂ ਤੁਸੀਂ ਹਾਂ ਤੁਸੀਂ ਸਿਮਪੋਂ ਤੁਸੀਂ ਸਿਮਪੋਂ ਤੁਹਾਡੇ ਕੋਲ ਨਹੀਂ ਹੈਗੀ ਤੂੰ ਚਿੜਚਿੜ ਰਿਹਾ ਹੋ ਤੁਸੀਂ ਇਹ ਸੋਚੋਗੇ ਬਾਈ ਇਹਦੇ ਕੋਲ ਕਿਉਂ ਹੈ ਪਤਾ ਕਿਉਂ ਹੈ ਮੈਂ ਦੱਸ ਦਿੰਨਾ ਬਿਕੋਜ਼ ਆਮ ਨੋਟ ਅ ਸਿਮਪ ਆਮ ਕੌਨਫੀਡੈਂਟ ਪਰਸਨ ਫਰਸਟ ਰੀਜ਼ਨ ਕੌਨਫੀਡੈਂਸ ਸੈਕਿੰਡ ਮੈਨੂੰ ਪਤਾ ਮੇਰਾ ਵਿਜ਼ਨ ਕੀ ਹੈ ਥਰਡ ਆਈ ਨੋ ਮਾਈ ਸੈਲਫ ਰਿਸਪੈਕਟ ਇਹ ਤਿੰਨ ਕਾਰਨ ਮੈਨੂੰ ਪਤਾ ਨੇ ਤਾਂ ਹੀ ਸੈਲੀ ਮੈਨੂੰ ਕਦੇ ਛੱਡ ਕੇ ਨਹੀਂ ਜਾਂਦੀ ਔਰ ਜੇ ਉਹ ਚਲੇ ਵੀ ਗਈ ਜੇ ਉਹ ਚਲੇ ਵੀ ਗਈ ਪਤਾ ਕਿਦਾਂ ਲਾਸ ਹੈ ਉਹਦਾ ਮੇਰਾ ਨਹੀਂ ਉਹਦਾ ਔਰ ਇਹੀ ਮੈਂ ਲੋਕਾਂ ਨੂੰ ਕਹਿਣਾ ਕਿ ਜੇ ਤੁਹਾਡੀ ਸਿੰਪਲ ਮੈਂਟੈਲਿਟੀ ਹੈ ਤੁਸੀਂ ਡੈਨਿਸ ਬਣੀ ਨਹੀਂ ਸਕਦੇ ਤੁਸੀਂ ਡੈਨਿਸ ਨੂੰ ਸੋਹਣੀ ਨਹੀਂ ਬਣਾ ਸਕਦੇ ਠੀਕ ਹੈ ਨਾ ਜੇ ਤੁਸੀਂ ਵਾਕਈ ਜੀ ਆਪਣੇ ਆਪ ਨੂੰ ਕੰਟ ਕੈਪੇਬਲ ਸਮਝ ਰਹੇ ਹੋ ਜਾਂ ਮਿਹਨਤ ਕਰ ਰਹੇ ਹੋ ਤੁਸੀਂ ਡੈਨਿਸ ਨੂੰ ਰੈਗੂਲਰ ਕੰਟੀਨਿਊਸਲੀ ਬਣ ਸਕਦੇ ਹੋ ਦੈਟਸ ਵਾਈ ਆਮ ਗੈਟਿੰਗ ਲੋਟ ਆਫ ਅਟੈਂਸ਼ਨ ਯੂ ਅੰਡਰਸਟੈਂਡਿੰਗ ਮਾਈ ਬ੍ਰੋ ਬਿਲਕੁਲ ਬਿਲਕੁਲ ਮੈਨੂੰ ਐਡੀ ਐਡੀ ਟਾਪ ਲੈਵਲ ਅਟੈਂਸ਼ਨ ਮਿਲ ਰਹੀ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਂ ਫੈਕਟ ਦੱਸ ਕੇ ਲਈਆ ਮੈ ਮੈਨੂੰ ਜ 8 9 9 ਲੱਖ ਲੋਕ ਦੇਖ ਰਹੇ ਨੇ ਬਾਰਲੇ ਮੁਲਕਾਂ ਨੂੰ ਇਸ ਕਰਕੇ ਦੇ ਰਹੇ ਕਿ ਬੰਦਾ ਯਾਰ ਨਹੀਂ ਬੇਬਾਕੀ ਨਾਲ ਸੱਚ ਬੋਲ ਰਿਹਾ ਸਿੰਪਿੰਗ ਨੂੰ ਮਟਾਉਣਾ ਚਾਹੁੰਦਾ ਇਹ ਕਹਿ ਰਿਹਾ ਤੇ ਕੁੜੀਆਂ ਤੇ ਪੈਸੇ ਨਾਲੋਂ ਜਿਹੜੇ ਫੇਕ ਆਈਡੀ ਤੁਸੀਂ ਗੱਲ ਕੀਤੀ ਹੁੰਦੀ ਵਧੀਆ ਕਿ ਮੈਂ ਫੇਕ ਆਈਡੀ ਬਣਾਈ ਫੇਕ ਆਈਡੀ ਤੇ ਇੰਨੀ ਅਟੈਨਸ਼ਨ ਆਈ ਬਿਲਕੁਲ ਯਾਰ ਬਿਲਕੁਲ ਯਾਰ ਬਈ ਮੈਂ ਕਹਿੰਦਾ ਤੁਸੀਂ ਇਹ ਸੋਚੋ ਕਿ ਫੇਕ ਆਈਡੀ ਤੇ ਇੰਨੀ ਅਟੈਨਸ਼ਨ ਜੇ ਆ ਸਕਦੀ ਹੈ ਰੀਅਲ ਚ ਕੀ ਹੋਊਗਾ ਮੈਂ ਤੈਨੂੰ ਇੱਕ ਗੱਲ ਦੱਸਦਾ ਯਾਰ ਇਹਦੇ ਪਿੱਛੇ ਹਨਾ ਮੈਂ ਨਾ ਮੈਂ ਪਤਾ ਕੀ ਕੀਤਾ ਮੈਂ ਨਾ ਟ੍ਰਿਕ ਮੈਨੂੰ ਕਿਵੇਂ ਪਿੱਛੇ ਮੈਂ ਕਿ ਕਿੱਦਾਂ ਬੰਦੇ ਐਡ ਕਰਾਵਾਂ ਮੈਨੂੰ ਕਹਿੰਦਾ ਯਾਰ ਇਦਾਂ ਕਰ ਕਿਸੇ ਵੀ ਪੋਸਟ ਥੱਲੇ ਨਾ ਕੋਈ ਮਸ਼ਹੂਰ ਪੇਜ ਦੀ ਥੱਲੇ ਜਾ ਕੇ ਕਮੈਂਟ ਕਰ ਦੇ ਬਸ ਫੋਟੋ ਕੁੜੀ ਦੀ ਲੱਗੀ ਹੋਣੀ ਚਾਹੀਦੀ ਆ ਬਾਈ ਇੱਕ ਦਿਨ ਚ 150 ਰਿਕੁਐਸਟਾਂ ਨਵੀਂ ਆਈ ਈ ਆਈਡੀ ਤੇ ਠੀਕ ਆ ਉਹਦੇ ਚੋਂ ਪਾਈ ਦੇ ਲੱਗ ਕੇ ਮੈਸੇਜ ਆਏ ਤਾਂ ਉਹ ਚੋਂ ਆਤਵਾਤ ਆਪਣੇ ਪੰਜਾਬੀ ਬੰਦੇ ਕੋਈ ਖੁਸ਼ਪਰੀਦ ਨਾ ਰੱਖਿਆ ਏ ਕੁੜੀ ਦਾ ਮੈਂ ਤੇ ਠੀਕ ਆ ਪੰਜਾਬੀ ਹਾਏ ਹਾਏ ਆਪਾਂ ਗੱਲ ਕਰ ਸਕਦੇ ਆ ਇਦਾਂ ਦੇ ਮੈਸੇਜ ਕੋਈ ਕਰਦਾ ਹੁੰਦਾ ਯਾਰ ਓਹੋ ਪਹਿਲੀ ਗੱਲ ਤਾਂ ਹਾਏ ਤਾਂ ਕਦੇ ਨਹੀਂ ਰਿਸਪੌਂਡ ਕਰਨਾ ਉਹਨੇ ਤੁਹਾਨੂੰ ਆ ਚਲੋ ਮੈਂ ਗੇਮ ਸਿਖਾ ਦਿੰਦਾ ਮੈਂ ਤੁਹਾਨੂੰ ਗੇਮ ਵੀ ਉਹਦੇ ਸੁਣ ਲਓ ਮੇਰੀ ਧਿਆਨ ਨਾਲ ਗੱਲ ਹਾਏ ਕਦੇ ਵੀ ਕੁੜੀ ਰਿਸਪੌਂਡ ਨਹੀਂ ਕਰਦੀ ਅਨਲੈਸ ਤੁਸੀਂ ਬਹੁਤ ਜ਼ਿਆਦਾ ਕੈਪੇਬਲ ਹੋ ਜਿਹੜੀ ਬਹੁਤ ਕੁਝ ਅਚੀਵ ਕੀਤਾ ਜੇ ਸਪੋਸ ਤੁਸੀਂ ਬਹੁਤ ਮਤਲਬ ਫੇਮਸ ਹੋ ਜਾਂ ਗੁੱਡ ਲੈਵਲ ਤੇ ਹੋ ਤਾਂ ਤੁਹਾਡਾ ਸ਼ਾਇਦ ਹਾਏ ਰਿਪਲਾਈ ਕਰਦੇ ਹੋ ਬੈਕ ਜੇ ਤੁਸੀਂ ਲੱਲੂ ਹੋ ਜੇ ਤੁਸੀਂ ਸਿਰਫ ਦੋ ਤਿੰਨ ਫੋਟੋਆਂ ਪਾਈਆਂ ਹੋਈਆਂ ਜੇ ਤੁਸੀਂ ਜ਼ੀਰੋ ਥੋੜੇ 5 600 ਫਾਲੋਅਰ ਨੇ ਠੀਕ ਹੈ ਜੇ ਤੁਸੀਂ ਸੋਦੇ ਹਾਏ ਕਰੋਗੇ ਤਾਂ ਕੁੜੀ ਦਾ ਕੋ ਮੈਸੇਜ ਆ ਜੂਗਾ ਕਦੇ ਵੀ ਨਹੀਂ ਲੈਸ ਦੈਨ ਅ ਜ਼ੀਰੋ ਪਰਸੈਂਟ ਚਾਂਸ ਠੀਕ ਹੈ ਹਾਏ ਤੋਂ ਚੰਗਾ ਨਾ ਤੁਸੀਂ ਉਦੀ ਪਿਕਚਰ ਲਾਈਕ ਕਰ ਦੋ ਇੱਕ ਜਸਟ ਲੈਟ ਸੀ ਕਿ ਉਹ ਤੁਹਾਨੂੰ ਕੀ ਅਟੈਂਸ਼ਨ ਦਿੰਦੀ ਆ ਤੁਹਾਡੇ ਪ੍ਰੋਫਾਈਲ ਤੇ ਆਂਦੀ ਆ ਜੇ ਤਾਂ ਨਹੀਂ ਆ ਰਹੀ ਤੁਹਾਨੂੰ ਤੁਹਾਡੀ ਔਕਾਤ ਦਾ ਪਤਾ ਲੱਗ ਗਿਆ ਠੀਕ ਹੈ ਨਾ ਜੇ ਆ ਗਈ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਸ਼ੀ ਇਜ਼ ਇੰਟਰਸਟਿਡ ਸੋ bro ਫੈਕਟ ਹੈ ਕਿ ਨਹੀਂ ਪਹਿਲਾਂ ਨਹੀਂ ਬਿਲਕੁਲ ਭਾਈ ਫੈਕਟ ਆ ਇਹੀ ਚੀਜ਼ ਹੁੰਦੀ ਆ ਹਨਾ ਸੋ ਮੇਰਾ ਕਹਿਣ ਦਾ ਇੰਨਾ ਹੀ ਹੈ ਕਿ ਦੇਖੋ ਤੁਸੀਂ ਜੇ ਇਦਾਂ ਦੇ ਲੱਲੂ ਬਣ ਰਹੇ ਹੋ ਕਿ ਤੁਸੀਂ ਜਿਵੇਂ ਕਮੈਂਟ ਵਾਲੀ ਤੁਸੀਂ ਗੱਲ ਕੀਤੀ ਕਿ ਇੱਕ ਕਮੈਂਟ ਮਾਰਦੇ ਉਹਦੇ ਉਸ ਆਈਡੀ ਤੇ ਰਿਕੁਐਸਟਾਂ ਇੰਨੀ ਆਉਂਗੀਆਂ ਹਾਂ ਬਿਲਕੁਲ ਬਿਲਕੁਲ ਪਰ ਇਹ 100% ਫੈਕਟ ਹੈ ਮੇਰੇ ਵੀ ਇਹ ਸੱਚ ਹੈ ਹਾਂ ਜੋ ਸੀ ਕਿਆ ਦੇਖਿਓ ਜੀ ਜਾਨੇ ਮੈਂ ਕਿ ਖੁਦ ਕੀਤੀ ਯਾਰ ਮੈਂ ਤੁਹਾਨੂੰ ਦੱਸਾਂ ਫੈਕਟ ਹੈ ਇਹਦੇ ਚ ਕੀ ਬਲੀਵ ਨਾ ਕਰਾਂ ਤੇ ਦੇਖ ਲਓ ਮੈਂ ਕਹਿੰਦਾ ਉਹ ਅੱਜ ਕੱਲ ਤਾਂ ਯਾਰ ਉਹ ਪੁਰਾਣੀਆਂ ਪਿਕਅਪ ਲਾਈਨਸ ਹੀ ਵਰਤੀ ਜਾਂਦੇ ਪਤਾ ਕੀ ਮੈਨੂੰ ਮੈਸੇਜ ਆਇਆ ਇੱਕ ਦਾ ਕਹਿੰਦਾ ਮੈਂ ਤੁਹਾਨੂੰ ਜਾਣਦਾ ਹਾਂ ਸ਼ਾਇਦ ਹਣਾ ਤੁਸੀਂ ਮੈਨੂੰ ਕਦੇ ਦਿਖਿਓ ਇਹ ਆਇਕਰ ਤੁਸੀਂ ਬ੍ਰੈਂਟਨ ਰਹਿੰਦੇ ਹੋ ਆਏ ਹਾਏ ਓ ਤੈਨੂੰ ਲੱਗਦਾ ਤੈਨੂੰ ਰਿਸਪੌਂਡ ਕਰੂਗੀ ਇਹੋ ਜਿਹੇ ਗੰਦੇ ਲੱਲੂ ਮੈਸੇਜਾਂ ਚ ਤੁਸੀਂ ਬ੍ਰੈਂਟਨ ਲੈਂਦੇ ਹੋ ਤੇ ਤੁਸੀਂ ਦੇਖਿਓ ਨਹੀਂ ਯਾਰ ਬਹੁਤ ਹੁਣ ਇਹ ਕਹਿਣਾ ਆਏ ਹਾਏ ਬਹੁਤ ਸਿੰਪਿੰਗ ਵੱਧ ਰਹੀ ਹੈ ਤੇ ਯਾਰ ਤੇਰੀ ਇੱਕ ਮੈਂ ਵੀਡੀਓ ਦੇਖੀ ਸੀ ਪੰਜਾਬੀ ਰੈਸਟੋਰੈਂਟ ਵਾਲੀ ਹਣਾ ਉਹ ਵੇਖ ਕੇ ਯਾਰ ਮੈਂ ਸੱਚੀ ਕਹਿੰਦਾ ਤੇਰੀ ਉਹ ਵੀਡੀਓ ਤੋਂ ਬਾਅਦ ਮੈਂ ਤੈਨੂੰ ਮੈਸੇਜ ਕੀਤਾ ਦੇਖਣ ਤੋਂ ਬਾਅਦ ਮੈਂ ਕਿਹਾ ਯਾਰ ਬੰਦੇ ਨਾਲ ਪੋਡਕਾਸਟ ਕਰਨਾ ਉਹ ਚੀਜ਼ ਇੰਨੀ ਫਨੀ ਲੱਗੀ ਨਾ ਕੋਈ ਕਿੱਦਾਂ ਕਰ ਸਕਦਾ ਯਾਰ ਇੱਕ ਪ੍ਰੈਜ਼ੀਡੈਂਟ ਜਾ ਕੇ ਉਹ ਯਾਰ ਐਕਸਪਲੇਨ ਕਰੀ ਸਾਰੀ ਜੀ ਮੈਂ ਸੀਰੀਅਸਲੀ ਰਿਸਪੈਕਟ ਕਰਦਾ ਪਹਿਲਾਂ ਤਾਂ ਵੀਰੇ ਤੇਰੇ ਪੁਆਇੰਟ ਆਫ View ਨੂੰ ਕਿ ਤੂੰ ਇੰਨੇ ਸੋਹਣੀ ਵੀਡੀਓ ਨੂੰ ਦੇਖ ਕੇ ਸਮਝਿਆ ਤੇ ਉਸ ਸਹੀ ਜਲਦੀ ਨਾ ਰੋ ਕੇ ਸਾਜ ਕਿ ਤੂੰ ਉਸ ਤੋਂ ਬਾਅਦ ਮੈਨੂੰ ਕੰਟੈਕਟ ਕੀਤਾ ਫਰਸਟ ਆਫ ਆਲ ਵੀਰੇ ਪਹਿਲਾਂ ਗੱਲ ਤੇਰੀ ਥਿੰਕਿੰਗ ਲੈਵਲ ਹੈ ਨਾ ਜਿਹੜੀ ਐਕਚੁਅਲੀ ਉਹ ਐਡਵਾਂਸ ਹੈ ਗੁੱਡ ਹੈ ਤੈਨੂੰ ਸਮਝ ਆ ਗਈ ਕਿ ਮੇਜਰ ਮੁੱਦਾ ਕੀ ਹੈ ਇਸ ਵਕਤ ਬਿਲਕੁਲ ਬਿਲਕੁਲ ਹੁਣ ਹੁਣ ਸਿੰਪਿੰਗ ਕਿਉਂ ਵੱਧ ਰਹੀ ਹੈ ਇਹ ਤਾਂ ਆਪਾਂ ਗੱਲਾਂ ਕਰ ਹੀ ਚੁੱਕੇ ਨੇ ਕਿਉਂਕਿ ਮੈਂਟਲੀ ਲੋਕ ਡਿਪਰੈਸ ਨੇ ਮਤਲਬ ਉਹਨਾਂ ਚ ਕੈਪੇਬਲ ਨਹੀਂ ਹੈਗਾ ਕਿ ਕੌਨਫੀਡੈਂਸ ਲੈਵਲ ਨਹੀਂ ਹੈਗਾ ਸੈਲਫ ਰਿਸਪੈਕਟ ਜਾ ਰਹੀ ਹੈ ਦੈਟਸ ਵਾਈ ਹੈ ਨਾ ਹੁਣ ਉਹ ਸਿੰਪਿੰਗ ਵਾਲੀ ਜਿਹੜੀ ਵੀਡੀਓ ਹੈ ਨਾ ਬਾਈ ਉਹ ਮੈਨੂੰ ਖੁਦ ਮੇਰੇ ਲਿੰਕ 'ਚ ਜਿਹੜੀਆਂ ਕੁੜੀਆਂ ਨੇ ਉਹਨਾਂ ਨੇ ਦੱਸਿਆ ਕਿ ਜਦੋਂ ਆਪਾਂ ਰੈਸਟੋਰੈਂਟ 'ਚ ਕਦੇ ਸਰਵ ਕਰਦੀਆਂ ਨਾ ਫੂਡ ਜਾ ਕੇ ਤਾਂ ਉੱਥੇ ਮੁੰਡੇ ਹੌਚੜ ਜਾਂਦੇ ਆ ਹਮ ਉਰਤ ਜਾਂਦੇ ਆ ਹੁਣ ਮੈਨੂੰ ਆ ਲੱਗਦਾ ਕਿ ਓ ਜੀ ਥੋੜੀ ਜੀ ਜੀ ਇੱਥੇ ਦਾਲ ਗਿਰ ਗਈ ਸੀ ਉਹ ਦਾਲ ਗੇ ਜੇ ਟੇਬਲ 'ਚ ਜੀ ਦਾਲ ਗਿਰ ਜਾਵੇ ਤਾਂ ਕੋਈ ਚੱਕਰ ਦਾ ਨਹੀਂ ਓ ਮੈਨ ਤੂੰ ਕਿੱਦਾਂ ਇਹ ਸਭ ਸੋਚ ਕੇ ਤੂੰ ਕਿੱਦਾਂ ਇਸ ਮੈਂਟੈਲਿਟੀ ਨਾਲ ਤੈਨੂੰ ਲੱਗਦਾ ਕਿ ਕੁੜੀ ਇੰਪ੍ਰੈਸ ਹੋ ਜਾਊਗੀ ਯਾਰ ਸੱਚੀ ਯਾਰ ਉਹ ਵੀਡੀਓ ਵੇਖ ਕੇ ਮੈਨੂੰ ਮੈਂ ਬਹੁਤ ਵਾਰ ਦੇਖੀ ਯਾਰ ਟੇਬਲ ਤੇ ਦਾਲਗਰ ਜੀ ਸਾਡੇ ਚੀ ਜੀ ਸਭ ਕੁਝ ਗੁੱਡ ਹੈ ਜੀ ਜਿਹਦਾ ਤੂੰ ਬੋਲਿਆ ਸੀ ਮੈਨੂੰ ਬੜਾ ਬੜਾ ਐਕਸੈਪਟ ਲੱਗਾ ਹੋ ਯਾਰ ਯਾਰ ਕਿੱਦਾਂ ਕੋਈ ਬੋਲਦਾ ਉਹ ਫਿਰ ਉਹ ਇਹਨਾਂ ਕੁੜੀ ਨੇ ਟੈਂਸ਼ਨ ਇਹਨਾਂ ਕੁੜੀ ਨੂੰ ਇਹਨਾਂ ਕੁੜੀ ਇਰੀਟੇਟ ਹੁੰਦੀ ਕਿ ਯਾਰ ਕੀ ਕਰੀ ਜਾਂਦਾ ਇਹਨਾਂ ਕੁੜੀ ਤੇਰੇ ਨਾਲ ਅਟਰੈਕਟ ਨਹੀਂ ਹੋਊਗੀ ਇਰੀਟੇਟ ਹੋਊਗੀ ਹਾਂ ਇਹ ਤਾਂ ਓਕੇ ਇਹਦੇ ਚ ਆਪਾਂ ਆਪਾਂ ਬੌਸ ਮਾਈਂਡ ਸੈਟ ਲੈ ਕੇ ਆਉਂਦੇ ਹਾਂ ਕੁੜੀ ਨੂੰ ਕੁੜੀ ਨੂੰ ਇਹ ਕਹਿਣ ਤੋਂ ਚੰਗਾ ਨਾ ਜੇ ਤੁਸੀਂ ਸਮਝਦੇ ਹੋ ਕਿ ਕੁੜੀ ਨਾਲ ਤੁਸੀਂ ਗੱਲ ਜੇ ਕਰਨਾ ਚਾਹੁੰਦੇ ਹੋ ਸੁਪੋਜ਼ ਮੈਂ ਤੁਹਾਨੂੰ ਗੇਮ ਗੇਮ ਸਪਿਟ ਕਰਦਾ ਅੱਜ ਮੈਂ ਤੁਹਾਨੂੰ ਗੇਮ ਦੱਸ ਦਿੰਦਾ ਮ ਜੇ ਤੁਸੀਂ ਚਾਹੁੰਦੇ ਥੋਨੂੰ ਕੁੜੀ ਚੰਗੀ ਲੱਗੀ ਸਪੋਜ਼ ਠੀਕ ਹੈ ਨਾ ਤੁਸੀਂ ਅਪਰੋਚ ਕਰਨਾ ਤੁਸੀਂ ਅਪਰੋਚ ਇਦਾਂ ਥੁਰਨਾ ਕਰੋਗੇ ਯਾਰ ਕਿ ਤੁਸੀਂ ਦਾਲ ਗਿਰਗੀ ਜੀ ਇਹ ਹੋ ਗਿਆ ਨਾ ਤੁਸੀਂ ਜੇ ਅਪਰੋਚ ਕਰਨੇ ਫਰਸਟ ਆਫ 올 ਦੇਖੋਗੇ ਉਹਦਾ ਆਈ ਕੰਟੈਕਟ ਤੁਹਾਡੇ ਨਾਲ ਹੈਗਾ ਕਿ ਨਹੀਂ ਹਮ ਸਮਝ ਰਹੇ ਮੈਂ ਬਿਲਕੁਲ ਬਿਲਕੁਲ ਜੇ ਤੁਹਾਡੇ ਨਾਲ ਉਹਦਾ ਆਈ ਕੰਟੈਕਟ ਹੈਗਾ ਜੇ ਕੁੜੀ ਨੂੰ ਲੱਗ ਰਿਹਾ ਕਿ ਯਾਰ ਨਾ ਇਹਦੇ ਨਾਲ ਗੱਲ ਕਰਨਾ ਚਾਹੀਦਾ ਮੈਂ ਤੁਹਾਨੂੰ ਲਿਖ ਕੇ ਕਹਿੰਦਾ 110% ਕੁੜੀ ਕੋਈ ਨਾ ਕੋਈ ਜਿਹੜਾ ਕਿ ਐਫਰਟ ਮੇਕ ਕਰੂਗੀ ਬਿਲਕੁਲ ਕੋਈ ਨਾ ਵੀ ਸਾਈਨ ਤਾਂ ਦੇ ਹੀ ਦਿੰਦੀ ਹੈ ਬਾਈ हां एफर्ट में करूंगी। ਹੁਣ ਜੇ ਤੂੰ ਤਾਂ ਸਮਾਰਟ ਐ। ਜੇ ਤੂੰ ਮਤਲਬ ਤੂੰ ਜਿੱਦ ਨੂੰ ਪਤਾ ਹੈ ਹਾਊ ਟੂ ਕੈਚ ਅ ਫਿਸ਼। देन ਯੂ ਵਿਲ ਕੈਚ ਇਟ। ਬਟ ਇਫ ਯੂ ਡੋਨਟ ਨੋ देन ਯੂ ਆਰ ਜਸਟ ਗੋਣਾ ਵੇਸ ਯੋਰ ਟਾਈਮ ਲਾਈਕ ਥਿਸ। ਮੱਛੀ ਫੜਨੀ ਆ ਫੜੀ ਨਹੀਂ ਗਈ। ਮੱਛੀ ਫੜਨੀ ਫੜੀ ਨਹੀਂ। ਉਹ ਮਛੀ ਤਾਂ ਫੜੀ ਜਾਣੀ ਹੈ ਜੇ ਤੈਨੂੰ ਸਾਲਿਆ ਮੱਛੀਆਂ ਫੜਨੀਆਂ ਆਉਂਦੀਆਂ ਇਹ ਤਾਂ ਮੱਛੀ ਕਿੱਜ ਤਰਲੇ ਕਰਨ ਲੱਗ ਪੋ ਯਾਰ ਮੱਛੀ ਆਇਆ ਆਇਆ ਤਰਲੇ ਕਰਨ ਲੱਗ ਪੋ ਨਹੀਂ ਉਹ ਨਹੀਂ ਆਉਗੀ ਉਹ ਕਦੇ ਨਹੀਂ ਤਰਲੇ ਕਰਨ ਨਾਲ ਤਾਂ ਬਿਰੇ ਮੱਛੀ ਛੱਡੋ ਭੈਣ ਕੁਝ ਵੀ ਨਹੀਂ ਹੁੰਦਾ ਨਹੀਂ ਇੱਕ ਪੋਰਨ ਮੈਂਟੈਲਿਟੀ ਦਾ ਜਿਹੜਾ ਪੋਰਨ ਦੇਖ ਲਓ ਪੇਡ ਸੈਕਸ ਕਰ ਲਓ ਜਾਂ ਮਸਟਿਚਨ ਕਰ ਲਓ ਯਾਰ ਇਹ ਇਹਦੇ ਤੂੰ ਮਲ ਕੇ ਓਕੇ ਇਨਾ ਟਾਈਮ ਹੈ ਅੱਜ ਮੈਂ ਕੁੜੀਆਂ ਲਈ ਅੱਜ ਮੈਂ ਕੁੜੀਆਂ ਨੂੰ ਇੱਕ ਮੈਸੇਜ ਦੇਣਾ ਚਾਹਣਾ ਹੈ ਆਪਣੀ ਵੀਡੀਓ ਰਾਈ ਹੈ ਨਾ ਮੇਰਾ ਮੁੰਡਿਆਂ ਨੂੰ ਮੈਸੇਜ ਹੁੰਦਾ ਹੈ ਨਾ ਕਿ ਲਾਈਕ ਪਰ ਅੱਜ ਮੈਂ ਕੁੜੀ ਨੂੰ ਦੱਸਣਾ ਚਾਹਣਾ ਜੇ ਸੁਪੋਜ਼ ਤੁਹਾਡਾ ਬாய்ਫਰੈਂਡ ਜਾਂ ਕਿਸੇ ਮੁੰਡੇ ਨਾਲ ਜੇ ਤੁਸੀਂ ਰਿਲੇਸ਼ਨ 'ਚ ਹੋ ਤਾਂ ਉਹਦੇ ਮੁੰਡੇ ਦੇ ਨਾਲ ਤੁਸੀਂ ਜਾ ਕੇ ਬਸ ਫੋਨ ਤੇ ਜਾ ਕੇ ਨਾ ਟੈਪ ਕਰਨਾ ਹੈ www.p ਜੇ ਉਹਦੀ ਜੇ ਉਹਦੀ ਹਿਸਟਰੀ 'ਚ ਜੇ ਉਹਦੇ ਤੇ ਖੁੱਲ ਗਿਆ ਸਿਸਟਮ ਸਾਰਾ ਪਾਵਰਫੁਲ ਵਾਲਾ ਤਾਂ ਮੈਂ ਕਹਿ ਰਿਹਾ ਲੀਵ that guy immediately ਲੀਵ ਹਿਮ ਰਾਈਟ ਅਵੇ ਬਿਕੋਜ਼ ਉਹਦੇ ਚ ਸੈਲਫ ਕੰਟਰੋਲ ਨਹੀਂਗਾ ਉਹ ਮੈਂਟਲੀ ਸਿਕ ਹੈ ਉਹਦੇ ਚ ਕੌਨਫੀਡੈਂਸ ਨਹੀਂ ਹੈਗਾ ਉਹ ਤੁਹਾਨੂੰ ਕਦੇ ਸੇਫ ਨਹੀਂ ਫੀਲ ਕਰਾ ਸਕਦਾ ਮੈਂ ਦੱਸ ਰਿਹਾ ਇਹੋ ਜਿਹੇ ਮੁੰਡੇ ਤੋਂ ਭੱਜੋ ਮੈਂ ਫੈਕਟ ਦੱਸ ਰਿਹਾ ਸੋ ਬ੍ਰੋ ਇਹ ਬਹੁਤ ਗੰਦੀ ਚੀਜ਼ ਹੈ ਮੈਂ ਤੁਹਾਨੂੰ ਦੱਸਦਾ ਵੀਰੇ ਇਹਦੇ 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 ਨਾ ਇਹਦੇ ਚੋਂ ਸਾਰੇ ਨਿਕਲਦੇ ਆ ਯੈਸ অর ਨੋ ਬਾਈ ਬਿਲਕੁਲ 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 ਇਸ ਪੀਰੀਅਡ ਤੋਂ ਸਾਰੇ ਬਾਈ ਸਾਰੇ ਬਟ ਜਿਹੜੇ ਨਿਕਲ ਜਾਂਦੇ ਇੱਕ ਬੰਦਾ ਇੱਕ ਬੰਦਾ ਬੋਲਦੇ ਥਲੇ ਕਿ ਮੈਂ ਜ਼ਿੰਦਗੀ ਚ ਕਦੇ ਨਹੀਂ ਕੀਤਾ ਸਾਰੇ ਨਿਕਲਦੇ ਹਾਂ ਸਾਰੇ ਨਿਕਲਦੇ ਹਨਾ ਪਟ ਦੇਖੋ ਆਪਣਾ ਕੰਮ ਕੀ ਹੈ ਤਕਲੀਫਾਂ ਚੋਂ ਨਿਕਲਣਾ ਬਿਲਕੁਲ ਯੈਸ অর ਨੋ ਬਿਲਕੁਲ ਬਾਈ ਰਾਈਟ ਹੁਣ ਜਿਹੜਾ ਤਾਂ ਤਕਲੀਫ ਜਿਹੜਾ ਤਾਂ ਤਕਲੀਫਾਂ ਤੋਂ ਨਿਕਲ ਗਿਆ ਉਹ ਤਾਂ ਤੁਹਾਨੂੰ ਸਚਾਈ ਦੱਸੂਗਾ ਅ ਰੀਅਲ ਮੈਨ ਕੈਨ ਓਨਲੀ ਟੀਚ ਯੂ ਅ ਲੈਸਨ ਯੈਸ অর ਨੋ ਯੈਸ ਯੈਸ ਬਾਈ ਯੈਸ ਯੈਸ ਹੈਨਾ ਹੁਣ ਜੇ ਬੰਦਾ ਉਸ ਤਕਲੀਫ ਚੋਂ ਨਿਕਲ ਨਹੀਂ ਪਾਰਾ ਉਹਦੇ ਚ ਸਟਕ ਹੋ ਗਿਆ ਹੈਨਾ ਤਾਂ ਉਹਨੂੰ ਕੀ ਕਹਿੰਦੀ ਸੋਸਾਇਟੀ ਅ ਡਿਪਰੈਸਡ ਲੂਜ਼ਰ ਮੈਨ ਉਹਦੇ ਨਾਲ ਹੀ ਤਾਂ ਡਿਪਰੈਸ਼ਨ ਵੱਧ ਦੀ ਸ਼ੁਰੂ ਹੁੰਦੀ ਹੈ ਬਈ ਉਹਨੇ ਡਿਪਰੈਸ਼ਨ ਵੱਧ ਦੀ ਸ਼ੁਰੂ ਹੁੰਦੀ ਹੈ ਮੇਨ ਪੁਆਇੰਟ ਹੀ ਉੱਥੇ ਸ਼ੁਰੂ ਹੁੰਦਾ ਐਂਡ ਓਕੇ ਇਫ ਯੂ ਹੈਵ ਅ ਸਿਸਟਰ ਬਾਈ ਚਾਂਸ অর ਇਫ ਆਈ ਹੈਵ ਅ ਸਿਸਟਰ ਤੂੰ ਚਾਹੁੰਦਾ ਤੇਰੀ ਸਿਸਟਰ ਜਾਂ ਮੇਰੀ ਸਿਸਟਰ ਕਦੇ ਡਿਪਰੈਸ ਬੰਦੇ ਨਾਲ ਅਟੈਚ ਹੋ ਨਹੀਂ ਬਾਈ ਕੋਈ ਨਹੀਂ ਚਾਹੁੰਦਾ ਲੈ ਕੋਈ ਨਹੀਂ ਚਾਹੁੰਦਾ ਦੇਖਿਆ ਸੋ ਇਡੀਅਟਸ ਜੇ ਤੁਹਾਨੂੰ ਹਜੇ ਵੀ ਗੱਲ ਨਹੀਂ ਸਮਝ ਆ ਰਹੀ ਮੈਂ ਚਾਹ ਰਾਂ ਤੁਸੀਂ ਕੈਪੇਬਲ ਬਣੋ ਤੁਸੀਂ ਬੁਲਸ਼ਿਟਸੋਂ ਨਿਕਲੋ ਆਪਣੇ ਆਪ ਨੂੰ ਆਪਣੇ ਆਪ ਤੇ ਫੋਕਸ ਕਰੋ ਆਪਣੇ ਨੂੰ ਜਿਮ ਚ ਲੈ ਕੇ ਜਾਓ ਆਪਣੀ ਸੈਲਫ ਕੰਟਰੋਲ ਰੱਖੋ ਕਿਉਂਕਿ ਦੇਖੋ ਜੇ ਤੁਸੀਂ ਸੋਚ ਰਹੇ ਹੋ ਕੁੰਡੀ ਲਾ ਕੇ ਠੀਕ ਹੈ ਟਾਇਲਟ ਪੇਪਰ ਚੱਕ ਕੇ ਲਿਆ ਕੇ ਕੁੰਡੀ ਲਾ ਕੇ ਤੁਸੀਂ ਕਰੀ ਜਾਓਗੇ ਤਾਂ ਤੁਹਾਨੂੰ ਕੋਈ ਦੇਖ ਨਹੀਂ ਰਿਹਾ ਤੁਹਾਨੂੰ ਪਤਾ ਕੌਣ ਦੇਖ ਰਿਹਾ ਪਰਮਾਤਮਾ ਗੋਡ ਇਜ਼ ਵਾਚਿੰਗ ਯੂ and he's laughing on you that's it ਇਹ ਤਾਂ ਬਈ ਫੇਕ ਸਿਮੂਲੇਸ਼ਨ ਹੋ ਗਈ ਨਾ ਕਿ ਆਪਾਂ ਫੇਕ ਸਿਮੂਲੇਸ਼ਨ ਲੈ ਰਹੇ ਆ ਆਪਣੇ ਆਪ ਚ ਜਿਹੜੀ ਚੀਜ਼ ਆਪਣੇ ਕੋਲ ਹੈ ਵੀ ਨਹੀਂ ਉਹ ਵੀ ਯਾਰ ਮੈਂ ਤੈਨੂੰ ਯਾਰ ਇੱਕ ਗੱਲ ਦੱਸਾਂ ਇੱਥੇ ਤੱਕ ਤੇ ਲੋਕਾਂ ਦੀ ਮੈਂਟੈਲਿਟੀ ਹੈ ਕੁੜੀ ਦੀ ਫੋਟੋ ਕੱਢ ਜਿਹੜੀ ਮਤਲਬ ਕੁੜੀ ਤੇ ਕ੍ਰੈਸ਼ ਹੈ ਉਹਦੀ ਫੋਟੋ ਕੱਢ ਕੇ ਉਹ ਚੀਜ਼ ਉਹ ਚੀਜ਼ ਰੱਖ ਉਹ ਚੀਜ਼ ਖੋਲ ਕੇ ਇਹ ਸਾਹਮਣੇ ਕਰਦੇ ਨੇ ਓ ਇਹ ਇਹ ਫੈਕਟ ਆ ਇਹ ਮੈਂ ਚੀਜ਼ ਆਪਣੇ ਕੇ ਯਾਰ ਦੋਸਤ ਨਾਲ ਦੇਖੀ ਆ ਕਾਲਜ ਟਾਈਮ ਓ ਹੋ ਹੋ ओके ਮੈਂ ਇਹਦੇ ਵਿੱਚ ਬੜੀ ਇੰਪੋਰਟੈਂਟ ਟਾਸਕ ਮਤਲਬ ਜਿਹੜਾ ਕੀ ਹੈ ਸਮਝ ਗਿਆ ਜਿਹੜੇ ਪਾ ਗੱਲ ਕਰ ਰਹੇ ਨੇ ਟਾਸਕ ਹੀ ਚੱਲ ਰਿਹਾ ਇੱਕ ਤਰ੍ਹਾਂ ਦਾ ਹੁਣ ਮੈਂ ਇਹ ਟਾਸਕ ਨੂੰ ਸਮਝ ਕੇ ਇਸ ਦੇ ਉੱਤੇ ਗੱਲ ਕਰਨਾ ਚਾਹੁੰਦਾ ਜਿਹੜੇ ਲੋਕ ਫੋਟੋਆਂ ਕੱਢ ਕੇ ਇਹ ਜਾਂ ਇਹ ਸਭ ਕਰਦੇ ਆ ਵੀਰੇ ਤੂੰ ਇਹ ਗੱਲ ਸੋਚ ਕੇ ਦੇਖ ਇੱਕ ਵਾਰੀ ਕਿ ਉਹ ਬੰਦੇ ਕਿੰਨੇ ਇਮੋਸ਼ਨ ਡਰਾਈਵਨ ਆ ਯਾ ਬਿਲਕੁਲ ਵੀਰੇ ਮੈਨੂੰ ਇੱਕ ਗੱਲ ਦੱਸ ਜੇ ਤੂੰ ਆਪਣੇ ਇਮੋਸ਼ਨਸ ਨਾਲ ਚੱਲਦਾ ਜੇ ਤੂੰ ਆਪਣੇ ਇਮੋਸ਼ਨਸ ਦਾ ਗੁਲਾਮ ਹੁੰਦਾ ਤਾਂ ਤੈਨੂੰ ਲੱਗਦਾ ਤੂੰ ਕੈਨੇਡਾ ਸਰਵਾਈਵ ਕਰ ਦੋ ਨਾ ਭਾ ਬਿਲਕੁਲ ਹੀ ਇੱਥੇ ਤਾਂ ਮੈਂਟਲੀ ਬੰਦਾ ਇਨਾ ਫੱਕਪ ਹੋ ਜਾਂਦਾ ਯਾਰ ਹਾਂ ਜੇ ਤੂੰ ਮੈਂਟਲੀ ਸਟਰੋਂਗ ਸੀ ਜੇ ਤੇਰਾ ਦਿਮਾਗ ਮੈਂਟਲੀ ਸਟਰੋਂਗ ਸੀ ਤਾਂ ਹੀ ਤੂੰ ਸਰਵਾਈਵ ਕੀਤਾ ਯੈਸ অর ਨੋ ਯੈਸ ਜਸ ਬੀ ਰਾਈਟ ਰਾਈਟ ਈਮੋਸ਼ਨ ਡਰਾਈਵਨ ਮੈਨ ਆ ਨਾ ਜਿਹੜਾ ਉਹ ਕੁੜੀ ਨੂੰ ਕਦੇ ਪਸੰਦ ਨਹੀਂ ਆਂਦਾ ਯਾਦ ਰੱਖਿਓ ਸਾਰੇ ਜਣੇ ਮੇਰੀ ਗੱਲ ਜੇ ਤੁਸੀਂ ਈਮੋਸ਼ਨ ਡਰਾਈਵਨ ਬੰਦੇ ਹੋ ਤਾਂ ਤੁਸੀਂ ਨਾ ਹੀ ਆਪਣੇ ਬੱਚਿਆਂ ਲਈ ਆਈਡਲ ਬਣ ਸਕਦੇ ਹੋ ਨਹੀਂ ਤੁਸੀਂ ਆਪਣੀ ਗਰਲਫ੍ਰੈਂਡ ਨੂੰ ਕੁਝ टीच ਕਰ ਸਕਦੇ ਹੋ ਤੁਸੀਂ ਨਥਿੰਗ ਬੜਾ ਯੂਸਲੈਸ ਗਾਰਬੇਜ ਹੋ ਤੁਹਾਨੂੰ ਸੋਸਾਇਟੀ ਵੀ ਗੰਦ ਵਾਂਗੂ ਟ੍ਰੀਟ ਕਰੂਗੀ ਤਾਂ ਕੁੜੀਆਂ ਤਾਂ ਫਿਰ ਤੁਸੀਂ ਭੁੱਲੀ ਜਾਓ ਠੀਕ ਹੈ ਨਾ ਕੁੜੀਆਂ ਤਾਂ ਇੱਕ ਪ੍ਰਾਈਜ਼ ਐ ਕੁੜੀ ਤਾਂ ਵੀਰੇ ਕੇਕ ਦੇ ਉੱਤੇ ਚੈਰੀ ਐ ਯਾਦ ਰੱਖਿਓ ਮੇਰੀ ਗੱਲ ਠੀਕ ਹੈ ਨਾ ਔਰ ਜਿਹੜੇ ਇਨਸਾਨ ਨੇ ਕੁਝ ਕੀਤਾ ਆ ਚੈਰੀ ਉਹਨੂੰ ਹੀ ਮਿਲਦੀ ਐ ਦੇਖੋ ਚੈਰੀ ਐ ਮਿਲਦੀ ਨਹੀਂ ਚੈਰੀ ਉਹਨੂੰ ਮਿਲਦੀ ਜਿਹਨੇ ਕੁਝ ਕੀਤਾ ਜਿਹਨੇ ਹਸਲ ਕੀਤੀ ਔਰ ਜਿਹੜਾ ਇਮੋਸ਼ਨ ਡਰਾਈਵਨ ਮੈਨ ਆ ਬਾਈ ਉਹ ਬੰਦਾ ਤਾਂ ਵੀਰੇ ਐਟ ਦੀ ਐਂਡ ਪਤਾ ਕੀ ਬਣਦਾ ਕੁਮੇਤਾਦਰਨਾਚ इमोशन ਡਰਿਵਨ ਮੈਨ ਜਾਂ ਤਾਂ 트랜ਸ ਜੈਂਡਰ ਬਣ ਜਾਂਦਾ আজকাল ਬਹੁਤ ਬਣ ਵੀ ਰਹੇ ਨੇ ਬਹੁਤ ਬਣ ਰਹੇ ਆ ਅੱਜ ਕੱਲ ਕੈਨੇਡਾ ਦੇ ਦੇਖੋ ਜਾਂ इमोशन ਡਰਿਵਨ ਮੈਨ ਸੋਸਾਇਟੀ ਲਈ ਥ੍ਰੈਟ ਬਣਦਾ ਉਹ ਲੋਕਾਂ ਦਾ ਨੁਕਸਾਨ ਕਰਦਾ ਹੈ ਲੋਕਾਂ ਨੂੰ ਮਾਰਦਾ ਹੈ ਜਾਂ ਲੋਕ ਆਪਣੇ ਘਰਦਿਆਂ ਤੇ ਹਮਲਾ ਕਰਦਾ ਹੈ ਜਾਂ ਆਪਣੇ ਯਾਰਾਂ ਦੋਸਤਾਂ ਤੇ ਕਰਦਾ ਹੈ ਇਹ ਇੱਕ इमोਸ਼ਨ ਡਰਿਵਨ ਇਨਸਾਨ ਦੀ ਮੈਂਟੈਲਿਟੀ ਹੈ ਸੋ ਜਿੰਨੇ ਵੀ ਮੋਸ਼ਨ ਡਰਿਵਨ ਇਨਸਾਨ ਤੁਹਾਡੇ ਨਜ਼ਰਾਂਗੇ ਤੱਕ ਹੈਗੇ ਨੇ ਜਿਨ੍ਹਾਂ ਚ ਸੈਲਫ ਕੰਟਰੋਲ ਨਹੀਂ ਉਹਨਾਂ ਨੂੰ ਛੱਡ ਦਿਓ ਉਹਨਾਂ ਨੂੰ ਜ਼ਿੰਦਗੀ ਚੋਂ ਕੱਢ ਦਿਓ ਦੈਟਸ ਇਟ ਤੇ ਬਈ ਯਾਰ ਇਹ ਮੋਸ਼ਨਸ ਦੀ ਆਪਾਂ ਜੇ ਗੱਲ ਛੇੜ ਹੀ ਲਈ ਯਾਰ ਇਹਨੂੰ ਅੱਜ ਕੱਲ ਪੰਜਾਬੀ ਗਾਣੇ ਵੀ ਬਹੁਤ ਜ਼ਿਆਦਾ ਉਸ ਤਰ੍ਹਾਂ ਦੇ ਆ ਰਹੇ ਨੇ ਜਿੱਦਾਂ ਉਹ ਗਾਣਾ ਜਿਹੜਾ ਤੋਂ ਲੋਨਾ ਆਪਣੇ ਲਾਈਵ 'ਚ ਜੇ ਯਾਰ ਨੀ ਬਨ ਹੋਣਾ ਗੋਰੀ ਇਹ ਮੈਨੂੰ ਚਾਂਜਰ ਬਣਾ ਲੈ ਫੇਰ ਦੀ ਯਾਰ ਕਿੱਦਾਂ ਕਿੱਦਾਂ ਗਾਣੇ ਇੱਕ ਹੋਰ ਆ ਇੱਕ ਯਾਰ ਭੁੱਲ ਗਿਆ ਸੀ ਬੀ ਪ੍ਰਾਗ ਤੇ ਐਮੀ ਵਰਕ ਤੇ ਮੇਨ ਮੇਨ ਜਿਹੀ ਨੇ ਹੂੰ ਉਹ ਬੋਲ ਬੋਲ ਬਈ ਮੈਂ 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 ਦੱਸਦਾ ਭਾਈ ਦੇਖੋ ਪਤਾ ਚੱਕਰ ਕੀ ਆ ਹੂੰ ਐਮੀ ਵਰਕ ਦਾ ਕਸੂਰ ਨੀਗਾ ਠੀਕ ਆ ਵੀ ਪ੍ਰਾਕ ਦਾ ਕਸੂਰ ਨਹੀਂ ਗਾ ਠੀਕ ਆ ਕਸੂਰ ਬਸ ਉਹਨਾਂ ਦਾ ਇੰਨਾ ਕੀ ਹੈ ਕਿ ਉਹਨਾਂ ਨੇ ਮਤਲਬ ਕੀ ਕਹ ਲਓ ਗਲਤੀ ਕਰਤੀ ਉਹਨਾਂ ਨੇ ਐਂਟਰਟੇਨਮੈਂਟ ਵਾਸਤੇ ਬਣਾਇਆ ਸੀ ਪਰ ਲੋਕਾਂ ਨੇ ਰਿਐਲਿਟੀ ਲੈ ਲਈ ਬਿਲਕੁਲ ਬਿਲਕੁਲ ਠੀਕ ਹੈ ਨਾ ਮੈਂ ਕਹਿੰਦਾ ਕਿ ਜੇ ਇਮੋਸ਼ਨ ਡਰਾਈਵਨ ਬੰਦਾ ਨਹੀਂ ਹੈਗਾ ਉਹ ਕਦੇ ਉਹ ਗਾਣੇ ਨੂੰ ਸੀਰੀਅਸਲੀ ਲਊਗਾ ਉਹ ਸੁਣ ਕੇ ਭੁੱਲ ਜਾਊਗਾ ਯਸਰ ਨਾ ਜਸ ਜਸ ਬਈ ਜਸ ਪਰ ਮੈਜੋਰਟੀ ਆਫ ਲੋਕ ਕੀ ਕਰ ਰਹੇ ਨੇ ਉਹ ਗਾਣੇ ਸੁਣ ਕੇ ਸੁਸਾਈਡ ਕਰ ਰਹੇ ਨੇ ਬਿਲਕੁਲ ਉਹ ਗਾਣੇ ਸੁਣ ਕੇ ਕੁੜੀਆਂ ਪਿੱਛੇ ਰੋ ਰਹੇ ਨੇ ਉਹ ਗਾਣੇ ਸੁਣ ਕੇ ਆਪਣੀ ਮਾਂ ਦੀ ਕੀਤੀ ਆਪਣੇ ਪਿਓ ਦੀ ਕੀਤੀ ਜਿਹੜੀ ਉਹਨਾਂ ਨੇ ਨੀ ਪਰਵਰਿਸ਼ ਕੀਤੀ ਆ ਉਹ ਭੁੱਲ ਰਹੇ ਨੇ ਉਹ ਇੰਨੇ ਜ਼ਿਆਦਾ ਇਮੋਸ਼ਨ ओरिएंटेड ਹੋ ਗਏ ਡੂ ਯੂ ਥਿੰਕ ਦੇ ਕੈਨ ਬੀ ਅ ਗੁੱਡ ਫਾਦਰ ਇਨ ਫਿਊਚਰ ਉਹ ਕਦੇ ਚੰਗੇ ਬਾਪ ਬਣ ਸਕਦੇ ਆ ਹਾਂ ਭਾਈ ਬਿਲਕੁਲ ਨਹੀਂ ਯਾਰ ਕਿੱਥੇ ਬਹੁਤ ਵੱਡੀ ਰਿਸਪੌਂਸਿਬਿਲਟੀ ਆ ਉਹ ਵੀ ਜੇ ਇਹੀ ਇਮੋਸ਼ਨਸ ਫਿਰ ਉਹ ਅੱਜ ਆਪਣੇ ਬੱਚਿਆਂ 'ਚ ਕਹਿਣਗੇ ਬੱਚੇ ਹੋ ਗਏ ਯਾਰ ਮੈਂ ਕੀ ਕਰਾਂ ਮੇਰੀ ਜ਼ਿੰਦਗੀ 'ਚ ਇਹ ਹੋ ਗਿਆ ਉਹ ਹੋ ਗਿਆ ਮੇਰੇ ਡੈਡੀ ਨੇ ਜਦੋਂ ਮੈਨੂੰ 에어ਪੋਰਟ ਛੱਡਿਆ ਉਹਦੇ ਅੱਖਾਂ 'ਚ ਹੰਝੂ ਨਹੀਂ ਸੀਗਾ ਠੀਕ ਹੈ ਬਈ ਮੇਰੀ ਮਾਂ ਦੇ ਅੱਖਾਂ 'ਚ ਹੰਝੂ ਸੀ ਬਿਲਕੁਲ ਕਿਉਂਕਿ ਇਮੋਸ਼ਨਸ ਕੁਝ ਜਰਾਂ ਦੇ ਮੇਰੀ ਮਾਂ ਬਿਲਕੁਲ ਮੇਰੀ ਮਾਂ ਦੇ ਅੱਖਾਂ 'ਚ ਹੰਝੂ ਜੱਟਦਾ ਵੀ ਸੀ ਹੂੰ ਠੀਕ ਹੈ ਨਾ ਮੈਨੂੰ ਵਧੀਆ ਲੱਗ ਮਾਂ ਰੋਂਦੀ ਮੈਨੂੰ ਵਧੀਆ ਲੱਗਿਆ ਮੈਂ ਕਿਹਾ ਯਾਰ ਕਿੰਨੀ ਮੇਰੀ ਮਾਂ ਮੈਨੂੰ ਕਿੰਨਾ ਪਿਆਰ ਕਰਦੀ ਹੈ ਨਾ ਮੇਰਾ ਡੈਡੀ ਜੇ ਰੋ ਪੈਂਦਾ ਨਾ ਮੈਂ ਪਤਾ ਨਹੀਂ ਕੀ ਸੋਚਣਾ ਸੀ ਯਾਰ ਬਪੂ ਰੋ ਪਿਆ ਯਾਰ ਲਾਈਕ ਬਪੂ ਰੋ ਰਿਆ ਤੇ ਕੱਲ ਨੂੰ ਮੈਂ ਵੀ ਰੋਣਾ ਸੀ ساری ਜ਼ਿੰਦਗੀ ਸਹੀ ਆ ਸਹੀ ਆ ਬਈ ਸਹੀ ਹੈ ਬ్రో ਮੈਂ ਆਪਣੇ ਪਿਓ ਨੂੰ ਆਈਡਲ ਵਾਂਗੂ ਵੇਖਦਾ ਦੇਖਣਾ ਜਿਹਦਾ ਸਾਰਿਆਂ ਨੂੰ ਦੇਖਣਾ ਚਾਹੀਦਾ ਫਿਰ ਆਪ ਵੀ ਤੁਸੀਂ ਉਹੋ ਜਿਹੇ ਪਿਓ ਬਣੋ ਨਾ ਕਿ ਸਾਡੇ ਬੱਚੇ ਵੀ ਸਾਨੂੰ ਆਈਡਲ ਵਰਗਾ ਦੇਖਣ ਹੁਣ ਤੁਸੀਂ ਜੇ ਪੈਰ ਦੀ ਝਾਂਜਰ ਬਣ ਕੇ ਰਹਿਣਾ ਹੈ ਜੇ ਤੁਸੀਂ ਕੀ ਕਹਿੰਦੇ ਹੱਥ ਚੁੰਮੇ ਉਹਨੇ ਪਹਿਲਾਂ ਤੇਰੇ ਕੀ ਕੀ ਚੁੰਮਿਆ ਜੇ ਇਹ ਸਭ ਸੋਚ ਕੇ ਰਹਿਣਾ ਤਾਂ ਫਿਰ ਬਾਈ ਤੁਹਾਡੇ ਲਈ ਤਾਂ ਨਾ ਮੇਰੇ ਕੋਲ ਯਾਰ ਕੁਝ ਵੀ ਨਹੀਂ ਸਿੰਪਥੀ ਵੀ ਨਹੀਂ ਹੈ ਤੁਸੀਂ ਨਾ ਸਿੰਪਥੀ ਵੀ ਨਹੀਂ ਹੈ ਤੁਸੀਂ ਪਤਾ ਕੀ ਕਰੋ ਤੁਸੀਂ ਤੁਸੀਂ ਨਾ ਤੁਸੀਂ ਐ ਕਰੋ ਕਿ ਤੁਸੀਂ ਯਾਰ ਬਸ ਪੁੱਤੂ ਬਣ ਕੇ ਲੋ ਬਸ ਤੁਹਾਡਾ ਇਹੀ ਔਕਾਤ ਹੈ ਤੁਸੀਂ ਤੁਸੀਂ ਡਿਜ਼ਰਵ ਕਰਦੇ ਹੋ ਸੈਡਨੈਸ ਤੁਸੀਂ ਡਿਜ਼ਰਵ ਕਰਦੇ ਹੋ ਇਹ ਸਭ ਬੁਲਸ਼ਿਟ ਨਹੀਂ ਇਹਦਾ ਉਹ ਗਾਣਾ ਨਹੀਂ ਹੈਗਾ ਕਿ ਮੱਥਾ ਚੁੰਮਿਆ ਪਹਿਲਾਂ ਯਾਰ ਉਹ ਦੇਖੋ ਉਹ ਗਾਣੇ ਨਾਲ ਬੰਦਾ ਕੁੜੀ ਦੇ ਨਵੇਂ ਬੋਏਫ੍ਰੈਂਡ ਬਾਰੇ ਪੁੱਛ ਰਿਹਾ ਕਿ ਉਹਨੇ ਤੇਰੇ ਨਾਲ ਕੀ ਕੀ ਕੀਤਾ ਆਏ ਹਾਏ ਉਹ ਮਾਮਾ ਤੂੰ ਉਹਨੂੰ ਪੁੱਛ ਕੇ ਕੀ ਕਿਉਂ ਤੂੰ ਕੀ ਸੜਿਆ ਹੁਣ ਅਗਲੀ ਵਾਰ ਟੇਪ ਬਣਾਣੀ ਹੈ ਜਾ ਕੇ ਉੱਥੇ ਲੈ ਤੂੰ ਮੈਨੂੰ ਉਹਨੇ ਮੱਥਾ ਚੁੰਮਿਆ ਪਹਿਲਾਂ ਹੱਥ ਚੁੰਮੇ ਤੇਰੇ ਮਤਲਬ ਤੈਨੂੰ ਕੀ ਐ ਉਹਨੇ ਸਾਲਿਆ ਮੱਥਾ ਚੁੰਮਿਆ ਹੋਵੇ ਭਾਵੇਂ ਹੱਥ ਚੁੰਮੇ ਭਾਵੇਂ ਬੁੱਲ ਚੁੰਮੇ ਹੁਣ ਤੈਨੂੰ ਕੀ ਤੈਨੂੰ ਨਹੀਂ ਚੁੰਮਰੀ ਤੇਰਾ ਖਤਮ ਕਹਾਣੀ ਤੇਰੀ ਦੈਟਸ ਇਟ ਦੈਟਸ ਇਟ ਖਤਮ ਜੇ ਗਾਣੇ ਸੁਣਨੇ ਪਰ ਡੈਨਿਸ ਦੇ ਸੁਣਿਆ ਕਰੋ ਡੈਨਿਸ ਦੇ ਹਿਡਨ ਅਪ ਗਾਣੇ ਹਾਂ ਮੈਂ ਇਹ ਨਾ ਦੱਸਦਾ ਮੈਂ ਦੱਸਦਾ ਇੱਕ ਗੱਲ ਲੈਣਾ ਦੇਖੋ ਕੌਣ ਨਹੀਂ ਕੌਣ ਇਸ ਹਰ ਸੌਂਗ ਮਤਲਬ ਸੁਣਦਾ ਹੈ ਨਾ ਸੈਰ ਸੌਂ ਸੁਣ ਮੈਂ ਕਹ ਰਿਹਾ ਇਮੋਸ਼ਨ ਡਰਾਈਵਨ ਬਣਾਉਣਾ ਸੁਣ ਕੇ ਭੁੱਲ ਜਾਓ ਠੀਕ ਹੈ ਨਾ ਕਿਉਂਕਿ ਗਾਣੇ ਦੇਖੋ ਤੁਹਾਨੂੰ ਇਨਫਲੂਐਂਸ ਕਰਦੇ ਹੀ ਕਰਦੇ ਆ ਵੀਰੇ ਮੈਂ ਤੁਹਾਨੂੰ ਸੱਚਾਈ ਦੱਸਦਾ ਓਕੇ ਆਪਾਂ ਗੱਲ ਕਰਦੇ ਹਾਂ ਨਾ ਦੇਖੋ ਤੁਹਾਨੂੰ ਕੋਈ ਕਿੰਨੇ ਇਹੋ ਜਿਹੇ ਕੌਂਟਰੋਵਰਸ਼ਲ ਸਿੰਗਰ ਵੀ ਨੇ ਜਿਹੜੇ ਗੁੱਡ ਜਿਹੜੇ ਮੈਸੇਜ ਦੇਗੇ ਜਿਹੜੇ ਕੁਝ ਚੰਗੀਆਂ ਚੀਜ਼ਾਂ ਵੀ ਦੱਸ ਗਏ ਹਨਾ ਲੋਕਾਂ ਨੇ ਲੋਕ ਇਨਫਲੂਐਂਸ ਹੋਏ ਹੁਣ ਸੁਪੋਜ਼ ਜੇ ਕੋਈ ਬੰਦਾ ਗੱਡੀ ਦੀ ਗੱਲ ਕਰਦਾ ਹੈ ਗਾਣੇ ਵਿੱਚ ਫਲੈਕਸ ਦੀ ਗੱਲ ਕਰਦਾ ਤਾਂ ਜਨਤਾ ਗੱਡੀਆਂ ਲੈ ਕੇ ਫਲੈਕਸ ਕਰਦੀ ਕਿ ਨਹੀਂ ਕਰਦੀ ਭਾਈ ਹਾਂਜੀ ਭਾਈ ਕਰਦੀ ਹੈ ਕਰਦੀ ਹੈ ਹੁਣ ਸਪੋਜ਼ ਦੇਖੋ ਕਰਦੀ ਹੈ ਨਾ ਮੋਰਨ ਉਹ ਬੰਦਾ ਫਲੈਕਸ ਕਰੇ ਫਲੈਕਸ ਇੰਨਾ ਮਾੜਾ ਨਹੀਂ ਫਲੈਕਸ ਇਜ਼ ਗੁੱਡ ਤੁਸੀਂ ਜੇ ਲਿਮਟ ਚ ਕਰਦੇ ਇਟਸ ਗੁੱਡ ਬਟ ਸੈਡ Song ਸੁਣ ਕੇ ਇਨਫਲੂਐਂਸ ਹੋ ਕੇ ਰੋਣਾ ਆਪਣੀਆਂ ਨਸਾਂ ਕੱਟਨੀਆਂ ਡੂ ਯੂ ਥਿੰਕ ਇਟਸ ਗੁੱਡ ਬਾਈ ਬਿਲਕੁਲ ਬੈਡ ਆ ਯਾਰ ਬਿਲਕੁਲ ਬੈਡ ਉਹ ਡਿਸਰਵ ਨਹੀਂ ਕਰਦਾ ਜੁਣਾ ਬਸ ਉਹ ਬੰਦਾ ਜੁਣਾ ਡਿਸਰਵ ਨਹੀਂ ਕਰਦਾ ਜਿਹੜਾ ਇਦਾਂ ਕਰ ਲੇ ਬਸ ਉਹ ਡਿਸਰਵ ਤਾਂ ਨਹੀਂ ਕਰਦਾ ਯੂ نو ਬਿਕੋਜ਼ ਉਹਦੇ ਚ ਬੇਸਿਕ ਰਿਸਪੈਕਟ ਨਹੀਂ ਹੈਗੀ ਬਾਈ ਉਹਦੇ ਚ ਬੇਸਿਕ ਮੋਰਲ ਵੈਲਿਊਜ਼ ਨਹੀਂ ਹੈਗੀਆਂ ਜੇ ਉਹਦੇ ਚ ਬੇਸਿਕ ਰਿਸਪੈਕਟ ਹੋਵੇ ਨਾ ਤਾਂ ਇਦਾਂ ਦਾ ਘਟਿਆ ਨਾ ਹੋਵੇ ਜਿਹਨੂੰ ਪਤਾ ਹੋਵੇ ਮੇਰੀ ਡਿਊਟੀ ਕੀ ਹੈ ਮੇਰੇ ਮਾਪਿਓ ਨੇ ਮੈਨੂੰ ਜਨਮ ਕਿਉਂ ਦਿੱਤਾ ਮੇਰੇ ਮਾਪਿਓ ਨੇ ਇਸ ਲਈ ਨਹੀਂ ਦਿੱਤਾ ਕਿ ਮੈਂ ਨਸ਼ਾ ਕੱਟਾ ਬੈਠ ਕੇ ਬ్రో ਇਹ ਬੰਦਾ ਆਪਣੇ ਮਾਪਿਓ ਦਾ ਹੀ ਨਹੀਂ ਹੈਗਾ ਤੂੰ ਸੋਚ ਸਕਦਾ ਹੈ ਕਿ ਕੁੜੀ ਦਾ ਵੀ ਹੋ ਸਕਦਾ ਹੈ ਬਿਲਕੁਲ ਨਹੀਂ ਬਾਈ ਨਾ ਕੁੜੀਓ ਨਾ ਸੇਫ ਫੀਲ ਕਰ ਸਕਦੀ ਹੈ ਬਾਈ ਜਿਹੜਾ ਬੰਦਾ ਇਦਾਂ ਕਰੇ ਨੈਵਰ ਏਵਰ ਸੋ ਬਾਈ ਇੱਕ ਆਪਾਂ ਗਾਣਿਆਂ ਦੀ ਗੱਲ ਕਰ ਲਈ ਹੁਣ ਜੇ ਆਪਾਂ ਮੁੰਡਿਆਂ ਬਾਰੇ ਬੋਲਤਾ ਮੁੰਡਿਆਂ ਦੀ ਬਹੁਤ ਜ਼ਿਆਦਾ ਹਨਾ ਗਲਤੀ ਹੁੰਦੀ ਆ ਕਿ ਜਿਹੜੇ ਸਿੰਪ ਬੰਦੇ ਨੇ ਜਕਰ ਤੂੰ ਫੈਮਿਨਿਜ਼ਮ ਬਾਰੇ ਕੀ ਕਰਦਾ ਮੱਕੀ ਫੈਮਿਨਿਜ਼ ਪਰ ਅੱਜ ਕੱਲ ਦੀ ਫੈਮਿਨਿਸਟਾਂ ਕੀ ਕਰ ਰਹੀਆਂ ਨੇ ਉਹ ਚਾਹੁੰਦੀਆਂ ਨੇ ਕਿ ਸਨ ਔਰਤ ਪ੍ਰਧਾਨਤਨ ਦੁਨੀਆ ਬਣੇ ਕਿਉਂਕਿ ਇੱਕ ਨਾ ਕਿ ਤੁਹਾਡੇ ਸਰੀਰ ਦੀ ਆ ਉੱਥੇ ਟਿਕਟੋਕਰ ਹੈ ਉਹਦਾ ਸੀਗਾ ਇੱਕ ਟਿਕਟੋਕ ਦੇਖੀ ਮੈਂ ਕਿ ਜੇ ਮੁੰਡਾ ਮੈਨੂੰ ਮੇਰਾ ਬਾਡੀ ਕਾਉਂਟ ਪੁੱਛਦਾ ਉਹ ਇਨਸਿਕਿਉਰ ਹੈ ਹਾਂ ਮੈਂ ਮੈਂ ਮਰਜ਼ੀ ਆਪਣੀ ਜ਼ਿੰਦਗੀ 'ਚ ਕੁਝ ਵੀ ਕਰ ਸਕਦੀ ਆ ਤੇ ਯਾਰ ਫੈਮਿਨਿਸਮ ਨੂੰ ਕਿੱਦਾਂ ਦੇਖਦੇ ਆ ਫੈਮਿਨਿਜ਼ਮ ਗੁੱਡ ਆ ਮੈਨੂੰ ਪਤਾ ਜਿੰਨੂੰ ਇਕਵੈਲਟੀ ਸਾਰਿਆਂ ਚ ਹੋਣੀ ਚਾਹੀਦੀ ਜੈਂਡਰ ਬਟ ਅੱਜ ਕੱਲ੍ਹ ਦੀ ਫੈਮਿਲੀ ਸਟਾ ਚਾਹੁੰਦੀਆਂ ਨੇ ਕਿ ਆਪਾਂ ਮੁੰਡਿਆਂ ਤੋਂ ਉੱਤੇ ਰਹੀਏ ਉਹਨਾਂ ਬਾਰੇ ਵੀ ਕੀ ਕੀ ਵਿਚਾਰ ਨੇ ਤੇਰੇ ਮੈਂ ਤੁਹਾਨੂੰ ਫੈਕਟ ਦੱਸਾਂਗਾ ਸਿੱਧੇ ਸਿੱਧੇ ਫੈਕਟ ਹੈ ਨੇ ਬਾਈ ਦੇਖੋ ਇਹ ਲਾਈਫ ਦਾ ਇੱਕ ਸਰਕਲ ਹੈ ਬਿਲਕੁਲ ਠੀਕ ਹੈ ਪਹਿਲਾਂ ਰਾਜੇ ਮਹਾਰਾਜਾਂ ਦਾ ਟਾਈਮ ਸੀਗਾ ਹੁਣ ਇਦਾਂ ਘੁੰਮ ਕੇ ਸਰਕਲ ਆ ਗਿਆ ਕਿ ਹੁਣ ਇਕਵਲ ਹੋ ਗਏ ਪਹਿਲਾਂ ਇੰਨਾ ਨਹੀਂ ਹੁੰਦਾ ਸੀ ਪਹਿਲਾਂ ਹੁੰਦਾ ਸੀ ਕਿ ਰਾਜਾ ਚਾਰ-ਚਾਰ ਸੋ ਘਰਾਂ ਵਾਲੀਆਂ ਰੱਖ ਲੈਂਦਾ ਸੀ ਦਸ-ਦਸ ਰੱਖ ਲੈਂਦਾ ਸੀ ਉਹ ਸਿਸਟਮ ਹੋਰ ਸੀਗਾ ਨਾ ਯੈਸ অর ਨੋ ਯੈਸ ਯੈਸ ਹੁਣ ਸਰਕਲ ਸਰਕਲ ਇਹ ਸਰਕਲ ਐ ਘੁੰਮਦਾ ਹੁਣ ਆਪਾਂ ਹੀ ਸਰਕਲ ਚ ਆ ਗਏ ਆ ਜਿੱਥੇ ਕੁਆਲਿਟੀ ਦੀ ਗੱਲ ਹੁੰਦੀ ਹੈ ਯਸਰ ਉਹ ਹੋ ਰਹੀ ਆ ਇੱਕ ਕੁਆਲਿਟੀ ਮਾੜੀ ਨਹੀਂ ਜੇ ਆਪਣੀ ਆਪਣੀਆਂ ਡਿਊਟੀਆਂ ਪਤਾ ਨੇ ਸੰਦੇ ਪਈਓ ਭਾਜੀ ਹੁਣ ਜੇ ਕੁੜੀ ਨੂੰ ਪਤਾ ਹੈ ਮੇਰੀ ਡਿਊਟੀ ਕਿ ਮੈਂ ਮੈਂਟਲੀ ਆਪਣੇ ਹਸਬੰਡ ਨੂੰ ਜਾਂ ਆਪਣੇ ਬੋਏਫ੍ਰੈਂਡ ਨੂੰ ਸਟਰੋਂਗ ਰੱਖਣਾ ਮੈਂ ਮੈਂਟਲੀ ਉਹਦਾ ਸਾਥ ਦੇਣਾ ਆ ਤਾਂ ਉਹ ਕੁੜੀ ਮਾੜੀ ਨਹੀਂਗੀ ਜੇ ਕੁਆਲ ਹੈ ਸਮਝਦੇ ਮੇਰੇ ਪਰ ਜੇੜੀ ਕੁੜੀ ਇਹ ਕਹਿੰਦੀ ਹੈ ਕਿ ਮੈਂ ਨਾ ਤਾਂ ਤੇਰਾ ਮੈਂਟਲੀ ਖਿਆਲ ਰੱਖਣਾ ਨਾ ਮੈਂ ਤੈਨੂੰ ਮੈਂਟਲੀ ਸਪੋਰਟ ਕਰਨਾ ਤੇ ਮੈਂ ਬਾਹਰ ਜਾ ਕੇ ਜੋ ਮਰਜ਼ੀ ਕਰਾਂ ਨੰਗਪੂਣਾ ਜੋ ਮਰਜ਼ੀ ਕਰਾਂ ਉਹ ਬੈਡ ਹੈ ਉਹ ਫਿਰ ਉਹ ਫਿਰ ਚੰਗਾ ਫੈਮਿਨਿਜ਼ਮ ਨਹੀਂ ਹੈਦਾ ਬਾਈ ਉਹ ਫਿਰ ਨਾ ਤੁਸੀਂ ਫਾਈਟ ਕਰ ਰਹੇ ਹੋ ਡੰਬ ਫਾਈਟ ਆ ਉਹ ਇੱਕ ਬਿਲਕੁਲ ਉਹ ਤੁਸੀਂ ਕ੍ਰੀਏਟ ਕਰ ਰਹੇ ਹੋ ਬੰਦੇ ਨੂੰ ਮੈਂਟਲੀ ਇਲ ਕਰ ਰਹੇ ਹੋ ਸੋ ਇਹਦੇ ਵਿੱਚ ਮੈਂ ਕੀ ਕਹਿਣਾ ਚਾਹੁੰਦਾ ਮੇਰਾ ਇੱਕ ਹੋਰ ਮੈਸੇਜ ਹੈ ਇਸ ਚੀਜ਼ ਦੇ ਵਿੱਚ ਕਿ ਮੁੰਡਿਓ ਤੁਹਾਨੂੰ ਪਤਾ ਹੈ ਇਹ ਫੈਮਿਨਿਜ਼ਮ ਜਾਣਾ ਨਹੀਂ ਕਿਤੇ ਹਾਂ ਮੈਂ ਫੈਕਟ ਦੱਸਣਾ ਚਾਹੁੰਦਾ ਸਿਰਫ ਇੱਕ ਚੀਜ਼ ਤੁਸੀਂ ਕਰ ਸਕਦੇ ਹੋ ਯੂ ਨੀਡ ਟੂ ਫਾਈਂਡ ਅ ਰਾਈਟ ਵੂਮਨ ਬੀ ਆ ਪਲੇਅਰ ਬੀ ਆ ਪਲੇਅਰ ਬੀ ਸਮਾਰਟ ਯੂ ਨੀਡ ਟੂ ਅੰਡਰਸਟੈਂਡ ਕਿ ਤੁਹਾਨੂੰ ਪਤਾ ਹੋਵੇ ਕਿ ਰਾਈਟ ਐਪਲ ਕਿਹੜਾ ਹੈ ਯਾ ਬਿਲਕੁਲ ਬ੍ਰੋ ਬਿਲਕੁਲ ਹੁਣ ਜਿਹੜੇ ਬੰਦੇ ਨੇ ਤਾਂ ਜਿਹੜੇ ਬੰਦੇ ਨੂੰ ਤਾਂ ਪਤਾ ਆ ਕਿ ਮੈਨੂੰ ਇਹ ਐਪਲ ਖਾਣ ਜੋਗਾ ਹੈ ਜਾਂ ਐਪਲ ਨਹੀਂ ਖਾਣ ਜੋਗਾ ਉਹ ਬੰਦਾ ਡਿਸੀਜਨ ਗਲਤ ਲੈਂਦਾ ਹੀ ਨਹੀਂ ਪਾਈ ਸੋਸ਼ਲ ਮੀਡੀਆ ਤੇ ਅੱਜਕੱਲ ਬਾਕੀ ਕੁੜੀਆਂ ਨੂੰ ਇਹਦਾ ਇਨਫਲੂਐਂਸ ਕੀਤਾ ਜਾਂਦਾ ਹੈ ਕਿ ਤੁਸੀਂ ਇਦਾਂ ਹਾਂ ਉਹਦੇ ਉਹਦੇ ਤੇ ਗੱਲ ਕਰ ਦਾਂ ਯਾ ਉਹਦੇ ਤੇ ਮੈਂ ਗੱਲ ਕਰ ਦਾਂ ਦੇਖੋ ਮੇਰੇ ਮੈਨੂੰ ਇੱਕ ਗੱਲ ਦਾ ਜਵਾਬ ਦੇਣਾ ਹੁਣ ਬੜੀ ਮੋਟੀ ਗੱਲ ਕਰਨ ਲੱਗਾ ਮੈਂ ਅੱਜ ਅਟੈਚ ਹੋਇਆ ਤੁਹਾਡੇ ਨਾਲ ਆਪਾਂ ਗੱਲ ਕਰ ਰਹੇ ਹਾਂ ਠੀਕ ਹੈ ਸਾਨੂੰ ਆਪਾਂ ਗੱਲ ਕਰ ਰਹੇ ਹਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਮੇਰੇ ਤੋਂ ਤੁਸੀਂ ਇਨਫਲੂਐਂਸ ਹੋਏ ਆਪਾਂ ਤਾਂ ਗੱਲ ਕਰ ਰਹੇ ਹਾਂ ਯਾ ਰਾਈਟ ਹੈਨਾ ਤੁਸੀਂ ਇਨਫਲੂਐਂਸ ਕਿਸੇ ਫੁੱਦੂ ਤੋਂ ਵੀ ਹੋ ਸਕਦੇ ਸੀ ਆਓ ਤੁਸੀਂ ਤੁਸੀਂ ਇਨਫਲੂਐਂਸ ਹੋਣਾ ਹੁੰਦਾ ਕੋਈ ਮੋٹے ਗੈਂਡੇ ਬੰਦੇ ਤੋਂ ਵੀ ਹੋ ਸਕਦੇ ਸੀ ਜਿਹੜਾ ਟਿਕਟੌਕ ਤੇ ਬੈ ਕੇ ਬਕਵਾਸ ਕਰਦਾ ਹੋਵੇ ਤੁਸੀਂ ਇਨਫਲੂਐਂਸ ਹੋਣਾ ਹੁੰਦਾ ਤੁਸੀਂ ਕੋਈ ਘਟੀਆ ਪਰਸਨੈਲਿਟੀ ਤੋਂ ਤੁਸੀਂ ਨਹੀਂ ਹੋਏ ਫਿਰ ਤੁਸੀਂ ਪਤਾ ਕਿਉਂ ਨਹੀਂ ਹੋਏ ਕਿਉਂਕਿ ਯੂ ਆ ਸਮਾਰਟ ਮੈਨ ਦੈਟਸ ਅ ਰੀਜ਼ਨ ਹੋਣਾ ਕੁੜੀਆਂ ਵੀ ਐਹੋ ਜੀਆਂ ਨੇ ਜਿਹੜੀਆਂ ਜਿਹੜੀਆਂ ਤੁਹਾਨੂੰ ਪਤਾ ਤੁਹਾਨੂੰ ਬੇਵਕੂਫ ਬਣਾ ਰਹੀਆਂ ਨੇ ਤੁਹਾਨੂੰ ਇਨਫਲੂਐਂਸ ਤੁਸੀਂ ਇੰਨੀ ਸਮਾਰਟ ਊਮਨ ਹੋਣੀ ਚਾਹੀਦੀ ਓ ਕਿ ਤੁਹਾਨੂੰ ਪਤਾ ਕਿ ਮੈਂ ਇਸ ਕੁੜੀ ਤੋਂ ਇਨਫਲੂਐਂਸ ਨਹੀਂ ਹੋਣਾ ਇਹ ਗਾਰਬੇਜ ਸਪਰੈਡ ਕਰ ਰਹੀ ਹੈ ਸਮਾਜ ਚ ਇਕੁਐਲਟੀ ਹੋਣੀ ਚਾਹੀਦੀ ਆ ਹਰ ਚੀਜ਼ ਕਿ ਜੇ ਜੌਬ ਤੇ ਜੇ ਮੁੰਡਾ ਜੌਬ ਤੇ ਜਾਂਦਾ ਕੁੜੀ ਵੀ ਜਾ ਸਕਦੀ ਆ ਪਰ ਇਹ ਨਹੀਂ ਕਿ ਨਹੀਂ ਨਹੀਂ ਮੈਂ ਕੱਲੀ ਜਾਊਂਗੀ ਤੂੰ ਘਰ ਸਾਂ ਇਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਤੇ ਵੈਸੇ ਵੀ ਅੱਜ ਕੱਲ ਜਿਹੜਾ ਥੱਲੇ ਲੱਗ ਰਿਹਾ ਉਹ ਬੰਦਾ ਉਹੀ ਲੱਗ ਰਿਹਾ ਜਿਹੜਾ ਖੁਦ ਆਪਣੇ ਮੈਂਟਲਲੀ ਕੈਪੇਬਲ ਨਹੀਂ ਹੈਗਾ ਥੱਲੇ ਲੱਗ ਕਿ ਮੈਂ ਇਕੁਅਲ ਰਹਿ ਸਕਾਂ ਤੇ ਯਾਰ ਇੱਕ ਤੂੰ ਚੈਨ ਤੂੰ ਦੇਖੀ ਹੋਵੇ ਸ਼ਾਇਦ ਜੇ ਤੂੰ ਪੰਜਾਬ ਦੇ YouTube ਨੂੰ ਯਾਰਾ ਫੋਲੋ ਕਰਦਾ ਤੇ ਇਦਾਂ ਚੀਜ਼ ਹੋ ਰਹੀ ਹੈ ਕਿ ਅੱਜ ਕੱਲ ਮੈਂਟੈਲਿਟੀ ਪੰਜਾਬ ਚ ਪਤਾ ਕੀ ਹੋ ਗਈ ਹੈ ਕਿ ਕੁੜੀ ਨਾਲ ਵਿਆਹ ਕਰਾਉਂ ਸੋਹਣੀ ਕੁੜੀ ਲੱਭੋ ਉਹਨ ਦੇ ਨਾਲ ਵਲੋਗਿੰਗ ਚੈਨਲ ਬਣਾਓ ਤੇ ਉਹਦੇ ਨਾਲ ਵਲੌਗ ਬਣਾਓ ਤੇ ਬਾਅਦ ਚ ਪੈਸਾ ਕਿਉਂਕਿ ਤੁਹਾਨੂੰ ਮੇਰਾ ਕੁੜੀਆਂ ਕਰਕੇ ਲੋਕੀ ਦੇਖ ਲੈਂਦੇ ਨੇ ਤੇ ਪੈ ਬਾਅਦ ਚ ਪੈਸਾ ਕਮਾਓ ਉਹ ਮੈਂਟੈਲਿਟੀ ਨੂੰ ਤੂੰ ਕਿੰਨਾ ਦੇਖਦਾ ਕਿ ਇਹ ਬਹੁਤ ਹੋ ਰਿਹਾ ਮੈਂ ਤੈਨੂੰ ਮੈਂ ਮੈਂ ਤੈਨੂੰ ਫੈਕਟ ਦੱਸਦਾ ਮੇਰੇ ਕੋਲ ਪ੍ਰੂਫ ਨੇ ਕਿ ਵਿਆਹ ਦੇ ਟਾਈਮ ਮੁੰਡੇ ਨੇ ਕੁੜੀ ਨੂੰ ਇਹ ਪੁੱਛਿਆ ਤੁਹਾਨੂੰ ਵੀਡੀਓ ਬਣਾਉਣ ਚ ਕੋਈ ਤਕਲੀਫਤ ਨਹੀਂ ਜੇ ਮੇਰੇ ਨਾਲ ਗੱਲ ਵਲੌਗ ਬਣਾਓਗੇ ਤੇ ਇੱਕ ਕੁੜੀ ਦਾ ਡਿਵੋਰਸ ਹੋ ਗਿਆ ਸਿਰਫ ਇਹ ਗੱਲੋਂ ਕਿ ਤੂੰ ਵੀਡੀਓ ਚੰਗੀ ਨਹੀਂ ਬਣਾਉਂਦੀ ਤੇ ਸਾਡੇ ਮੁੰਡੇ ਨੂੰ ਤਾਂ ਕੋਈ ਹੋਰ ਲੱਭ ਕੇ ਲਿਆਉਣੀ ਸੀ ਜੋ ਵੀਡੀਓ ਵਧੀਆ ਬਣਾ ਸਕੇ ਤੇ ਸਾਡੇ ਮੁੰਡੇ ਦਾ ਬਲੌਗਿੰਗ ਚੈਨਲ ਚੱਲ ਸਕੇ ਉਹ ਚੀਜ਼ ਨੂੰ ਤੂੰ ਕਿੱਦਾਂ ਦੇਖ ਰਿਹਾ ਮੈਂ 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 ਦੱਸਦਾ ਬਰ ਉਹਦੇ ਚ ਕੀ ਆ ਜੇ ਤਾਂ ਮੁੰਡਾ ਆਪਣੀ ਕੁੜੀ ਤੋਂ ਇਹ ਸਭ ਕਰਾਉਂਦਾ ਆਪਣੀ ਸਹੇਲੀ ਤੋਂ ਕਰਾ ਰਿਹਾ ਨਾ ਇਹ ਸਭ ਪਹਿਲੀ ਗੱਲ ਤਾਂ ਇਹ ਕਿ ਉਹ ਸਿਰਫ ਨੂੰ ਵਪਾਰ ਦੇਖ ਰਿਹਾ ਬਿਜ਼ਨਸ ਬਿਲਕੁਲ ਠੀਕ ਹੈ ਨਾ ਔਰ ਕੁੜੀ ਬਿਜ਼ਨਸ ਜ਼ਰੂਰ ਦੇ ਦੂਗੀ ਕਿਉਂਕਿ ਤੁਹਾਨੂੰ ਪਤਾ ਕਿੰਨੇ ਤਾਂ ਸਿੰਪ ਨੇ ਸਾਲੇ ਬਿਜ਼ਨਸ ਤਾਂ ਆ ਹੀ ਜਾਣ ਠੀਕ ਹੈ ਨਾ ਬਟ ਪਟ ਕੁੜੀ ਜਦੋਂ ਵਪਾਰ ਬਣਦੀ ਹੈ ਨਾ ਫਿਰ ਉਹ ਉਹ ਫਿਰ ਸਾਰਿਆਂ ਚ ਬਿਕਦੀ ਆ ਜਾ ਕੇ ਇਹ ਵੀ ਆਦਾ ਬਿਲਕੁਲ ਯਾਰ ਬਿਲਕੁਲ ਬਹੁਤ ਬਹੁਤ ਵੱਡੀ ਗੱਲ ਕਰ ਰਹੀ ਆ ਮੈਂ ਬਹੁਤ ਵੱਡੀ ਜੇ ਤੁਹਾਡੇ ਪੱਲੇ ਪੈ ਰਹੀ ਆ ਔਰ ਜਿਹੜਾ ਮੁੰਡਾ ਉਹਨੂੰ ਵਪਾਰ ਬਣਾ ਵੀ ਰਿਹਾ ਨਾ ਲੋਕਾਂ ਦੇ ਅੱਗੇ ਉਹ ਮੁੰਡੇ ਨੇ ਉਹ ਇਹੀ ਸੋਚ ਕੇ ਤਾਂ ਹੀ ਇਹ ਸੋਚ ਕੇ ਬਣਾ ਰਿਹਾ ਕਿਉਂਕਿ ਮੁੰਡੇ ਨੂੰ ਪਤਾ ਮੈਦੇ ਨਾਲ ਜ਼ਿਆਦਾ ਦੇ ਟਿਕਣਾ ਨਹੀਂ ਬਿਲਕੁਲ ਸਹੀ ਇਹ ਵੀ ਸੁਣ ਲੋ ਬਿਲਕੁਲ ਸਹੀ ਸੋ ਇਹਦੇ ਚ ਕੁੜੀਆਂ ਨੂੰ ਮੈਂ ਇਹ ਗੱਲ ਕਹਿਣਾ ਚਾਹਣਾ ਜੇ ਤੁਹਾਨੂੰ ਕੋਈ ਐਹੋ ਜਿਹੀ ਆਫਰ ਆਂਦੀ ਹੈ ਇਟਸ ਨਾਟ ਕਿ ਯੂ ਆਰ ਗੋਇੰ ਟੂ ਬੀ ਫੇਮਸ it is that you going to be a, become a garbage that's it he's using you he's using your family he's using your god spirit she he is killing your everything ਤੁਹਾਨੂੰ mentallly broke ਕਰ ਦੇਣਾ ਆ ਜਦੋਂ ਤੁਸੀਂ 40 50 ਸਾਲ ਦੇ ਲਾਗੇ ਤੱਕ ਇਹ ਹੋ ਗਈਆਂ ਤੁਹਾਡੇ ਬੱਚੇ ਨਹੀਂ ਹੋਏ ਜਾਂ ਤੁਹਾਡੇ ਇੱਕ ਅੱਧਾ ਬੱਚਾ ਹੋ ਗਿਆ ਉਹਨਾਂ ਬੱਚਿਆਂ ਦਾ ਪਿਓ ਨਹੀਂ ਹੋਇਆ ਇਧਰ ਉਧਰ ਭੱਜ ਗਿਆ ਤੁਸੀਂ mentallly depressed ਹੋ ਕੇ ਲੋਗੇ ਮਰ ਜਾਉਂਗੀ ਆ ਇਹ ਰਿਐਲਿਟੀ ਦੱਸ ਰਿਹਾ ਮੈਂ ਤੇ ਚੱਲ ਆਪਾਂ ਗੱਲ ਨਿਬੇੜੀਏ ਸਾਰੀ ਐਂਡ ਤੇ ਗੱਲ ਆਪਾਂ ਐਂਡ ਕਰੀਏ ਕਿ ਹਾਊ ਟੂ ਬੀ ਅ ਕਿੰਗ ਫੋਰ ਅ ਗਰਲ ਹਾਊ ਟੂ ਬੀ ਅ men of god ਡੈਨਿਸ ਕੋਲ ਡੈਨਿਸ ਇਹ ਹਜਾ ਕੀ ਕਹਣਾ ਚਾਹੁੰਦਾ ਲੋਕਾਂ ਨੂੰ ਲਾਸਟ ਤੇ ਕਿ ਜਿਹਨੂੰ ਤੁਸੀਂ ਕਹੋਗੇ ਹਾਂ ਇਦਾਂ ਤੂੰ men of god ਬਣ ਸਕਦਾ ਬ੍ਰੋ ਮੈਂ ਫਰਸਟ ਆਫ ਅਲ ਇਹ ਗੱਲ ਕਹਿਣਾ ਚਾਹੁੰਦਾ men of god ਬੰਨਾ ਨਾ ਜਿਹੜਾ ਹੈਗਾ ਉਹ ਕੋਈ ਬਾਹਲਾ ਔਖਾ ਕੰਮ ਨਹੀਂ ਹੈਗਾ ਉਹ ਸਿਰਫ ਇਨਕ ਤੁਹਾਨੂੰ ਸਮਝਣਾ ਪੈਣਾ ਹੈ ਕਿ ਯੂ ਨੀਡ ਟੂ ਅੰਡਰਸਟੈਂਡ ਯੋਰ ਡਿਊਟੀਆਂ ਤੁਹਾਡਾ ਵਿਜ਼ਨ ਕਲੀਅਰ ਹੋਣਾ ਚਾਹੀਦਾ ਤੁਹਾਡੀ ਮੈਂਟੈਰਟੀ ਇਨਿਸਟਰੋਂਗ ਹੋਣੀ ਚਾਹੀਦੀ ਹੈ ਮੈਂਟੈਰਟੀ ਕਿ ਤੁਹਾਨੂੰ ਜੇ ਲੱਖ ਲੋਕ ਹੇਟ ਕਰ ਰਹੇ ਨੇ ਤੁਹਾਨੂੰ ਪਤਾ ਕਿ ਤੁਹਾਡਾ ਕੌਜ਼ ਚੰਗਾ ਹੈ ਪਰ ਤਾਂ ਵੀ ਲੋਕ ਤੁਹਾਨੂੰ ਹੇਟ ਕਰ ਰਹੇ ਨੇ ਤੁਸੀਂ ਇੰਨੇ ਬਰੇਵ ਇਨਫ ਹੋ ਕਿ ਤੁਸੀਂ ਅਗਲੇ ਦਿਨ ਖੜੇ ਹੋ ਕੇ ਜਿੰਮ ਲਾਓ ਤੁਸੀਂ ਅਗਲੇ ਦਿਨ ਖੜੇ ਹੋ ਕੇ ਮੀਲ ਪ੍ਰੇਪੇਅਰ ਕਰਕੇ ਖਾਓ ਤੁਸੀਂ ਅਗਲੇ ਦਿਨ ਖੜੇ ਹੋ ਕੇ ਆਪਣੇ ਕੰਮ ਤੇ ਜਾਓ ਤੁਸੀਂ ਅਗਲੇ ਦਿਨ ਖੜੇ ਹੋ ਕੇ ਹਸਲ ਕਰੋ ਇਹ ਬੰਦਾ ਮੈਨ ਆਫ ਗੋਡ ਹੈ ਇਨਸਾਨ ਉਹੀ ਨੇੜੇ ਰੱਬ ਦੇ ਜਿਹੜਾ ਇਨਸਾਨ ਕਰਮ ਕਰਦਾ ਹੈ ਤੁਸੀਂ ਭਾਈ ਕੋਈ ਵੀ ਬੁੱਕ ਚੱਕ ਕੇ ਦੇਖ ਲਓ ਬਾਈਬਲ ਗੁਰੂ ਗ੍ਰੰਥ ਸਾਹਿਬ ਦੇਖ ਲਓ ਚਾਹੇ ਤੁਸੀਂ ਕੀ ਕਹਿੰਦੇ ਗੀਤਾ ਦੇਖ ਲਓ ਕੁਰਾਨ ਦੇਖ ਉਹਦੇ ਚਾ ਹੀ ਲਿਖਿਆ ਗਿਆ ਹੈ ਕਿ ਕਰਮ ਕਰਨ ਵਾਲਾ ਇਨਸਾਨ ਹੈ ਨਾ ਜਿਹੜਾ ਉਹੀ ਪਰਮਾਤਮਾ ਪਸੰਦ ਕਰਦਾ ਬਿਲਕੁਲ ਬਿਲਕੁਲ ਭਾਈ ਔਰ ਕਰਮ ਜੇ ਤੁਸੀਂ ਕਰਮ ਕਰ ਰਹੇ ਹੋ ਜੇ ਹੁਣ ਬੈਠਾ ਵੀਰੇ ਤੁਸੀਂ ਡਿਊਟੀ ਕਰ ਰਹੇ ਹੋ ਯੂ نو ਯਰ ਡਿਊਟੀਆਂ ਰਾਈਟ ਕਿ ਮੈਂ ਇਹ ਕੰਮ ਕਰਨਾ ਮੈਂ ਇਹ ਕਰਨਾ ਯੂ ਕੈਨੋਟ ਬੀ ਮੈਂਟਲੀ ਬਰੋਕ ਤੁਹਾਨੂੰ ਕੋਈ ਬਰੋਕ ਨਹੀਂ ਕਰ ਸਕਦਾ ਤਾਨੂੰ ਪਤਾ ਏ ਤੁਹਾਡਾ ਕਤਵਿਅ ਕੀ ਹੈ ਤੁਹਾਡੀ ਤੁਹਾਡਾ ਕੰਮ ਕੀ ਹੈ ਤੁਹਾਡੀ ਡਿਊਟੀ ਕੀ ਹੈ ਤੁਸੀਂ ਹੇਟ ਤੋਂ ਬਰੋਕ ਨਹੀਂ ਹੋ ਰਹੇ ਤੁਸੀਂ ਬੁਲਸ਼ਿਟ ਤੋਂ ਬਰੋਕ ਨਹੀਂ ਹੋ ਰਹੇ ਤੁਸੀਂ ਆਪਣਾ ਕੰਮ ਕਰ ਰਹੇ ਡਿਊਟੀ ਕਰ ਰਹੇ ਚੰਗਾ ਕੌਜ਼ ਕਰ ਰਹੇ ਹੋ ਤਾਂ ਤੁਸੀਂ men of god ਹੋ ਤਾਂ ਤੁਸੀਂ ਡੈਨਿਸ ਹੋ ਦੈਟ ਤੇ ਡੈਨਿਸ ਇੱਕ ਗੱਲ ਐਂਡ ਤੇ ਕਿ ਇੰਟਰਨੈਟ ਤੇ ਬਹੁਤ ਜਿਆਦਾ ਨਾ ਹੇਟ ਮਿਲਦੀ ਤੈਨੂੰ ਕਮੈਂਟਾਂ ਚ ਕਈ ਲੋਕ ਕਰ ਦਿੰਦੇ ਆ ਕਈ ਲੋਕ ਜਿਹੜੇ ਮੈਂ ਸਾਰੇ ਨਹੀਂ ਕਹਿੰਦਾ 20% ਹੋਣਗੇ ਇਦਾਂ ਦੇ ਸਾਰਿਆਂ ਦੇ ਹੁੰਦੇ ਨੇ ਯਾਰ ਮੈਂ ਹੁਣ ਵੀਡੀਓ ਅਪਲੋਡ ਕਰਦਾ ਮੈਨੂੰ ਪਤਾ ਕਮੈਂਟ ਹੁੰਦੇ ਆ ਉਹ ਚੀਜ਼ ਨੂੰ ਤੂੰ ਕਿਦਾਂ ਹੈਂਡਲ ਕਰਦਾ ਤੈਨੂੰ ਟਰੋਲ ਵੀ ਕਰ ਰਹੇ ਨੇ ਲੋਕੀ ਜਿੱਦਾ ਤੂੰ ਐਕਸ਼ਨ ਕਰਦਾ ਆ ਜਿਹੜੇ ਤੇਰੇ ਹਨਾ ਟਮੋੜ ਨਾ ਕਫੜ ਕੇ ਜਾਂ ਕੁਝ ਵੀ ਉਹ ਤਾਂ ਤੂੰ ਆਪਣੇ ਨੇਚਰਲ ਵੇ ਨਾਲ ਕਰਦਾ ਮੈਂ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਮੈਂ ਬੜਾ ਨਾ ਬੜਾ ਸਿਸਟਮੈਟਿਕ ਤੇ ਬੜਾ ਲੌਜੀਕਲ ਜਵਾਬ ਦੇਣਾ ਚਾਹੁੰਦਾ ਆ ਆਰਨ ਗਿਓ ਫਕ ਫੁਕ ਵਾਲਾ ਬੈਂਡ ਜੋ ਇਹ ਗਾਣੇ ਚ ਚੰਗਾ ਲੱਗਦਾ ਬਟ ਫੈਕਟ ਇਹ ਆ ਫੈਕਟ ਇਹ ਆ ਕਿ ਆਪਾਂ ਨੂੰ ਫੈਕਟ ਦੱਸਣੇ ਚਾਹੀਦੇ ਆ ਲੌਜੀਕਲੀ ਸਮਝਾਉਣਾ ਚਾਹੀਦਾ ਉਹਨਾਂ ਮੈਨੂੰ ਕੋਈ ਜੇ ਬਾਹਰ ਬੰਦਾ ਮੈਨੂੰ ਹੁਣ ਤੱਕ ਜਿੰਨੇ ਵੀ ਲੋਕ ਮਿਲੇ ਜਿਨ੍ਹਾਂ ਨੇ ਮੇਨਾ ਫੋਟੋਆਂ ਕਰਾਈਆਂ ਜਿਹੜੇ ਮੇਰੇ ਨਾਲ ਆਪਣੇ ਬਾਹਰ ਮਿਲਦੇ ਹੋ ਮੈਨੂੰ ਆਪਣੇ ਅੱਗੇ ਤਕਲੀਫਾਂ ਦੱਸਦੇ ਆ ਮੇਨਾ ਫੋਟੋਆਂ ਕਰਾਉਂਦੇ ਆ ਸਾਰੇ ਪੋਜ਼ਿਟਿਵ ਹੁੰਦੇ ਆ ਮੈਨੂੰ ਜਿੰਨੀ ਵੀ ਇੰਟਰੈਕਸ਼ਨ ਹੋਈਆਂ ਇੱਕ ਅੱਧਾ ਜਿ ਕੋਈ ਮੈਨੂੰ ਪਿੱਛੋਂ ਦੀ ਮੇਰੀ ਵੀਡੀਓ ਬਣਾ ਕੇ ਪਹਿਲਾਂ ਮੂਰੇ ਬਾਈ ਬਾਈ ਪਿੱਛੋਂ ਨੇ ਮੇਰੇ ਬਾਰੇ ਗਾਲਾਂ ਕੱਢਦੀਆਂ ਜਾਂ ਐਦਾਂ ਸਪਰੈਡ ਕੀਤੀ ਹੇਟ ਜੋ ਵੀ ਕਰ ਰਿਹਾ ਕੋਈ ਵੀ ਬੰਦਾ ਹਨਾ ਕਰਦਾ ਐਦਾਂ ਦਾ ਕੰਮ ਮੇਰਾ ਇੱਕੋ ਜਵਾਬ ਹੈ ਜਿੰਨੇ ਵੀ ਈ ਵਿਊਅਰਸ ਦੇਖ ਰਹੇ ਨੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਕੱਲ ਬਿਲਕੁਲ ਤੁਸੀਂ ਯੂਸਲੈਸ ਬੰਦੇ ਨੂੰ ਤਾਂ ਕਰ ਸਕਦੇ ਹੋ ਯੂਸਲੈਸ ਬੰਦੇ ਨੂੰ ਤੁਸੀਂ ਸੱਚ ਦੱਸ ਰਹੇ ਹੋ ਕਿ ਹਾਂ ਬਈ ਤੂੰ ਵਰਥਲੈਸ ਐਂਡ ਆਲ ਦੈਟ ਇਸ ਕਰ ਬਟ ਜਿਹੜਾ ਬੰਦਾ ਸੱਚ ਦੱਸ ਰਿਹਾ ਉਹਦੇ ਬਾਰੇ ਤੁਸੀਂ ਇਹ ਸਭ ਹੇਟ ਫਲਾਉਣੀ ਔਰ ਮੈਂ ਤੁਹਾਨੂੰ ਦੱਸਦਾ ਨਸ਼ੇ ਪੱਤੇ ਕਰਨ ਵਾਲੇ ਹੀ ਇਦਾਂ ਦੇ ਨੇ ਬਾਈ ਜਿਨ੍ਹਾਂ ਚ ਸੈਲਫ ਕੰਟਰੋਲ ਨਹੀਂ ਹੈਗਾ ਜਿਹੜੇ ਕੁੜੀਆਂ ਥੱਲੇ ਲੱਗੇ ਹੋਏ ਨੇ ਉਹੀ ਲੋਕ ਨੇ ਜਿਹੜੇ ਹੇਟ ਕਰਦੇ ਨੇ ਔਰ ਬਾਕੀ ਹੇਟ ਇਸ ਲਾਈਕ ਬ੍ਰੋ ਹੇਟ ਆਲਵੇਸ ਕਮਸ ਫਰੋਮ ਬਿਲੋ ਨੈਵਰ ਫਰੋਮ ਅਬੋਵ ਬਿਲਕੁਲ ਰਾਈਟ ਰਿਮੈਂਬਰ ਦ ਬਿਲਕੁਲ ਰਾਈਟ ਸੋ ਜੇ ਕੋਈ ਹੇਟ ਕਰ ਰਿਹਾ ਇਟ ਇਸ ਇਟ ਇਸ ਲਾਈ ਮੋਰ ਫੇਮਸ ਦੈਟਸ ਇਟ ਬਟ ਮੇਰਾ ਕੌਜ਼ ਚੰਗਾ ਹੈ ਇਹ ਯਾਦ ਰੱਖਿਓ ਸਾਰੇ ਜਾਣੀ ਮੇਰਾ ਕੌਜ਼ ਚੰਗਾ ਹੈ ਮੈਂ ਤੁਹਾਨੂੰ ਕਦੇ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਆਪਣੇ ਮਾਪਿਆਂ ਨੂੰ ਪ੍ਰਾਊਡ ਨਾ ਫੀਲ ਕਰਾਓ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਜਨਾਨੀ ਥੱਲੇ ਲੱਗੋ ਮੈਂ ਤੁਹਾਨੂੰ ਸਿਰਫ ਇਹ ਕਹਿ ਰਿਹਾ ਭਾਈ ਤੁਸੀਂ ਆਪਣੀ ਗਰਲਫ੍ਰੈਂਡ ਨੂੰ ਵੀ ਪੂਰਾ ਫਨ ਕਰਾਓ ਤੁਸੀਂ ਆਪਣੇ ਮਾਪਿਆਂ ਨੂੰ ਵੀ ਪੂਰਾ ਫਨ ਕਰਾਓ ਤੁਸੀਂ ਆਪ ਵੀ ਪੂਰਾ ਫਨ ਕਰੋ ਔਰ ਲਿਵ ਲਾਈਕ ਦੈਟ ਇਸ ਲੁੱਕ ਐਟ ਮੀ ਦ ਕਿੰਗ ਜਦੋਂ ਤੂੰ ਨਵਾਂ 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 ਟਿਕਟੌਕ ਤੇ ਹਨਾ ਤੇਰੇ ਵਾਇਰਲ ਹੋਇਆ ਤਾਂ ਮੈਨੂੰ ਵੀ ਬੜੇ ਜਿਹੜੇ ਹੁੰਦੇ ਟਰੋਲਰ ਭੇਜ ਜਾਂਨ ਉਹ ਕਹਿੰਦੇ ਮੈਂ ਰੋਸਟ ਕਰਦਾ ਨਾ ਕਿ ਬਾਈ ਇਹਨੂੰ ਰੋਸਟ ਕਰੋ ਡੈਨਿਸ ਨੂੰ ਮੈਂ ਵੀ ਸੋਚਿਆ ਪਹਿਲਾਂ ਮੈਂ ਕਿ ਚੱਲ ਦੇਖਦਾ ਬੰਦੇ ਦਾ ਕੰਟੈਂਟ ਹੈ ਨਾ ਤੇ ਮੈਨੂੰ ਕੋਈ ਮੈਂ ਕਿਹਾ ਯਾਰ ਪਤਾ ਫੈਕਟ ਦੱਸ ਰਿਹਾ ਇਹਨੂੰ ਮੈਂ ਕੀ ਰੋਸਟ ਕਰਾਂ ਜਦੋਂ ਬੰਦਾ ਸੱਚਾਈ ਦੱਸ ਰਿਹਾ ਲੋਕਾਂ ਨੂੰ ਉਹਦੀ ਹੁਣ ਆਪਾਂ ਰੋਸਟ ਕਰੀਦਾ ਜਿਹੜੇ ਬੰਦੇ ਆਪਣੇ ਘਰ ਦੀਆਂ ਦੇ ਸਿਰ ਤੋਂ ਖਾ ਰਹੇ ਨੇ ਜਿਹੜੇ ਬਿਲਕੁਲ ਜੂਸਲੈਸ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਬਾਈ ਕੁਝ ਨਹੀਂ ਕੀਤਾ ਬਸ ਸੋਹਣੀ ਨੱਡੀ ਨਾਲ ਵਿਆਹ ਕਰਾ ਲਿਆ ਉਹ ਤੋਂ ਵਿਊ ਲੈ ਲੇ ਉਹਨਾਂ ਦਾ ਕੰਮ ਕਰ ਲਿਆ ਹੁਣ ਇਹਨੂੰ ਮੈਂ ਰੋਸਟ ਕੀ ਕਰਾਂ ਡੈਨਿਸ ਸਾਡੇ ਪੋਡਕਾਸਟ ਤੇ ਬਾਈ ਜਿਨਾਂ ਨੂੰ ਪੋਡਕਾਸਟ ਵਧੀਆ ਲੱਗਿਆ ਤੇ ਆਪਾਂ ਬਾਈ ਨਾ ਅੱਗੇ ਵੀ ਸ਼ਾਇਰ ਫਿਊਚਰ ਚ ਕਰਾਂਗੇ ਇਨ ਪਰਸਨ ਕਰਾਂਗੇ ਕਿਉਂਕਿ ਇਸ ਟਾਈਮ ਤਾਂ ਬਾਈ ਮੇਰੇ ਤੋਂ ਦੂਜੇ ਸ਼ਹਿਰ ਰਹਿਦਾ ਤੇ ਬਾਈ ਵਧੀਆ ਲੱਗਾ ਤੈਨੂੰ ਆਗੇ ਪੋਡਕਾਸਟ ਯਾ ਮੈਨੂੰ 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 ਬਹੁਤ ਵਧੀਆ bro ਦੇ ਮੈਨੂੰ ਬਹੁਤ ਲੱਗਾ ਮੈਨੂੰ ਪਹਿਲੀ ਗੱਲ ਮੈਂਟੈਲਿਟੀ ਵਧੀਆ ਲੱਗੀ ਪਹਿਲੀ ਗੱਲ ਮੈਨੂੰ ਸੋਚ ਵਧੀਆ ਲੱਗੀ ਕਿ ਬਾਈ ਚਲੋ ਕੁਝ ਗੁੱਡ ਕੌਜ਼ ਬਾਈ ਇੰਡੀਆ ਚ ਵੀ ਲੈ ਕੇ ਜਾਣਾ ਚਾਹੁੰਦਾ ਬਿਕੋਜ਼ ਇੰਡੀਆ ਟਿਕਟੌਕ ਨਹੀਂ ਚੱਲਦਾ ਨਹੀਂ ਚੱਲਦਾ ਨਹੀਂ ਚੱਲਦਾ ਠੀਕ ਹੈ ਨਾ ਔਰ ਇੰਸਟਾਗ੍ਰam ਸਿਰਫ ਮੇਰਾ ਜਿਹੜਾ ਹੈਗਾ ਉਹ ਫਲੈਕਸ ਵਾਸਤੇ ਆ ਮੈਂ ਫਲੈਕਸ ਕਰਦਾ ਹਾਂ ਉਹਦੇ ਤੇ ਔਰ ਮੈਂ ਉਹਦੇ ਤੇ ਆਪਣੇ ਥਾਟਸ ਪੁਟ ਆਨ ਕਰਦਾ ਹਾਂ ਸਟੋਰੀਜ਼ ਦੇ ਵਿੱਚ ਔਰ ਮੈਂ ਕਦੇ ਥਾਟਸ ਨੂੰ ਸੇਵ ਵੀ ਨਹੀਂ ਕਰਦਾ ਯੂ نو ਵਾਈ ਬਿਕਾਜ਼ ਮੈਨੂੰ ਕੋਈ ਇਹ ਨਹੀਂ ਹੈਗਾ ਕਿ ਲੋਕ ਮੈਂ ਸੇਵ ਕਰਾਂ ਤੇ ਲੋਕ ਹੋਰ ਅਟੈਂਸ਼ਨ ਆਵੇ ਮੈਨੂੰ ਇਹ ਹੈ ਕਿ ਜਿਹਨੇ ਦੇਖ ਲਿਆ ਉਹ ਲਰਨ ਕਰੇ ਤਾਂ ਲਰਨ ਕਰਕੇ ਮਾਈਂਡ ਚ ਪੁਟ ਆਨ ਕਰ ਲੇ ਠੀਕ ਆ ਤਾਂ ਡੈਨਿਸ ਬਾਈ ਨੂੰ ਤੁਸੀਂ ਸਾਰੇ ਡੈਨਿਸ ਬਾਈ ਨੂੰ ਤੁਸੀਂ ਸਾਰੇ ਨੇ ਇੰਸਟਾ ਤੇ ਵੀ ਫੋਲੋ ਕਰਿਓ ਟਿਕਟੋਕ ਜਿਹੜੇ ਚਲਾ ਸਕਦੇ ਹੋ ਉਹ ਵੀ ਫੋਲੋ ਕਰਿਓ ਤੇ ਬਾਈ ਦੇ ਗਾਣੇ ਵੀ ਸੁਣਿਓ ਡੈਨਿਸ ਇਹ ਇਹ ਇਹਦਾ ਲੈ ਕੇ ਕੀ ਕਹਿੰਦੇ ਆ ਕੀ ਕਹਿੰਦੇ ਡੈਨੀ ਸਿਆਰਾ ਦਾ ਯਾਰ ਮੇਰਾ ਇੰਸਟਾਗ੍ਰam ਅਕਾਊਂਟ ਹੈ ਮੈਂ ਮੇਰਾ ਫੇਸ ਚਲਾ ਦੂੰਗਾ ਅਕਾਊਂਟ ਮੈਂ ਚਲਾ ਦੂੰ ਯੂਜ਼ਰਨੇਮ ਥੱਲੇ ਬਾਈ ਨੇ ਸਾਰੇ ਤੇ ਜਿੱਥੇ ਤੇ ਬਾਈ ਹੈਗਾ ਤੇ ਹਾਂਜੀ ਬਿਲਕੁਲ ਤੇ ਸਨੈਪਚੈਟ ਹੋ ਗਿਆ ਆਪਣਾ ਨਾ ਯਾਰ ਉਹਦੇ ਆ 77 ਸਨੈਪਚੈਟ ਤੇ ਵੀ ਐਡ ਹੁੰਦੂ ਕਿ ਮੈਂ ਉੱਥੇ ਥਾਟਸ ਵਗੈਰਾ ਪਾਉਣਾ ਰਹਿਣਾ ਬਾਈ ਬਾਈ ਮੈਨੂੰ ਫੋਲੋ ਕਰਦਾ ਬਾਈ ਨੇ ਦੇਖੇ ਆ ਮੇਰੇ ਥਾਟਸ ਵਗੈਰਾ ਤੇ ਬਾਈ ਨੂੰ ਚੰਗੇ ਲੱਗਦੇ ਆ ਇੱਕ ਲਾਸਟ ਇੱਕ ਲਾਸਟ ਤੇ ਗੱਲ ਹੋਰ ਕਰੂੰਗਾ ਕਿ ਜਿਹੜੇ ਬੰਦੇ ਆਪਣੀ ਜ਼ਿੰਦਗੀ ਡਿਪਰੈਸਡ ਨੇ ਜਿਹੜੇ ਕੋਈ ਟਿ ਤੇ ਇਦਾਂ ਹੀ ਚਲੋ ਅਪ ਐਂਡ ਕਰਦੇ ਆ ਪੋਡਕਾਸਟ ਦਾ ਬਾਈ ਤੇ ਜਿਹੜੇ ਬੰਦੇ ਜਿੱਥੇ ਇਹ ਦੇਖ ਰਹੇ ਨੇ ਸਪੋਟੀਫਾਈ ਤੇ ਐਪਲ ਪੋਡਕਾਸਟ ਤੇ ਗੂਗਲ ਪੋਡਕਾਸਟ ਤੇ ਰਿਵਿਊ ਜ਼ਰੂਰ ਦਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਜੀ ਅਗਲੇ ਪੋਡਕਾਸਟ ਸਤਿ ਸ੍ਰੀ ਅਕਾਲ